ਸਤਿ ਸ਼੍ਰੀ ਅਕਾਲ ਜੀ ਕੋਈ ਵੱਖਰਾ ਸੋਨਤੇ ਦੇਖਣ ਦੇ ਲਈ ਡਾਊਨਲੋਡ ਕਰੋ ਤੁਹਾਡੀ ਆਪਣੀ ਐਪ ਪੰਜਾਬੀ ਪੋਡਕਾਸਟ ਤੇ ਤੁਹਾਡਾ ਸਵਾਗਤ ਹੈ ਮੈਂ ਪਰਮੇਸ਼ ਸਿੰਘ ਵਿਦਵਾਲੀ ਸੋਨੇ ਦੀ ਪਰਖ ਅੱਗ ਦੇ ਨਾਲ ਹੁੰਦੀ ਆ ਮਨੁੱਖ ਦੀ ਪਰਖ ਸੋਨੇ ਨਾਲ ਹੁੰਦੀ ਆ ਤਾਂ ਗੱਲਬਾਤ ਕਰਦੇ ਆ ਰਤਨ ਹੋਰਾਂ ਦੇ ਨਾਲ ਜੋ ਹਜੇ ਵੀ ਵਿਦੇਸ਼ ਵਿੱਚ ਨੇ ਰਤਨ ਜੀ ਕੀ ਹਾਲ ਚਾਲ ਨੇ ਬੜਾ ਜੀ ਚੜਦੀ ਕਲਾ ਠੀਕ ਠਾਕ ਤੁਸੀਂ ਦੱਸੋ ਜੀ ਠੀਕ ਠਾਕ ਹੋ ਹਾਂ ਜੀ ਹਾਂ ਜੀ ਅਸੀਂ ਠੀਕ ਆ ਤੁਸੀਂ ਬਿਲਕੁਲ ਠੀਕ ਠਾਕ ਹੋ ਜੀ हां जी हां जी हां जी ठीक ठाक आई और बाकी टीम किमे अपनी हां जी सारी टीम बढ़िया जी बस ਤੁਹਾਨੂੰ ਵੇਖ ਰਹੇ ਆ ਰੀਲਾਂ ਰੋਲਾਂ ਤੇ ਅਸੀਂ ਹੂੰ ਠੀਕ ਆ ਜੀ ਠੀਕ ਆ ਜੀ ਜੀ ਮਤਲਬ ਪਹਿਲਾਂ ਤਾਂ ਆਪਣੇ ਨਾ ਪਿੰਡਾਂ ਚ ਗੱਲ ਹੁੰਦੀ ਆ ਕਿ ਪਈ ਤੁਹਾਡਾ ਜੇਜੂ ਲੱਗ ਗਿਆ ਜਾ ਕੇ ਇੱਥੇ ਆ हां जी, थीका। जी, जी। ਹੂੰ ਅ ਜੀ ਦਾ ਐ ਆ ਵੀ ਠੀਕ ਆ ਇਹ ਜਿਹੜਾ ਦੇਸ਼ ਆ ਇਹ ਕੁਮਨ ਫਿਰ ਨੂੰ ਆਪਾਂ ਕਹ ਲਈਏ ਜਿਵੇਂ ਆਪਾਂ ਜਿਹੜੇ ਮੋਟਿਵ ਲਈ ਗਏ ਆ ਸ਼ਾਂਤ ਹੋਣ ਰਿਲੈਕਸ ਹੋਣ ਉਵੇਂ ਵਧੀਆ ਹੂੰ ਤੇ ਉਵੇਂ ਤਾਂ ਜੀ ਫਿਰ ਆਪਣੇ ਸਵਰਗ ਚ ਹੀ ਲੱਗਦਾ ਪੰਜਾਬ ਚ ਹੀ ਲੱਗਦਾ ਉਹ ਜੀ ਤਾਂ ਜਿਹੜੇ ਜੀ ਵੀ ਆਪਾਂ ਗੱਲ ਕਰਦੇ ਆ ਕਿ ਇੱਥੇ ਨੀਂਦ ਬਹੁਤ ਥੋੜੀ ਆ ਹੂੰ ਜਿਹੜੇ ਉਹ ਵੀ ਆਮ ਵੀ ਲੋਕ ਆ ਜਿਹੜੇ ਆਪਣੇ ਰਹਿ ਰਹੇ ਆ ਤੇ ਬਾਕੀ ਜਿੰਨੇ ਭੈਣ ਭਰਾਵਾਂ ਨੂੰ ਮਿਲ ਰਹੇ ਆ ਸਾਰੇ ਇਹੀ ਕਹਿ ਰਹੇ ਆ ਵੀ ਬਸ ਵੀ ਆ ਰਹਾਂ ਸੀ ਵੀਜ਼ੇ ਨਹੀਂ ਲੈਣੇ ਪੱਕੇ ਹੋ ਨਹੀਂ ਲੈਣੇ ਪਾਸਪੋਰਟ ਸਿੱਟੀਆਂ ਨਹੀਂ ਹੋਣਾ ਹੂੰ ਤੇ ਠੀਕ ਆ ਮੰ ਵਕੀਰ ਸੈਸ਼ਨ ਦਾ ਇੱਥੇ ਵੀ ਹੈਗਾਗਾ ਜੇ ਆਪਾਂ ਕਹਈਏ ਰੈਸੈਸ਼ਨ ਦੀ ਗੱਲ ਆ ਕਿਵੇਂ ਅ ਰੈਸੈਸ਼ਨ ਆਸਟ੍ਰੇਲੀਆ ਦੇ ਵਿੱਚ ਚੱਲ ਰਿਹਾ ਕੈਨੇਡਾ ਦੇ ਵਿੱਚ ਚੱਲ ਰਿਹਾ ਹੈਗਾ ਇੱਥੇ ਵੀ ਰੈਸੈਸ਼ਨ ਹੂੰ ਮਤਲਬ ਥੋੜੀ ਜਿਹੀ ਰਦਨ ਜਿਹਾ ਪੇਸਤੀ ਗੱਲ ਕਰ ਲਈ ਥੋੜਾ ਜਿਹਾ ਕਿ ਬੰਦੇ ਨੂੰ ਲੈ ਕੇ ਕਿ ਮੰਦੀ ਬਹੁਤ ਆ ਹਾਂਜੀ ਹਾਂਜੀ ਹਾਂ ਮਤਲਬ ਇੱਕ ਪਾਸੇ ਤਾਂ ਹੁਣ ਪੰਜਾਬ ਚੋਂ ਕਿੰਨੇ ਬੱਚੇ ਰੋਜ਼ ਜਹਾਜ਼ਾਂ ਚੜ ਕੇ ਇੱਥੇ ਆ ਰਹੇ ਨੇ ਪਰ ਜਿਹੜੇ ਇੱਥੋਂ ਖਬਰ ਆ ਰਹੇ ਆ ਤੁਸੀਂ ਇੱਥੋਂ ਦੇ ਇੱਥੋਂ ਦੇ ਹੁਣ ਹਾਲਾਤ ਕੀ ਨੇ ਆਰਥਿਕ ਤੌਰ ਤੇ ਆਰਥਿਕ ਤੌਰ ਤੇ ਅਸੀਂ ਕਾਫੀ ਬੰਦਿਆਂ ਨੂੰ ਇੱਥੇ ਮਿਲਿਆ ਖਾਸ ਕਰਕੇ ਉਹ ਪਰਿਵਾਰ ਜਿਹੜਾ ਨੂੰ 50 50 ਸਾਲ ਹੋ ਗਏ ਹੂੰ 100 100 ਸਾਲ ਹੋ ਗਏ ਕੁਝ ਪਰਿਵਾਰਾਂ ਨੂੰ ਜਿਹੜੇ ਪਹਿਲਾਂ ਦੇ ਉਹ ਠੀਕ ਨੇ ਕਿਉਂਕਿ ਉਹਨਾਂ ਨੇ ਪਹਿਲਾਂ ਪ੍ਰਾਪਰਟੀਆਂ ਲੈ ਲਈਆਂ ਹੁਣ ਉਹਨਾਂ ਨੂੰ ਕਿਰਾਇਆ ਜਿਵੇਂ ਆਪਾਂ ਕਹਿੰਦੇ ਰੈਂਟਲ ਪ੍ਰਾਪਰਟੀਆਂ ਦਾ ਬਹੁਤ ਉਹਨਾਂ ਦੇ ਪੈਟਰੋਲ ਪੰਪ ਨੇ ਹੋਰ ਬਹੁਤ ਸਾਰੀਆਂ ਚੀਜ਼ਾਂ ਆਈਆਂ ਹੂੰ ਜਿਹੜੇ ਲੋਕ 25 ਸਾਲ ਹੋ ਗਏ ਜਿਹੜਾ ਨੂੰ ਜਾਂ 25 ਸਾਲ ਤੋਂ ਘੱਟ ਹੋ ਗਏ ਉਹਨਾਂ ਦਾ ਮਤਲਬ ਹਜੇ ਵੀ ਸੰਘਰਸ਼ ਦੇ ਉਹ ਦੌਰ ਨਹੀਂ ਹਜੇ ਵੀ ਉਹਵੇਂ ਨਹੀਂ ਆਪਾਂ ਕਹਿ ਦਈਏ ਜਿਵੇਂ ਉਹਵੇਂ ਪੱਕੇ ਤੌਰ ਤੇ ਹੋਣ ਜਾਂ ਜੀ ਇੱਥੇ ਅਨਸਟੇਬਿਲਟੀ ਬਹੁਤ ਜ਼ਿਆਦਾ ਜਿਵੇਂ ਹੁਣ ਕਾਫੀ ਅਸੀਂ ਮੁੰਡਿਆਂ ਨੂੰ ਮਿਲੇ ਜਿਹੜੇ ਮੁੰਡੇ 10-10 ਸਾਲ ਤੋਂ ਘਰੇ ਨਹੀਂ ਗਏ 12-12 ਸਾਲ ਤੋਂ ਹੁਣ ਉਹ ਵੀ ਨਹੀਂ ਅਨਸਟੇਬਿਲਟੀ ਆ ਹਮ ਹਮ ਤਾਂ ਜਿਹੜੇ ਰਤਨ ਕੀ ਹੁਣ ਠੀਕ ਆ ਕਰ ਰਹੇ ਨੇ ਲੋਕ ਹਮ ਹਮ ਹਾਂਜੀ 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 ਜਿਹੜੇ ਨੌਜਵਾਨ ਘਰ ਤੱਕ ਨਹੀਂ ਗਏ ਆਪਦੇ ਹਨਾ 10 ਸਾਲ ਹੋ ਗਏ ਜਾਂ 12 ਸਾਲ ਹੋ ਗਏ ਉਹਨਾਂ ਦੀ ਮਾਨਸਿਕਤਾ ਕੀ ਆ ਹੁਣ ਨਹੀਂ ਮੁਰਨਾ ਦਾ ਬਾਈ ਯਾਰ ਸਾਰਿਆਂ ਨੇ ਪਿੱਛੀ ਆ ਜਿੰਨਾਂ ਕੋ ਅਸੀਂ ਮਿਲਿਆ ਜਾਂ ਫਿਰ ਉਹ ਇਹ ਕਈ ਵਾਰੀ ਐ ਵੀ ਹੋ ਜਾਂਦਾਗਾ ਵੀ ਆਪਾਂ ਨੂੰ ਆਪਣੀ ਸੋਚ ਵਾਲੇ ਹੀ ਬੰਦੇ ਮਿਲਦੇ ਆ ਹੂੰ ਤੇ ਕਾਫੀ ਚੀਜ਼ਾਂ ਆ ਗਿਆ ਮਤਲਬ ਤੇ ਪਰ ਲੋਕ ਇਹ ਜ਼ਰੂਰ ਕਹਿੰਦੇ ਆ ਵੀ ਅਸਲ ਮਨ ਦੀ ਸ਼ਾਂਤੀ ਉੱਥੇ ਹੀ ਆ ਬੰਦਾ ਇੰਨੀ ਇੰਨਾਕ ਜ਼ਰੂਰ ਆ ਹੂੰ ਗੱਲ ਬਾਤ ਮਤਲਬ ਜੀ ਜੀ ਪੈਸਾ ਜ਼ਰੂਰ ਇੱਥੇ ਹੈਗਾ ਪਰ ਜਿਹੜੀ ਸ਼ਾਂਤੀ ਆ ਤੇ ਆਨੰਦ ਆ ਉਹ ਪੰਜਾਬ ਚ ਹੂੰ ਜੀ ਜੀ ਹੂੰ ਜੀ ਤੇ ਮਤਲਬ ਹੁਣ ਤੁਸੀਂ ਇੱਥੇ ਲੋਕਾਂ ਨਾਲ ਮਿਲ ਰਹੇ ਆ ਤੇ ਫਿਰ ਪੰਜਾਬੀ ਭਾਸ਼ਾ ਨੂੰ ਲੈ ਕੇਵੇਂ ਲੋਕਾਂ ਨਾਲ ਬਾਤ ਵਧੀਆ ਕਰਦੇ ਆ ਇੱਥੇ ਕਿ ਥੋੜਾ ਹਾਂ 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 ਉਹਦੇ ਲਈ ਜਿਵੇਂ ਹੁਣ ਕੱਲ ਹੀ ਮੇਰੇ ਨਾਲ ਇੱਕ ਪੜਾਉਂਦੇ ਸੀਗੇ ਉਹਨਾਂ ਦੇ ਮੈਂ ਘਰੇ ਗਿਆ ਤੇ ਉਹਨਾਂ ਦੇ ਬੱਚੇ ਬਹੁਤ ਵਧੀਆ ਪੰਜਾਬੀ ਬੋਲਦੇ ਸੀ ਹੋਰ ਵੀ ਲੋਕ ਬਹੁਤ ਪੰਜਾਬੀ ਲਈ ਬਹੁਤ ਵਧੀਆ ਪਹਿਲ ਕਦਮੀ ਕਰ ਰਹੇ ਆ ਖਾਸ ਕਰਕੇ ਮੈਂ ਇੱਥੇ ਜਿੰਨੇ ਇੱਥੇ ਨਾ ਜਿਹੜੇ ਪਿੰਡਾਂ ਨੂੰ ਸਰਬਬ ਕਹਿੰਦੇ ਆ ਤੇ ਪਿੰਡਾਂ ਦੇ ਵਿੱਚ ਹਰ ਪਿੰਡ ਦੇ ਵਿੱਚ ਆਪਦਾ ਇੱਕ ਗੁਰੂ ਘਰ ਆ ਇੱਥੇ ਇੱਕ ਪਿੰਡ ਆ ਉਹਦਾ ਨਾਮ ਹੈਗਾ ਟਾਕਾਨੀਨੀ ਹੂੰ ਤੇ ਉਥੇ ਆਪਣੇ ਇਸ ਮਤਲਬ ਕਹਿ ਲਈਏ ਵੀ ਇਸ ਆ ਸਾਈਡ ਦਾ ਆਸਟ੍ਰੇਲੀਆ ਦਾ ਨਿਊਜ਼ੀਲੈਂਡ ਦਾ ਸਭ ਤੋਂ ਵੱਡਾ ਗੁਰੂ ਘਰ ਆ ਤੇ ਬਾਸਕਟਬਾਲ ਨੂੰ ਲੈ ਕੇ ਫੁੱਟਬਾਲ ਨੂੰ ਲੈ ਕੇ ਹਾਕੀ ਨੂੰ ਲੈ ਕੇ ਕਬੱਡੀ ਨੂੰ ਲੈ ਕੇ ਬਹੁਤ ਵੱਡਾ ਗਰਾਊਂਡ ਆ ਮਤਲਬ ਇੰਨਾ ਏਰੀਆ ਇਸ ਮੰਸਤਰ ਦੇ ਵਿੱਚ ਕਿਸੇ ਨੇ ਹਣਾ ਹੂੰ ਤੇ ਬਹੁਤ ਵਧੀਆ ਜਿਵੇਂ ਕੱਲ ਉਹਨਾਂ ਨੇ ਗੁਰੂ ਅਰਜਨ ਦੇਵ ਜੀ ਦਾ ਸ਼ਿਦੀਪੁਰਬ ਮਨਾਇਆ ਹੂੰ ਆ ਟਾੜੀ ਜਿੱਥੇ ਕੋਈ ਸ਼੍ਰੀ ਜਥੇ ਫੇਰ ਕੀਰਤਨਾ ਤੇ ਮਤਲਬ ਇੱਕ ਹਜ਼ਾਰ ਬੱਚੇ ਦਾ ਸਕੂਲ ਜੋ ਪੰਜਾਬੀ ਦੇ ਨਾਲ ਮਤਲਬ ਪੰਜਾਬੀ ਪੜਾਉਂਦਾ ਗੁਰਸਿੱਖੀ ਜੀਵਨ ਤੇ ਲੜਦਾਉਂਦਾ ਹੈਗਾ ਬਹੁਤ ਪਹਿਲਾ ਆਦਮੀ ਦਾ ਬਹੁਤ ਵਧੀਆ ਕੰਮ ਰਿਹਾ ਲੋਕ ਇਹ ਨਹੀਂ ਕਿਉਂਕਿ ਉਹ ਇਹ ਪਰ ਇੰਨਾ ਜ਼ਰੂਰ ਆ ਵੀ ਉਹ ਕਹਿੰਦੇ ਆ ਵੀ ਫਰਕ ਪਾਇਆ ਜਾਂਦਾ ਚੀਜ਼ਾਂ ਦੇ ਵਿੱਚ ਫਰਕ ਪਾਇਆ ਜਾਂਦਾ ਹੈਗਾ ਹੂੰ ਜੀ ਤੇ ਤੁਹਾਡੇ ਖਾਣ ਪੀਣ ਨੂੰ ਲੈ ਕੇ ਬੜੀ ਚਰਚਾ ਹੁੰਦੀ ਹੈ ਕਈ ਲੋਕ ਕਹਿੰਦੇ ਨੇ ਕਿ ਬਾਹਰ ਵਧੀਆ ਚੀਜ਼ਾਂ ਮਿਲਦੀਆਂ ਖਾਣ ਨੂੰ ਪਰ ਮੈਨੂੰ ਰਤਨ ਜੀ ਲੱਗਦਾ ਕਿ ਸਭ ਤੋਂ ਵੱਧ ਜਿਹੜਾ ਬੇਹਾ ਉਹ ਬਾਹਰ ਲੋਕ ਹੀ ਖਾ ਰਹੇ ਆ ਵਿਕਸਿਤ ਸ਼ਾਂਤ ਜਿਹੜੀ ਵਿਕਸਿਤ ਦੇਸ਼ ਨੇ ਹਾਂ ਉਹ ਆ ਉਹ ਇਹ ਆ ਵੀ ਜਿਵੇਂ ਹੁਣ ਨਿਊਜ਼ੀਲੈਂਡ ਬਾਰੇ ਇੱਕ ਸਾਨੂੰ ਚੀਜ਼ ਪਤਾ ਲੱਗੀ ਬਹੁਤ ਚੰਗੀ ਤਰ੍ਹਾਂ ਇੱਥੇ ਜਿੰਨੀ ਚੀਜ਼ ਆ ਰਹੀ ਏ ਬਾਹਰੋਂ ਆ ਰਹੀ ਏ ਬਾਹਰਲੇ ਮਤਲਬ ਹੂੰ ਤੇ ਇੱਥੇ ਜਿੰਨਾ ਵੀ ਫਰੂਟ ਆਪਾਂ ਕਹਦੇ ਆ ਫਰੋਜ਼ਨ ਫੂਡ ਫਰੂਟ ਆ ਉਹ ਹੂੰ ਉਹ ਖਾਣ ਪੀਣ ਦਾ ਜੋ ਵੀ ਚੀਜ਼ਾਂ ਨੇ ਤੇ ਬਹੁਤ ਸਾਰੀਆਂ ਚੀਜ਼ਾਂ ਇਹੀ ਆ ਵੀ ਜਿਹੜੀਆਂ ਆਪਣੇ ਇੰਡੀਆ ਤੋਂ ਹੀ ਆ ਰਹਿਣਾਂ ਹੈਗੀਆਂ ਹੂੰ ਚਲੋ ਚਲੋ ਪੰਜਾਬ ਤੇ ਲੈ ਕੇ ਜਿਹੜਾ ਮੋਟਲੀ ਆਪਾਂ ਕਹਿੰਦੇ ਵੀ ਮੀਟ ਦੇ ਉੱਤੇ ਜਾਂ ਆਪਾਂ ਕਹਿੰਦੇ ਆ ਕਿਵੀਆਂ ਦੇ ਉੱਤੇ ਉਹਦੇ ਹਿਸਾਬ ਦੇ ਨਾਲ ਉਥੋਂ ਉਹਵੇਂ ਨਿਰਭਰ ਨੇ ਇਹ ਹੂੰ ਜੀ ਤੇ ਜੀ ਆਪਣਾ ਪੰਜਾਬ ਚ ਫਰੈਸ਼ ਖਾਨ ਨੂੰ ਮਿਲ ਜਾਂਦੀ ਹੈ ਮਤਲਬ ਇੱਥੇ ਆ ਕੇ ਬੇਹੀ ਖਾਨ ਨੂੰ ਮਿਲਦੀ ਆ ਹਾਂ ਫਰੋਜ਼ਨ ਆ ਫਰੋਜ਼ਨ ਆ ਆਪਾਂ ਕਹਿ ਸਕਦੇ ਹਣਾ ਤੇ ਇੱਕ ਨਾ ਦੁਨੀਆ ਫਾਸਟ ਵੀ ਤੇਜ਼ ਹੋ ਗਿਆ ਸਾਰਾ ਕੁਝ ਹਣਾ ਹੂੰ 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 ਮਤਲਬ ਇੱਕ ਵਾਰ ਹੁਣ ਜਿਵੇਂ ਆਪਣੇ ਘਰ ਚ ਦੁੱਧ ਹੋ ਰਤਨ ਜੀ ਆਪਾਂ 2 ਘੰਟੇ ਰੱਖਦੀ ਉਹਨੂੰ ਫ੍ਰੀਜ ਤੋਂ ਬਿਨਾ ਉਹ ਖਰਾਬ ਹੋ ਜਾਂਦਾ ਜਾਂ ਬਿਨਾ ਵਾਲੇ ਤੋਂ ਜੀ ਜੀ ਹਾਂ ਦੁੱਧ ਤਾਂ ਉਹੀ ਆ ਹੁਣ ਜਿਹੜਾ ਦੁੱਧ ਪੈਕਟ ਵਾਲਾ ਮਹੀਨਾ ਮਹੀਨਾ ਖਰਾਬ ਨਹੀਂ ਹੋ ਰਿਹਾ ਫਿਰ ਦੁੱਧ ਥੋੜੀ ਰਹਿ ਗਿਆ ਉਹ ਬਿਲਕੁਲ ਹਾਂ ਇਹਨੂੰ ਲੈ ਕੇ ਬੜੀ ਚਰਚਾ ਹੁੰਦੀ ਆ ਆ ਬਾਕੀ ਨਹੀਂ ਉੱਚੀ だっ ਕੇ ਇਹ ਕਿਉਂਕਿ ਇਥੇ ਡੇਰੀ ਫਾਰਮਿੰਗ ਦਾ ਬਹੁਤ ਜ਼ਿਆਦਾ ਹੈ ਹੂੰ ਬੰਦੇ ਕਰਦੇ ਆ ਹਾਂ ਜੀ ਜੀ ਚਲੋ ਫਿਰ ਆਪਾਂ ਹੁਣ ਚੱਲੀਏ ਥੋੜਾ ਜਿਆਾ ਰਾਸ਼ਟਰਪਤੀ ਭਣ ਵਾਲਾ ਭਾਰਤਾ ਜੀ ਵਾਪਸ ਭਈ ਬਿਲਕੁਲ ਤੇ ਪ੍ਰਧਾਨ ਮੰਤਰੀ ਬਣ ਚੁੱਕੇ ਆ ਜੀ ਨਰਿੰਦਰ ਮੋਦੀ ਤੀਸਰੀ ਵਾਰ ਹਾਂ ਤੀਜੀ ਵਾਰ ਪ੍ਰਧਾਨ ਮੰਤਰੀ ਬਣੇ ਨੇ ਸਾਰੀ ਕੈਬਨਿਟ ਬਣੀ ਆ ਹੂੰ ਪਰ ਕੈਬਨਿਟ ਦੇ ਵਿੱਚ ਕਾਫੀ ਚੀਜ਼ਾਂ ਆਪਾਂ ਨੂੰ ਨਵੀਆਂ ਦੇਖਣ ਨੂੰ ਮਿਲ ਰਹਿਣਾਂ ਹੀਆਂ ਕਾਫੀ ਚੀਜ਼ਾਂ ਮਤਲਬ ਉਹਦੇ ਚ ਸਭ ਤੋਂ ਮੁੱਖਲੀ ਚੀਜ਼ ਪੰਜਾਬ ਨੂੰ ਲੈ ਕੇ ਹੀ ਆ ਵੀ ਰਵਨੀਤ ਬਿੱਟੂ ਇੱਕ ਮਤਲਬ ਜਿਹੜੇ ਆਪਣੇ ਇੱਕ ਮੰਤਰੀ ਚੁਣੇ ਗਏ ਰਾਜ ਮੰਤਰੀ ਨੇ ਉਹ ਹਨ ਹੂੰ ਉਸ ਨੂੰ ਲੈ ਕੇ ਵੀ ਕਿਤੇ ਨਾ ਕਿਤੇ ਇੱਕ ਚੀਜ਼ ਜ਼ਰੂਰ ਲੋਕਾਂ ਦੇ ਮਾਈਂਡ ਦੇ ਵਿੱਚ ਆ ਰਹੀ ਆ ਇੱਕ ਚੰਗੀ ਚੀਜ਼ ਜਿਹੜੀ ਲੋਕਾਂ ਦੇ ਮਾਈਂਡ ਦੇ ਵਿੱਚ ਉਹ ਇਹ ਆ ਰਹੀ ਆ ਵੀ ਲੋਕ ਇਹ ਸਮਝ ਰਹੇ ਨੇ ਵੀ ਜਿਹੜੇਾਰੇ ਵੇ ਬੰਦੇ ਨੇ ਹੂੰ ਉਹ ਕਿਵੇਂ ਮਤਲਬ ਉਹ ਪਾਵਰ ਦੇ ਵਿੱਚ ਆ ਰਹੇ ਨੇ ਕਿਉਂ ਪਾਵਰ ਦੇ ਵਿੱਚ ਲੈ ਕੇ ਆਇਆ ਜਾ ਰਿਹਾ ਹੈ ਹਮ ਰਤਨ ਜੀ ਚਲੋ ਹੁਣ ਆਪਾਂ ਨਿਊਜ਼ੀਲੈਂਡ ਦੇ ਗੱਲਾਂ ਤਾਂ ਕਰ ਲਈਆਂ ਆਪਾਂ ਹੁਣ ਭਾਰਤ ਵਾਪਸ ਆਉਣੇ ਆ ਤੇ ਪ੍ਰਧਾਨ ਮੰਤਰੀ ਬਣ ਚੁੱਕਿਆ ਹੀ ਨਰਿੰਦਰ ਮੋਦੀ ਤੀਸਰੀ ਵਾਰ ਜੀ ਜੀ ਮਤਲਬ ਕਿ 1962 ਤੋਂ ਬਾਅਦ ਤੇ ਜਵਾਹਰ ਲਾਲ ਨਹਿਰੂ ਤੋਂ ਬਾਅਦ ਇਹ ਦੂਸਰੇ ਪ੍ਰਧਾਨ ਮੰਤਰੀ ਜਿਹੜੇ ਤੀਸਰੀ ਵਾਰ ਬਣੇ ਨੇ ਤੀਸਰੀ ਵਾਰ ਬਣੇ ਨੇ ਪਰ ਇਹਦੇ ਵਿੱਚ ਇੱਕ ਗੱਲ ਆ ਜਿਹੜੀ ਆਪਾਂ ਗੱਲ ਪਹਿਲਾਂ ਕਰ ਰਹੇ ਸੀਗੇ ਵੀ ਜਿਹੜੀ ਕੈਬਿਨੇਟ ਚੁਣੀ ਗਈ ਆ ਕੈਬਿਨੇਟ ਦਾ ਸਾਰਿਆਂ ਨੂੰ ਪਤਾ ਲੱਗ ਗਿਆ ਮੰਤਰੀਆਂ ਦਾ ਰਾਜ ਮੰਤਰੀਆਂ ਦਾ ਪਰ ਇਹਦੇ 'ਚ ਇੱਕ ਵਿਲੱਖਣਤਾ ਇਹ ਆ ਲੋਕਾਂ ਦੀ ਜਿਹੜੀ ਲੋਕ ਵੀ ਸਮਝ ਰਹੇ ਆ ਚੰਗੀ ਤਰ੍ਹਾਂ ਸਮਝ ਰਹੇ ਆ ਹਾਲਾਂਕਿ ਲੋਕ ਪਹਿਲਾਂ ਵੀ ਦੇਖਦੇ ਸੀ ਪਰ ਜਿਹੜਾ ਹੁਣ ਜਿਹੜਾ ਪੰਜਾਬ ਦੀ ਆਪਾਂ ਜੇ ਗੱਲ ਕਰਦੇ ਆ ਪੰਜਾਬ ਦੇ ਵਿੱਚ ਜਾਂ ਐਨ ਆਰ ਆਈ ਵੀਰ ਜਿਹੜੇ ਜਵਾਨੀ ਆ ਜਿਹੜਾ ਇਹ ਪੂਰਾ ਜਿਹੜਾ ਰਾਜਨੀਤੀ ਪ੍ਰਤੀ ਬਹੁਤ ਸੰਵੇਦਨਸ਼ੀਲਾ ਰਾਜਨੀਤੀ ਨੂੰ ਬਹੁਤ ਗੰਭੀਰਤਾ ਨਾਲ ਦੇਖ ਰਿਹਾ ਉਹਨਾਂ ਨੂੰ ਇਹ ਸਮਝ ਆ ਗਈ ਵੀ ਜਿਹੜਾ ਦੇਖੋ ਨਹੀਂ ਜਿੱਤਿਆ ਉਹਨੂੰ ਵੀ ਇਹਨਾਂ ਨੇ ਰਾਜ ਮੰਤਰੀ ਬਣਾਤਾ ਮੈਂ ਸਾਫ਼ ਇੱਥੇ ਰਵਨੀਤ ਬਿੱਟੂ ਦੀ ਗੱਲ ਕਰੂੰਗਾ ਕਿਉਂਕਿ ਆਪਾਂ ਪੰਜਾਬ ਦੀ ਗੱਲ ਕਰ ਰਹੇ ਹਾਂ ਠੀਕ ਹੈ ਇਹ ਕੋਈ ਬਲਖਣ ਜਾਂ ਰੋਕੀ ਗੱਲ ਨਹੀਂ ਪਰ ਉਹਨਾਂ ਨੇ ਚੂਜ਼ ਐਂਡ ਪਿਕ ਕਿਹੜੇ ਹਿਸਾਬ ਨਾਲ ਕਰਿਆ ਕਿਹੜੇ ਪੈਮਾਨੇ ਨਾਲ ਕਰਿਆ ਇਹਦੀ ਡਿਸਕਸ਼ਨ ਬਹੁਤ ਵੱਡੇ ਸਕੇਲ ਦੇ ਉੱਤੇ ਬਹੁਤ ਵੱਡੇ ਪੱਧਰ ਦੇ ਉੱਤੇ ਚੱਲ ਰਹੀ ਆ ਵੀ ਜਿਵੇਂ ਬਹੁਤ ਸੀਨੀਅਰ ਲੀਡਰ ਸੀਗੇ ਪੰਜਾਬ ਦੇ ਵਿੱਚ ਭਾਜਪਾ ਦੇ ਚਾਹੇ ਉਹ ਨਹੀਂ ਦਿੱਤੇ ਬੀਜਪੀ ਨੂੰ ਕੋਈ ਟਿਕਟ ਨਹੀਂ ਮਿਲੀ ਸੁਰਜੀਤ ਕੁਮਾਰ ਜੈਣੀ ਜਿਵੇਂ ਉਹ ਉਵੇਂ ਐਕਟਿਵ ਨਹੀਂ ਨਜ਼ਰ ਆਏ ਬਹੁਤ ਸਾਰੇ ਹੋਰ ਉਹ ਪ੍ਰਕਾਸ਼ ਸੀਗੇ ਪਹਿਲਾਂ ਵੀ ਰਹੇ ਜਾਂ ਹੋਰ ਉਹਨਾਂ ਨੇ ਨਵੇਂ ਆਏ ਬੰਦੇ ਨੂੰ ਕਿਵੇਂ ਕਰਿਆ ਕਿਉਂਕਿ ਇਹ ਚੀਜ਼ ਪਹਿਲਾਂ ਹੀ ਦੱਸ ਦਿੱਤੀ ਗਈ ਸੀ ਅ ਅਮਿਤ ਸ਼ਾਹ ਜੀ ਨੇ ਵੀ ਰਵਨੀਤ ਬਿੱਟੂ ਕੋ ਹਮ ਬੜਾ ਮਤਲਬ ਦੇਗਾ ਮਤਲਬ ਵੱਡੀ ਜ਼ਿੰਮੇਵਾਰੀ ਵੱਡੀ ਜ਼ਿੰਮੇਵਾਰੀ ਹੈਨਾ ਤਾਂ ਮਤਲਬ ਉਹ ਕਿਹੜੇ ਹਿਸਾਬ ਨਾਲ ਆਪਾਂ ਕੋਈ ਇਹ ਨਹੀਂ ਕਹਿ ਰਹੇ ਵੀ ਉਹਨੂੰ ਕਿਉਂ ਬਣਾਇਆ ਜਾਂ ਕਿਵੇਂ ਬਣਾਇਆ ਪਰ ਇੱਥੋਂ ਇੱਕ ਗੱਲ ਸਮਝ ਆਉਂਦੀ ਹੈ ਵੀ ਜਿਹੜੀਆਂ ਪਾਰਟੀ ਦੀਆਂ ਲਾਈਨਾਂ ਆਈਆਂ ਜਿਹੜੀ ਗੱਲ ਤੇ ਆਪਾਂ ਇੱਕ ਪਿਛਲਾ ਇੱਕ ਡੇਢ ਮਹੀਨਾ ਪਿੱਟਦੇ ਰਹੇ ਤੇ ਪਿੱਟਦੇ ਹੀ ਰਾਂਗੇ ਜਦੋਂ ਸ਼ਬਦ ਆਉਂਦਾ ਵੀ ਸਾਡੀ ਮਾਂ ਪਾਰਟੀ ਪਾਰਟੀ ਹੀ ਸਭ ਕੁਝ ਆ ਕੋਈ ਵਿਅਕਤੀਗਤ ਬੰਦਾ ਜਾਂ ਕੋਈ ਇੱਕ ਬੰਦਾ ਕੋਈ ਕੁਝ ਨਹੀਂ ਹੁੰਦਾ ਪਰ ਕਿਹੜਾ ਬੰਦਾ ਇੱਕ ਮਤਲਬ ਹੋਰ ਪਾਰਟੀ ਤੋਂ ਆਇਆ ਜਿਹੜਾ ਦਲ ਬਦਲੂ ਆ ਹੈਨਾ ਐਡੀ ਵੱਡੀ ਆਪੋਰਚੁਨਿਟੀ ਦਿੱਤੀ ਕਿਉਂਕਿ ਉਹਦੇ ਨਾਲ ਓਡਾ ਵੋਟ ਬੈਂਕ ਜਾਂ ਓਡੀ ਗੱਲ ਵੀ ਓਵੇਂ ਨਹੀਂ ਜੁੜੀ ਵੀ ਨਾ ਰਤਨ ਜੀ ਮਤਲਬ ਜਿਹੜੇ ਇਲਜ਼ਾਮ ਲੱਗ ਰਹੇ ਨੇ ਹਾਂ ਹੋ ਸਕਦਾ ਰਵਨੀਤ ਬਿੱਟੂ ਕੁਝ ਵਧੀਆ ਕਰ ਦੇ ਕੋਈ ਇੰਡਸਟਰੀ ਲਿਆਵੇ ਜਿਵੇਂ ਫੂਡ ਪ੍ਰੋਸੈਸਿੰਗ ਜਾਂ ਰੇਲਵੇ ਵਾਲਾ ਮਿਲਿਆ ਉਹਨੂੰ ਹਨਾ ਕੋਈ ਵੱਡੀ ਇੰਡਸਟਰੀ ਫੂਡ ਪ੍ਰੋਸੈਸਿੰਗ ਵਾਲੀ ਲੈ ਆਵੇ ਹਨਾ ਹਮ ਪਰ ਇਹ ਗੱਲ ਜਾ ਕਿਵੇਂ ਰਹੀ ਆ ਮਤਲਬ ਉਹ ਕਿਹੜਾ ਇੱਕ ਕ੍ਰਾਈਟੇਰੀਆ ਰਹਿ ਗਿਆ ਜਾਂ ਕਿਹੜਾ ਇੱਕ ਫਾਰਮਾ ਜਿਹੜਾ ਮਤਲਬ ਭਰ ਕੇ ਬੰਦਾ ਉਸ ਗੱਦੀ ਦੇ ਜਾਂ ਉਸ ਮਤਲਬ ਅ ਵੱਡੇ ਲੀਡਰਾਂ ਦੇ ਨੇੜੇ ਹੋ ਜਾਂਦਾ ਜਿੱਥੋਂ ਮਤਲਬ ਵੱਡੇ ਤੋਹਫੇ ਮਿਲਦੇ ਆ ਜਾਂ ਕੁਝ ਵੀ ਵੱਡੀਆਂ ਗੱਟੀਆਂ ਮਿਲਦੀਆਂ ਆਈਆਂ ਤੇ ਜਿਹੜੇ ਦੂਜੇ ਬੰਦੇ ਆ ਉਹ ਕਿੱਥੇ ਰਹਿ ਜਾਂਦੇ ਜਿਵੇਂ ਆਪਾਂ ਆਮ ਆਦਮੀ ਪਾਰਟੀ ਦੀ ਉਦੋਂ ਗੱਲ ਕਰਦੇ ਹੁੰਦੇ ਸੀ ਵੀ ਦਲ ਬਦਲੂਆਂ ਨੂੰ ਕਿਉਂ ਟਿਕਟ ਦੇਤੀ ਹਨਾ ਤੇ ਉਹਨਾਂ ਚੋਂ ਜਿੱਤਿਆ ਵੀ ਇੱਕ ਬੰਦਾ ਹੀ ਆ ਹਨਾ ਸਾਰਿਆਂ ਚੋਂ ਹਨਾ ਪਰ ਇਹ ਗੱਲਾਂ ਸਮਝਣ ਵਾਲੀਆਂ ਲੋਕ ਇਹ ਸਮਝਣਗੇ ਲੋਕ ਇਹ ਦੇਖਿਆ ਕਰਨ ਵੀ ਕੌਣ ਬੰਦਾ ਕਿਹੇ ਜਗ੍ਹਾ ਤੇ ਕੌਣ ਕਿਹੜੀ ਪਾਰਟੀ ਕਿਹੇ ਦੀ ਆ ਕਿਵੇਂ ਸਾਰਾ ਸਿਸਟਮ ਚੱਲ ਰਿਹਾ ਪੰਜਾਬ ਨੂੰ ਲੈ ਕੇ ਵੱਡੀਆਂ ਆਪਾਂ ਸੁਭਾਵਨਾਵਾਂ ਮੰਗੀਆਂ ਵੱਡੀਆਂ ਚੁਣੌਤੀਆਂ ਪੰਜਾਬ ਦੇ ਸਾਹਮਣੇ ਆਉਣ ਵਾਲੇ ਦਿਨਾਂ ਦੇ ਵਿੱਚ ਜਾਂ ਜੇ ਇਹ ਸਰਕਾਰ 5 ਸਾਲ ਚੱਲਦੀ ਆ ਜਾਂ ਕੁਝ ਵੀ ਆ ਤਾਂ ਵੱਡੀਆਂ ਸੁਭਾਵਨਾਵਾਂ ਪੰਜਾਬ ਨੂੰ ਬਹੁਤ ਵੱਡੀਆਂ ਚੁਣੌਤੀਆਂ ਸਾਹਮਣਾ ਕਰਨਾ ਪਊਗਾ ਆਰਥਿਕ ਟੌਰ ਦੇ ਉੱਤੇ ਵੀ ਹੂੰ ਤੇ ਵੈਸੇ ਵੀ ਬਹੁਤ ਸਾਰੀਆਂ ਗੱਲਾਂ ਜਿਹੜੇ ਬਿਆਨਬਾਜ਼ੀ ਹੁੰਦੀ ਹੈ ਕਿਉਂਕਿ ਸਾਰੇ ਬਿਆਨਾਂ ਦਾ ਅੱਜ ਦੇ ਟਾਈਮ ਦੇ ਵਿੱਚ ਆਰਥਿਕਤਾ ਦੇ ਉੱਤੇ ਮਤਲਬ ਅਸਰ ਪੈਂਦਾ ਹੀ ਪੈਂਦਾ ਹੈਗਾ ਹੂੰ ਮਰਤਨ ਦੀ ਚਰਚਾ ਇਹ ਵੀ ਹੈ ਕਿ ਰਵਨੀਤ ਸਿੰਘ ਬਿੱਟੂ ਨੂੰ ਚੂਜ਼ ਤੋਂ ਕੀਤਾ ਗਿਆ ਥੋੜਾ ਆਪਾਂ ਉੱਥੇ ਗੱਲ ਕਰ ਲਈਏ ਮਤਲਬ ਇੱਕ ਤਾਂ ਉਹ ਜਿਹੜੀ ਪੰਜਾਬ 'ਚ ਹਾਲਾਤ ਬਣੇ ਸੀ ਉਸ ਸਮੇਂ ਦੇ ਵਿੱਚ ਉਹ 90 ਤੋਂ ਬਾਅਦ ਵਾਲੇ ਤਾਂ ਉਸ ਤਰੀਕੇ ਦੇ ਨਾਲ ਉਹ ਸਾਰੇ ਉਹਨਾਂ ਦੇ ਦਾਦੇ ਨੂੰ ਲੈ ਕੇ ਧੁਰਵੀਕਰਨ ਕੀਤਾ ਜਾ ਰਿਹਾ ਇਸ ਸਮੇਂ ਪੰਜਾਬ ਦੇ ਵਿੱਚ ਜਿਹਦਾ ਡਰ ਸੀ ਜਾਂ ਜਿਹਦੇ ਲਈ ਹਾਂ ਉਹਦੇ 'ਚ ਪਰਮੀਤ ਇੱਕ ਗੱਲ ਹੋਰ ਵੀ ਹੈ ਜਿਹੜੀ ਸਭ ਤੋਂ ਖਤਰਨਾਕ ਗੱਲ ਹੋ ਰਹੀ ਆ ਇੱਕ ਪਾਸੇ ਸਾਡਾ ਜਿਹੜਾ ਕਾਨੂੰਨ ਵਾਲੀ ਕਿਤਾਬ ਆ ਉਹਨੂੰ ਕੀ ਮੀਤ ਕਿਹੋ ਜੀ ਸਜ਼ਾ ਦਾ ਮਤਲਬ ਕੀ ਹੁੰਦਾ ਹੈਗਾ ਜੀ ਮਤਲਬ ਥੋੜਾ ਤਨੀ ਰਿਪੀਟ ਕਰ ਦੋ ਤੁਹਾਡੀ ਆਵਾਜ਼ ਕੱਟੀ ਗਈ ਸੀ ਮੈਨੂੰ ਰਿਪੀਟ ਕਰ ਦੋ ਹਲੋ ਹੂੰ ਹੂੰ ਹਲੋ ਜੀ ਹਾਂਜੀ ਹਾਂਜੀ ਮਤਲਬ ਆਪਾਂ ਕਹਿ ਰਹੇ ਆਂ ਵੀ ਸਜ਼ਾ ਦਾ ਮਤਲਬ ਕੀ ਹੁੰਦਾ ਹੈਗਾ ਹੂੰ ਜੇ ਸਦੂਆ ਉਹ ਉਹ ਵੀ ਹਾਂ ਉਹ ਜਿਹੜਾ ਕੀਤੀ ਵੀ ਗੱਲ ਆ ਉਹਦੀ ਉਹਨੇ ਬੰਦੀ ਸਜ਼ਾ ਜਾਂ ਤੁਹਾਡੇ ਕਾਨੂੰਨ ਦੇ ਮੁਤਾਬਕ ਉਹ ਸਜ਼ਾ ਪੂਰੀ ਕਰ ਲਈ ਆ ਹਣਾ ਪਰ ਜਦੋਂ ਤੁਸੀਂ ਕਹਿੰਦੇ ਹੋ ਵੀ ਅਸੀਂ ਸਾਰੇ ਧਰਮ ਸਾਡੇ ਲਈ ਬਰਾਬਰ ਨੇ ਸਾਰੇ ਸਮਾਜ ਸਾਡੇ ਲਈ ਬਰਾਬਰ ਨੇ ਪਰ ਜੇ ਤੁਸੀਂ ਇਹ ਕਹਿੰਦੇ ਹੋ ਵੀ ਜਿਨ੍ਹਾਂ ਨੇ ਬਿੱਟੂ ਜੀ ਕੇ ਦਾਦਾ ਹੂੰ ਹੁਣ ਕੋ ਆਮ ਨਹੀਂ ਛੋੜੇਗੇ ਹਨਾ ਤਾਂ ਮਤਲਬ ਉਹ ਗੱਲਾਂ ਦੇ ਵਿੱਚ ਪਫੀਨ ਨੂੰ ਲੈ ਕੇ ਪੰਜਾਬ ਦੇ ਲੋਕ ਰਤਨ ਜੀ ਇਤਨਾ ਕੱਲ ਬਿੱਟੂ ਸਾਹਿਬ ਦਾ ਇੱਕ ਇੰਟਰਵਿਊ ਵੀ ਆਇਆ ਮਤਲਬ ਉਸ ਤੋਂ ਬਾਅਦ ਹੈਰਾਨ ਨੇ ਸਭ ਮਤਲਬ ਉਹਦੇ ਚ ਬਿੱਟੂ ਸਾਹਿਬ ਬੋਰੇ ਨੇ ਕਿ ਅਸੀਂ ਹੁਣ ਬਹਿ ਕੇ ਗੱਲਬਾਤ ਕਰਾਂਗੇ ਤੇ ਬੰਦੀ ਸਿੰਘਾਂ ਨੂੰ ਲੈ ਕੇ ਵੀ ਚਲੋ ਜਿਹੜਾ ਕੁਝ ਹੋ ਗਿਆ ਆਪਾਂ ਹੁਣ ਉਹ ਤੇ ਮਿੱਟੀ ਪਾ ਗਏ ਉਹਨਾਂ ਦਾ ਕੱਲ ਇਹ ਬਿਆਨ ਆ ਇੰਟਰਵਿਊ ਦੇ ਵਿੱਚ ਪਰ ਉਸ ਤੋਂ ਪਹਿਲਾਂ ਆ ਹਾਂ ਨਹੀਂ ਵਧੀਆ ਉਹਦੇ ਚ ਉਹਦੇ ਉਹਦੇ ਚ ਪਰ ਮੀਤ ਇਹ ਹੈ ਜੇ ਬਿੱਟੂ ਜੀ ਦਾ ਮੈਂ ਇੰਟਰਵਿਊ ਸੁਣਿਆ ਨਹੀਂ ਮੈਂ ਮਾਫੀ ਚਾਹਣਾਗਾ ਪਰ ਜੇ ਇਹ ਇੰਟਰਵਿਊ ਆਇਆ ਕਿਉਂਕਿ ਕੱਲ ਮੈਨੂੰ ਵੀ ਇੱਕ ਦੋ ਬੰਦਿਆਂ ਨੇ ਇੱਥੇ ਨਿਊਜ਼ੀਲੈਂਡ ਚ ਵੀ ਕਿਹਾ ਹੂੰ ਤਾਂ ਉਹ ਕੀ ਕਰੂਗਾ ਫਿਊਚਰ ਦੇ ਵਿੱਚ ਜਾਂ ਆਪ ਦਾ ਜੋ ਅਹੁਦੇ ਮਿਲੇ ਆ ਉਸ ਨੂੰ ਲੈ ਕੇ ਉਹ ਕੀ ਕਰੂਗਾ ਚਲੋ ਆਪਾਂ ਵੀ ਕੋਸ਼ਿਸ਼ ਕਰਾਂਗੇ ਕਿ ਜਦੋਂ ਆਪਾਂ ਇੰਡੀਆ ਆਏ ਪਰ ਜੇ ਉਹਨਾਂ ਦਾ ਇੰਟਰਵਿਊ ਆਇਆ ਵੀ ਅਸੀਂ ਬੰਦੀ ਸਿੰਘਾਂ ਨੂੰ ਲੈ ਕੇ ਕੁਝ ਕਰਨ ਲੱਗੇ ਆ ਮਤਲਬ ਸੌਫਟ ਕਾਰਨਰ ਆ ਜਾਂ ਜੋ ਸਹਾਇਪੂਰੀ ਹੋ ਚੁੱਕੀ ਹੈ ਜੇ ਬਿੱਟੂ ਇਹ ਚੀਜ਼ ਕਰਦਾਗਾ ਮਤਲਬ ਰਵਨੀਤ ਬਿੱਟੂ ਇਹ ਚੀਜ਼ ਕਰਦਾਗਾ ਉਹ ਸਰਕਾਰ ਚਾਰ ਨੂੰ ਚਾਹੁੰਦਾ ਜੋ ਪੰਜਾਬੀ ਚਾਹੁੰਦੇ ਨੇ ਦੇਖੋ ਰਵਨੀਤ ਤੇ ਜੇ ਬੋਤ ਬਹੁਤ ਪੁਰਾਣਾਗਾ ਪੁਰਾਣਾ ਹੋ ਚੁੱਕਿਆ ਉਹ ਤੇ ਉਹਨੂੰ ਇਹ ਵੀ ਪਤਾ ਵੀ ਪੰਜਾਬ ਦੇ ਲੋਕ ਉਹਨੂੰ ਕਿਹੜੀ ਅੱਖ ਨਾਲ ਦੇਖਦੇ ਜੇ ਉਹ ਇਹ ਕੰਮ ਕਰਦਾਗਾ ਤਾਂ ਉਹਦੇ ਲਈ ਵਧੀਆ ਗੱਲ ਹੋਊਗੀ ਬਹੁਤ ਵਧੀਆ ਹੋਊਗੀ ਪੰਜਾਬ ਦੇ ਲੋਕ ਕਹਿਣਗੇ ਵੀ ਠੀਕ ਆ ਮਤਲਬ ਇਹ ਤਾਂ ਦੇਖੋ ਸਜ਼ਾ ਉਹਨਾਂ ਦੀ ਬੰਦਿਆਂ ਦੀ ਪੂਰੀ ਹੋਈ ਵੀ ਆ ਹੂੰ ਜਿੰਨੇ ਵੀ ਬੰਦਿਆਂ ਦੀ ਚਾਹੇ ਉਹ ਆਪਾਂ ਕਹਿ ਦਈਏ ਵੀ ਉਹ ਜਿੰਨੇ ਵੀ ਬੰਦੀ ਸਿੰਘ ਨੇ ਜੇ ਉਹਨਾਂ ਲਈ ਉਹ ਗੁੱਡ ਕਰਦਾਗਾ ਤੇ ਬਹੁਤ ਵਧੀਆ ਗੱਲ ਹੋਊਗੀ ਉਹਦੇ ਉਹਦੇ ਪਰਿਵਾਰ ਲਈ ਉਹਦੇ ਖ ਲਈ ਬਹੁਤ ਵਧੀਆ ਗੱਲ ਹੋਊਗੀ ਇਹ ਹੂੰ ਜੇ ਹੋ ਮਤਲਬ ਸਾਰੇ ਧਰਮਾਂ ਨੂੰ ਲੈ ਕੇ ਬਰਾਬਰ ਚੱਲਦਾ ਹੈ ਜੋ ਵੀ ਗੱਲਾਂ ਬਾਤਾਂ ਆਈਆਂ ਖਾਸ ਕਰਕੇ ਬਾਗਾ ਬਾਰਡਰ ਦੀ ਗੱਲ ਹੁੰਦੀ ਹੈ ਪੰਜਾਬ ਲੀਗ ਟ੍ਰੇਡ ਦੀ ਗੱਲ ਹੁੰਦੀ ਹੈ ਤੇ ਮੈਂ ਕਹਣਾ ਜਿਵੇਂ ਉਹ ਮਾਡਰ ਮੰਡੀ ਵਾਲੇ ਮੁੱਖ ਮੰਤਰੀ ਸਾਹਿਬ ਨੂੰ ਕਹਿੰਦੇ ਸੀ ਵੀ ਤੁਸੀਂ ਸਾਡੀ ਆ ਡਿਮਾਂਡ ਪੂਰੀ ਕਰ ਦਿਓ ਇੰਨੇ 2-3 ਮਹੀਨਿਆਂ ਦੇ ਸਾਨੂੰ ਇੱਕ ਪ੍ਰੋਮਿਸ ਕਰ ਦਿਓ ਤੇ ਅਸੀਂ ਤੁਹਾਨੂੰ ਮਤਲਬ ਹੱਥਾਂ ਦੇ ਚੱਕ ਲਾਂਗੇ ਲੋਕ ਇਹਨਾਂ ਨੂੰ ਵੀ ਹੱਥਾਂ ਦੇ ਚੱਕਣਗੇ ਜੇ ਯਾਰ ਪੰਜਾਬ ਖੁਸ਼ਹਾਲ ਬਸੂਗਾ ਪਾਰਟੀ ਕੋਈ ਵੀ ਹੋਵੇ ਤੇ ਸਾਰਿਆਂ ਨੂੰ ਇਕੁਅਲ ਰਾਈਟ ਕਿਸੇ ਨਾਲ ਧੱਕੇਸ਼ਾਹੀ ਨਹੀਂ ਹੋਊਗੀ ਧਰਮ ਦੇ ਆਧਾਰ ਤੇ ਰੰਗ ਦੇ ਆਧਾਰ ਤੇ ਜਾਂ ਕੋਈ ਵੀ ਪੱਖਪਾਤ ਨਹੀਂ ਹੋਊਗਾ ਸਾਰਾ ਵਧੀਆ ਹੋਊਗਾ ਸਿਸਟਮ ਤੇ ਆਪਾਂ ਨੂੰ ਕੀ ਆ ਬਹੁਤ ਵਧੀਆ ਹੈਗਾ ਹੂੰ ਅਸੀਂ ਦਾਪਦਾ ਵੀ ਕਹਨੇ ਆ ਵੀ ਜਿਹੜੀ ਬੇਅਦਬੀ ਹੋਈ ਸੀ ਉਹਦਾ ਵੀ ਪੂਰਾ ਇਨਸਾਫ ਮਿਲਣਾ ਚਾਹੀਦਾ ਸਿੱਧੂ ਮੂਸੇ ਵਾਲੇ ਨੂੰ ਲੈ ਕੇ ਜਿਹੜੀਆਂ ਜਿੰਨੇ ਵੀ ਜੋ ਵੀ ਗੱਲਾਂ ਬਾਤਾਂ ਹੋਣਾ ਜੋ ਪੰਜਾਬੀ ਮੰਗ ਰਹੇ ਨੇ ਕਿਸਾਨਾਂ ਦੀ ਗੱਲ ਕਿਸਾਨਾਂ ਵਾਲੀ ਗੱਲ ਤੇ ਬੰਦੀ ਸਿੰਘਾਂ ਵਾਲੀ ਗੱਲ ਇਹ ਪਹਿਲ ਦੇ ਆਧਾਰ ਤੇ ਜੇ ਸੋਲਵ ਕਰਾ ਜਾਂਦੇ ਰੋਨੀਤ ਗੁੱਟੂ ਤੇ ਵਧੀਆ ਗੱਲ ਆ ਹਮਤ ਬਿੱਟੂ ਸਾਹਿਬ ਤੁਹਾਨੂੰ ਕਹਿ ਵੀ ਰਹੇ ਨੇ ਕਿ ਮੈਂ ਲਾਲ ਮੈਟ ਪਿਛਾ ਕੇ ਪੂਰਾ ਸਵਾਗਤ ਹੋਊਗਾ ਤੇ ਮੈਂ ਮਸਲੇ ਹੱਲ ਕਰਾਂਗਾ ਕਿਸਾਨਾਂ ਦੇ ਨਹੀਂ ਨਹੀਂ ਦੇਖੋ ਜੋ ਗੱਲ ਆਪਾਂ ਪਹਿਲਾਂ ਕਰੀ ਵੀ ਰਵਨੀਤ ਬਿੱਟੂ ਨੂੰ ਕਿਵੇਂ ਬਣਾਇਆ ਗਿਆ ਜਾਂ ਕਿਉਂ ਬਣਾਇਆ ਗਿਆ ਹਨਾ ਜੋ ਸ਼ੱਕ ਆ ਲੋਕਾਂ ਨੂੰ ਉਹ ਗੱਲ ਕਰਨੀ ਵੀ ਬੰਦੀਆ ਪਰ ਜੇ ਰਵਨੀਤ ਬਿੱਟੂ ਸ਼ੱਕ ਨੂੰ ਦੂਰ ਕਰੂਗਾ ਤੇ ਵਧੀਆ ਚੀਜ਼ ਕਰੂਗਾ ਫਿਰ ਉਹਦੀ ਤਾਰੀਫ ਵੀ ਹੋ ਜੂਗੀ ਫਿਰ ਉਹਦਾ ਜਿਹੜਾ ਕੀਤੀਆਂ ਵੀ ਗੱਲਾਂ ਜਾਂ ਆਪਾਂ ਕਹਿ ਦਈਏ ਵੀ ਰਵਨੀਤ ਬਿੱਟੂ ਨੂੰ ਇਹ ਕਿਹਾ ਜਾਂਦਾ ਵੀ ਉਹ ਜ਼ਿਆਦਾ ਪੜਕਾਉ ਬੋਲਦੇ ਨੇ ਜ਼ਿਆਦਾ ਮਤਲਬ ਅੱਗ ਲਾਉ ਗੱਲ ਕਰਦੇ ਨੇ ਫਿਰ ਉਹ ਸਾਰੀਆਂ ਗੱਲਾਂ ਲੋਕ ਕਹਿਣਗੇ ਵੀ ਠੀਕ ਆ ਹੁਣ ਬੰਦਾ ਠੀਕ ਆ ਯਾਰ ਤੇ ਜੇ ਵੀ ਭੁੱਲਿਆ ਹੋਇਆ ਸ਼ਾਮ ਨੂੰ ਘਰੇ ਵਾਪਸ ਆ ਜੇ ਤਾਂ ਉਹ ਭੁੱਲਿਆ ਨਹੀਂ ਕਹਿੰਦੇ ਹੂੰ ਜੇ ਤਾਂ ਕੋਈ ਵੀ ਗੱਲ ਹੈ ਨਾ ਇਹ ਆਪਣੇ ਕਹਿਣ ਦੀ ਗੱਲ ਨਹੀਂ ਵੀ ਆਪਾਂ ਇੱਕ ਕਹਿ ਰਹੇ ਹਾਂ ਕਿ ਕੋਈ ਫਾਰਮੈਲਟੀ ਨਹੀਂ ਇਹਦਾ ਮਤਲਬ ਸਾਰੇ ਬੰਦਿਆਂ ਨੂੰ ਹੀ ਪਤਾ ਹੁੰਦਾ ਹੈਗਾ ਨਾ ਜੇ ਕੋਈ ਵਧੀਆ ਚੰਗਾ ਕਾਰਜ ਕਰ ਰਿਹਾ ਉਹਨਾਂ ਦਾ ਚੰਗਾ ਹੀ ਕਹਾਂਗੇ ਉਹਨੂੰ ਮਾੜਾ ਕਿਵੇਂ ਕਹਿ ਸਕਦਾ ਕੋਈ ਹੂੰ ਹਾਂ ਤੇ ਜੇ ਤੇ ਜਿਹੜੇ ਬੰਦੀ ਸਿੰਘ ਨੇ ਜੇ ਉਹਨਾਂ ਨੂੰ ਮਤਲਬ ਬਾਹਰ ਕੱਢਿਆ ਜਾਊ ਉਹਨਾਂ ਲਈ ਸਾਰਾ ਕੁਝ ਉਵੇਂ ਹੀ ਹੋਊਗਾ ਹੈ ਨਾ ਜਿਵੇਂ ਆਪਾਂ ਕਹ ਦਈਏ ਮੁੱਖ ਧਾਰਾ ਦੇ ਵਿੱਚ ਆਪਾਂ ਕਹ ਦਈਏ ਵੀ ਉਹ ਵਾਪਸ ਆ ਕੇ ਸਾਰਾ ਕੁਝ ਆ ਵੀ ਨਾਰਮਲ ਜ਼ਿੰਦਗੀ ਉਹ ਜਿਉਣਗੇ ਉਹ ਵੀ ਉਹ ਵੀ ਧੰਨਵਾਦੀ ਕਰਨਗੇ ਰਵਨੀਤ ਬਿੱਟੂ ਦਾ ਵੀ ਠੀਕ ਆ ਵੀ ਕੋਈ ਗੱਲ ਨਹੀਂ ਜੋ ਸਮਾਂ ਸੀਗਾ ਜੋ ਤੇਰੇ ਦਾਦਾ ਜੀ ਨੇ ਕੀਤਾ ਜੋ ਹੋਇਆ ਉਹ ਠੀਕ ਸੀ ਪਰ ਜੋ ਤੂੰ ਕੀਤਾ ਵੀ ਇਹ ਵੀ ਠੀਕ ਆ ਵਧੀਆ ਗੱਲ ਹੋਊਗੀ ਬਿਲਕੁਲ ਪਰ ਰਤਨ ਜੀ ਵਧੀਆ ਜੀ ਉਹਨਾਂ ਨੇ ਇੰਟਰਵਿਊ 'ਚ ਇਹ ਕਿਹਾ ਪਰ ਉਹ ਕਰਨ ਉਹਵੇਂ ਕਰਨ ਉਹ ਗੱਲ ਸਿਆਸੀ ਗੱਲ ਨਾ ਰਹੇ ਜੇ ਸਿਆਸੀ ਗੱਲ ਤੱਕ ਰਹੇਗਾ ਫਿਰ ਇਹੀ ਗੱਲ ਆ ਵੀ ਦੇਖ ਭਾਈ ਤੂੰ ਉਦੋਂ ਇਹ ਗੱਲ ਵੀ ਕਹਤੀ ਸੀ ਵੀ ਅਸੀਂ ਐਂ ਕਰਾਂਗੇ ਸੌਫਟ ਕੋਰਨਰ ਹੋਊਗਾ ਸਾਰਿਆਂ ਲਈ ਹਨ ਹੂੰ ਤੇ ਹਾਂ ਕਿਉਂਕਿ ਇਹ ਤਾਂ ਇਹ ਤਾਂ ਹਿਮਨ ਰਾਈਟਸ ਦੀ ਗੱਲ ਆ ਹਿਮਨ ਰਾਈਟਸ ਦੀ ਵਾਇਓਲੇਸ਼ਨ ਆ ਮਨੁੱਖੀ ਅਧਿਕਾਰਾਂ ਦਾ ਬਹੁਤ ਵੱਡਾ ਘਾਣਾ ਆ ਪੰਜਾਬ ਦੇ ਵਿੱਚ ਵੀ ਜੇ ਬੰਦੀ ਸਿੰਘਾਂ ਨੂੰ ਮਤਲਬ ਜਿੱਥੇ ਜੜੀਆਂ ਵੀ ਸਟੇਟਾਂ ਦਾ ਤਿਹਾਰ ਜੇਲ੍ਹ ਚ ਜਾਂ ਜਿੱਥੇ ਵੀ ਨੇ ਉਹ ਤਾਂ ਉੱਥੋਂ ਦੇ ਬਾਹਰ ਨਹੀਂ ਹੁੰਦੇ ਮਨੁੱਖੀ ਮਤਲਬ ਕਦਰਾਂ ਕੀਮਤਾਂ ਦਾ ਫਿਰ ਉਸ ਚੀਜ਼ ਨਾਲ ਪੰਜਾਬ ਨੂੰ ਤਾਂ ਲੱਗਦਾ ਵੀ ਸਾਡੇ ਨਾਲ ਜ਼ਿਆਦਾ ੱਤਕਾ ਹੋ ਰਿਹਾਗਾ ਬਿਲਕੁਲ ਰਤਨ ਜੀ ਇਹ ਵੀ ਖਾਸ ਦਾ ਤੁਸੀਂ ਦੇਖੋ ਕਿ ਹੁਣ ਜਿਹੜੀ ਤੁਸੀਂ ਗੱਲ ਕਹਿਤੀ ਮਤਲਬ ਇਹ ਉਮੀਦ ਕੀਤੀ ਜਾ ਰਹੀ ਜਿਹੜਾ ਮਿੱਟੂ ਸਾਹਿਬ ਦਾ ਇੰਟਰਵਿਊ ਆ ਉਸ ਤੋਂ ਬਾਅਦ ਕਿ ਸ਼ਾਇਦ ਜੇ ਇਸ ਤਰ੍ਹਾਂ ਹੁੰਦਾ ਤਾਂ ਕ੍ਰਾਂਤੀਕਾਰੀ ਆ ਤਦ ਬਹੁ ਡੱਕਾਤ ਨਾ ਹੋਊਗਾ ਪਰ ਜਦੋਂ ਬਿੱਟੂ ਸਾਹਿਬ ਦਾ ਇਹ ਨਾਮ ਸਾਹਮਣੇ ਆਉਂਦਾ ਕਿ ਉਹਨੂੰ ਮੰਤਰੀ ਬਣਾਇਆ ਜਾ ਰਿਹਾ ਤੇ ਖੁਸ਼ਬੂ ਕੁਝ ਹੋਰ ਆ ਰਹੀ ਆ ਮਤਲਬ ਕਿ ਜਿਹੜੇ ਰਵਨੀਤ ਬਿੱਟੂ ਨੇ ਮਤਲਬ ਉਹਨਾਂ ਦਾ ਪਰਿਵਾਰ ਦਾ ਪੂਰਾ ਕੀ ਕੁਝ ਸਭ ਲੋਕ ਜਾਣਦੇ ਨੇ ਇੱਕ ਤਾਂ ਉਹਨਾਂ ਨੂੰ ਹਿੰਦੂ ਪਸੰਦ ਕਰਦੇ ਨੇ ਜੀ 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 ਦੂਸਰੇ ਪਾਸੇ ਉਹ ਸਿੱਖ ਚਿਹਰਾ ਵੀ ਹੈਗੇ ਨੇ ਤੇ 27 ਚ ਪੰਜਾਬ ਚ ਇਲੈਕਸ਼ਨ ਆਉਣ ਜਾ ਰਿਹਾ ਤੇ ਬਿੱਟੂ ਸਾਹਿਬ ਇਹ ਬੋਲਦੇ ਵੀ ਨਜ਼ਰ ਆਏ ਨੇ ਏਐਨਆਈ ਦੇ ਉੱਪਰ ਮਤਲਬ ਕਿ ਜਿਹੜੀ ਹੋਂ ਤੱਕ ਦੀ ਖੁਸ਼ਬੂ ਆ ਰਹੀ ਹੈ ਕਿ ਰਵਨੀਤ ਬਿੱਟੂ ਨੂੰ ਸ਼ਾਇਦ ਤਾਂ ਹੀ ਰਾਜ ਮੰਤਰੀ ਬਣਾਇਆ ਗਿਆ ਹੈ ਕਿ 27 ਚ ਸੀ ਵੇਖੋ ਆਪਾਂ ਮੁੱਖ ਮੰਤਰੀ ਲਈ ਲੜਨਾ ਜੇ ਉਦੋਂ ਚਿਹਰਾ ਰਵਨੀਤ ਬਿੱਟੂ ਹੋ ਸਕਦੇ ਨੇ ਇਹ 'ਚ ਕੋਈ ਸ਼ੱਕ ਨਹੀਂ ਅੱਜ ਦੀ ਘੜੀ ਨਹੀਂ 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 ਜੀ ਦੇਖੋ ਬਹੁਤ ਦੇਖੋ ਆਪਾਂ ਇਹ ਨਹੀਂ ਕਹਿੰਦੇ ਵੀ ਜੇ ਉਹ ਵੋਟਾਂ ਨੂੰ ਲੈ ਕੇ ਹੀ ਪੰਜਾਬ ਦੇ ਵਿੱਚ ਸਾਰਾ ਅਮਨ ਸ਼ਾਂਤੀ ਸਾਰਾ ਕੁਝ ਜਿੰਨਾ ਵੀ ਗੈਂਗਸਟਰਾਂ ਦਾ ਗੱਲਬਾਤ ਆ ਜਾਂ ਹੋਰ ਆ ਸਾਰਾ ਕੁਝ ਸੋਲਵ ਕਰਦੇ ਨੇ ਪੰਜਾਬ ਦੇ ਲੋਕ ਠੀਕ ਆ ਫਿਰ ਪੰਜਾਬ ਦੇ ਲੋਕ ਵੀ ਉਹਨਾਂ ਨੂੰ ਬੰਦਾ ਮਾਨ ਸਨਮਾਨ ਦੇ ਦੇਣਗੇ ਹੁਣ ਉਹਨਾਂ ਲਈ 2 ਸਾਲ 2 ਸਾਲ ਦੀ ਆਪਾਂ ਕਹਿਦੀ ਵੀ ਪ੍ਰੀਖਿਆ ਦੀ ਘੜੀ ਆ ਪਰ ਇਹ ਸਦਾ ਲਈ ਉਹਵੇਂ ਜੇ ਸਾਰਾ ਕੁਝ ਸਹੀ ਕਰਦੇ ਨੇ ਤਾਂ ਲੋਕਾਂ ਨੂੰ ਵੀ ਕੀ ਪ੍ਰੋਬਲਮ ਇਹ ਤਾਂ ਦੇਖੋ ਬਿਹਾਰੀ ਗੱਲ ਆ ਇਹਦੇ 'ਚ ਤਾਂ ਕੋਈ ਕਿਸੇ ਨੂੰ ਕੋਈ ਕਹਿਣ ਚ ਵੀ ਉਹ ਹੋਣੀ ਹਨਾ ਪਰ ਇਹ ਆਏ ਆ ਵੀ ਇਹ ਕੱਲੀ ਐ ਗੱਲ ਤੇ ਕਹੇ ਨੇ ਯਕੀਨ ਨਹੀਂ ਕਰਨਾ ਗੱਲ ਕਰੀ ਆ ਕੱਲ ਦਾ ਵੈਲਕਮ ਆ ਪਰ ਜਦੋਂ ਕੰਮ ਹੋਊਗਾ ਪ੍ਰੈਕਟੀਕਲ ਤੌਰ ਤੇ ਉਦੋਂ ਉਦੋਂ ਤਾਂ ਫਿਰ ਸਾਰੇ ਵਧੀਆ ਗੱਲ ਹੀ ਹਨਾ ਹੂੰ ਆ ਹੋ ਸਕਦਾਗਾ ਵੀ ਹਾਂ ਇਹ ਆਈਡੀਆ ਨਾਲ ਬਿੱਟੂ ਨੂੰ ਬਣਾਇਆ ਹੋਵੇ ਵੀ ਬਿੱਟੂ ਤੋਂ ਸਾਰਾ ਕੁਝ ਮਤਲਬ ਅਸੀਂ ਸਹੀ ਕਰਵਾ ਦੇਣਾ ਤੇ ਇੱਕ ਐਗਜ਼ਾਮਪਲ ਸੈੱਟ ਕਰ ਦੇਣੀ ਹੈ ਹਨਾ ਤੇ ਵਧੀਆ ਗੱਲ ਹੈ ਕਿਉਂਕਿ ਸਟੇਟ ਨੂੰ ਵੀ ਇੰਨਾਕ ਤਾਂ ਸੈਂਟਰ ਨੂੰ ਪਤਾ ਹੈਗਾ ਵੀ ਬਾਰਡਰ ਸਟੇਟ ਆ ਪੰਜਾਬ ਪੰਜਾਬ ਦੀਆਂ ਮੰਗਾਂ ਬਹੁਤ ਜ਼ਿਆਦਾ ਤੇ ਪੰਜਾਬ ਹੋਰ ਹਸਾਬ ਦੇ ਨਾਲ ਡਾਇਰੈਕਟ ਕਰਦਾਗਾ ਤੇ ਪੰਜਾਬ ਵੀ ਫਿਰ ਇੱਕ ਐਗਜ਼ਾਮਪਲ ਸੈੱਟ ਕਰ ਦੂ ਜੇ ਮਤਲਬ ਸੈਂਟਰ ਦੇ ਵਿੱਚ ਵੀ ਉਹੀ ਪਾਰਟੀ ਦੀ ਸਰਕਾਰ ਇੱਥੇ ਵੀ ਉਹੀ ਪਾਰਟੀ ਦੀ ਸੁਭਾਵਨਾ ਬਣ ਜੂਗੀ ਸਰਕਾਰ ਹੋਣ ਦੀ ਜੇ ਚੰਗਾ ਕੰਮ ਕਰਨਗੇ ਜਾਓ ਇੰਨਾ ਕੁਛ ਤਾਂ ਕਹੀ ਸਕਦੇ ਵੀ ਸੀ ਇਹ ਇਹ ਗੱਲ ਵਧੀਆ ਕਰੀਏ ਦੇਖੋ ਛੋੜੀ ਇੰਨੇ ਟਾਈਮ ਦੀ ਮੰਗ ਸੀ ਕਿਸਾਨਾਂ ਵਾਲਾ ਵੀ ਬਹੁਤ ਵਧੀਆ ਇੱਕ ਕਮੇਟੀ ਬਣਾ ਕੇ ਉਹਨਾਂ ਨੂੰ ਕਿਹਾ ਜਾਵੇ ਵੀ ਤੁਸੀਂ ਦੇਖੋ ਆਪਦੇ ਕੰਮ ਕਰੋ ਘਰਾਂ 'ਚ ਜਾ ਕੇ ਅਸੀਂ ਕਮੇਟੀ ਬਣਾਈਏ 2 ਸਾਲ 'ਚ ਇਹਦਾ ਸਾਰਾ ਨਿਚੋੜ ਸਾਲ 'ਚ ਇਹਦਾ ਨਿਚੋੜ 6 ਮਹੀਨਿਆਂ 'ਚ ਇਹਦਾ ਨਿਚੋੜ ਕੱਢ ਕੇ ਦਵਾਂਗੇ ਤੇ ਸਾਰਿਆਂ ਨੂੰ ਮਤਲਬ ਉਹਨਾਂ ਦਾ ਬੰਦਾ ਮਾਨ ਸਤਕਾਰ ਮਿਲੂਗਾ ਹੂੰ ਪਰਾ ਰਤਨ ਜੀ ਜਿਹੜਾ ਭਾਰਤੀ ਜਨਤਾ ਪਾਰਟੀ ਦੀ ਵੈਲਟ ਪੇਪਰ ਨੇ ਜਿਹਨਾਂ ਦਾ ਪੂਰਾ ਇਤਿਹਾਸ ਹੈ ਇਹਨਾਂ ਦੀ ਸਟੇਟਮੈਂਟ ਵਾਲੀਆਂ ਕਾਪੀਆਂ ਹਨ ਮਤਲਬ ਉਹ ਤੇ ਤਾਂ ਧੁਰਵੀ ਕਰਨ ਦੀ ਮੋਹਰ ਲੱਗਦੀ ਆ ਮਤਲਬ ਜਿਹੜੀ ਫਿਰ ਆਪਾ ਆਪਾਂ ਵੀ ਇਹੀ ਕਰ ਰਹੇ ਆਂ ਵੀ ਜੇ ਧੁਰਵੀ ਕਰਨ ਦੀ ਬਈ ਮੋਹਰ ਲੱਗਦੀ ਆ ਤੇ ਜੇ ਪੰਜਾਬ ਨਾਲ ਵੀ ਉਹੋ ਜਿਹਾ ਹੀ ਸਿਸਟਮ ਹੋਊਗਾ ਫਿਰ ਗਲਤ ਆ ਹੂੰ ਅਦੋਂ ਫਿਰ ਤੁਸੀਂ ਮਤਲਬ ਰਤਨ ਜੀ ਨੇ ਜੁੜ ਕੇ ਦੇਖਿਆ ਨੇ ਪੰਜਾਬ ਨੇ ਦੋ ਸੀਟਾਂ ਆ ਦੋ ਆਜ਼ਾਦ ਈਂਗਾਂ ਜਿਹੜੇ ਜਿੱਤੇ ਨੇ ਭਾਈ ਅਮਰਿਤਪਾਲ ਸਿੰਘ ਤੇ ਸਰਜੀ ਸਿੰਘ ਖਾਲਸਾ ਮਤਲਬ ਉਸ ਲਹਿਰ ਦੇ ਬਰਾਬਰ ਇੱਕ ਹੋਰ ਚਿਹਰਾ ਬੀਜੇਪੀ ਖੜਾ ਕਰ ਰਹੀ ਹੈ। ਤਲਵੀਰ ਨੂੰ ਇਹ ਸਿੰਗਲ ਤੋਂ ਵੀ ਦੇਖਣਾ ਜ਼ਰੂਰੀ ਆ। ਜੀ। ਹਾਂ ਕਿ ਜਦੋਂ ਪੂਰੇ ਪੰਜਾਬ ਦੇ ਵਿੱਚ ਹੁਣ ਪੰਥਕ ਨਾਮੋਂ ਲੈ ਕੇ ਚਰਚਾ ਹੋ ਰਹੀ ਆ। ਪੰਥ ਬਾਰੇ ਚਰਚਾ ਹੋ ਰਹੀ ਆ। ਤਾਂ ਇਸੇ ਵਿਚਾਰ ਇੱਕ ਉਹ ਬੰਦੇ ਨੂੰ ਅਹੁਦਾ ਦੇਣਾ ਜਿਹਦੇ ਵਰਸਸ ਵਾਲਾ ਕੰਮ ਹੋਇਆ ਖੜਾ ਹੋਣਾ। ਜਿਹੜਾ ਪਹਿਲਾਂ ਪੂਰਾ ਵਰਸਸ ਹੋ ਕੇ ਚੱਲਦਾ ਸੀ ਮਤਲਬ ਹਮਲਾਵਾਰਾ ਹੋ ਕੇ ਚੱਲਦਾ ਸੀ ਹੁਣ ਉਹਨੂੰ ਇੱਕ ਪਾਸੇ ਪਾਵਰ 'ਚ ਲੈ ਕੇ ਆਉਣਾ। ਤੇ ਕੀ ਸੁਨੇਹੇ ਦੇ ਰਿਹਾ ਆ ਜੀ ਇੱਕ ਵਾਰੀ ਰਿਪੀਟ ਕਰੋਗੇ ਹਾਂ ਰਤਨ ਜੀ ਮਤਲਬ ਇਹ ਕਹਿ ਰਿਹਾ ਸੀ ਕਿ ਇੱਕ ਪਾਸੇ ਤਾਂ ਦੋ ਆਜ਼ਾਦਮੀ ਵਰ ਜਿੱਤੇ ਨੇ ਜਿੰਨਾਂ ਦੇ ਨਾਲ ਬਿੱਟੂ ਦੇ ਪਰਿਵਾਰ ਦਾ ਜਾਂ ਬਿੱਟੂ ਸਾਹਿਬ ਦਾ ਥੋੜਾ ਜਿਹਾ ਹੁਣ ਵੈਰ ਵਾਲਾ ਕੰਮ ਹੀ ਸੀ ਹੁਣ ਤੱਕ ਦਾ ਮਤਲਬ ਇਹ ਦੂਬਾ ਬਲਦਾ ਕੋਈ ਵੱਖਰਾ ਹੋਊਗਾ ਕੁਝ ਲੋਕ ਇਹ ਵੀ ਕਹਿ ਰਹੇ ਆ ਕਿ ਬੀਜੇਪੀ ਜਾਣ ਕੇ ਬਿੱਟੂ ਸਾਹਿਬ ਨੂੰ ਵੱਡਾ ਬਣਾ ਰਹੀ ਐ ਕਿਹੜੇ ਦੋ ਆਜ਼ਾਦਮੀ ਵਰ ਖੜੇ ਹੋਏ ਨੇ ਨਾ ਜਿਹੜੀ ਪੰਥਕ ਲਹਿਰ ਪੰਜਾਬ 'ਚ ਖੜੀ ਹੋ ਰਹੀ ਆ 79 ਰੋਕੀਏ ਹੂੰ ਜਾਂ ਉਹਦਾ ਫਾਇਦਾ ਚੁੱਕ ਕੇ ਅਸੀਂ ਫੇਰ ਪੰਜਾਬ ਦੇ ਵਿੱਚ ਸਿੱਖ ਵਰਸਸ ਹਿੰਦੂ ਕਰਗੇ ਜਿਹੜਾ ਪਹਿਲਾਂ ਕਦੇ ਹੋਇਆ ਹੀ ਨਹੀਂ ਹੂੰ ਹੂੰ ਮਤਲਬ ਇਹਦੀ ਵੀ ਹੁਣ ਲੋਕ ਚਰਚਾ ਕਰ ਰਹੇ ਨੇ ਅ ਇਹ ਵੀ ਆਪਾਂ ਕਹਿ ਲਈਏ ਵੀ ਇਸ ਗੱਲ ਤੋਂ ਆਪਾਂ ਕੋਈ ਉਵੇਂ ਇਨਕਾਰ ਨਹੀਂ ਕਰ ਸਕਦੇ ਹੂੰ ਇਹ ਗੱਲ ਵੀ ਹੋ ਸਕਦੀ ਹੈ ਤੇ ਪੂਰੀ ਪੂਰੀ ਹੀ ਹੋ ਸਕਦੀ ਆ ਪਰ ਇਹਦੇ ਚ ਇੱਕੋ ਹੀ ਗੱਲ ਮੈਂ ਫੇਰ ਰਿਪੀਟ ਕਰੂੰਗਾ ਜੇ ਰਵਨੀਤ ਬਿੱਟੂ ਕੋਈ ਪੰਜਾਬ ਦੇ ਮਤਲਬ ਖਾਸ ਕਰਕੇ ਜੇ ਪੰਥਕ ਦੀ ਗੱਲ ਕਰਦੇ ਆ ਪੰਥਕ ਆਪਾਂ ਕਹਿ ਦਈਏ ਵੀ ਬੰਤੀ ਸਿੰਘਾਂ ਦੀ ਕੁਝ ਕਰਦੇ ਨਹੀਂ ਹਮ ਰਵਨੀਤ ਬਿੱਟੂ ਹਮ ਤਾਂ ਇਹਦੇ ਚ ਜਿਹੜੇ ਹੁਣ ਮੌਜੂਦਾ ਐਮਪੀ ਦੋ ਬਣੇ ਨੇ ਭਾਈ ਅਮਰਤਪਾਲ ਸਿੰਘ ਤੇ ਭਾਈ ਸਰਬਜੀਤ ਸਿੰਘ ਖਾਲਸਾ ਤੇ ਉਹਨਾਂ ਹਾਂ ਹਾਂ ਉਹ ਵੀ ਇਸ ਚੀਜ਼ ਦਾ ਆਪਾਂ ਕਹਿ ਦਈਏ ਵੀ ਵੈਲਕਮ ਹੀ ਕਰਨਗੇ ਹਮ ਠੀਕ ਹੈ ਵਿਚਾਰਧਾਰਾ ਚ ਬਹੁਤ ਸਾਰਾ ਫਰਕ ਆ ਹਾਂ ਜਮੀਨ ਆਸਮਾਨ ਦਾ ਫਰਕ ਆ ਪਰ ਠੀਕ ਆ ਫਿਰ ਉਹਨਾਂ ਨੂੰ ਵੀ ਉਨੀ ਜਾਦੀ ਹੋਊਗੀ ਨਾ ਜੇ ਬਿੱਟੂ ਜੀ ਗੱਡ ਕਰ ਰਹੇ ਉਹਨਾਂ ਨੂੰ ਆ ਉਨੀ ਜਾਦੀ ਹੋਊ ਆਪਦੀ ਪਾਰਟੀ ਜੋ ਬਣਾਈ ਆ ਜਾਂ ਉਹ ਆਯਾਦ ਲੜ ਰਹੇ ਨੇ ਉਹ ਵੀ ਆਪਦੇ ਬੰਦੇ ਖੜੇ ਕਰ ਸਕਦੇ ਆ ਉਹ ਤਾਂ ਚਲੋ ਫੇਰ ਤਾਂ ਕੰਮ ਦੀ ਗੱਲ ਹੋਊਗੀ ਨਾ ਫਿਰ ਤਾਂ ਕੰਮ ਤੇ ਉੱਤੇ ਚੋਣ ਲੜੀ ਜਾਊਗੀ ਹਾਂ ਵੀ ਅਸੀਂ ਸਿੱਖਾਂ ਲਈ ਜਾਂ ਅਸੀਂ ਸਾਰੀਆਂ ਕਮਿਊਨਿਟੀਾਂ ਲਈ ਆਪ ਪਾਲਿਸੀਆਂ ਲੈ ਕੇ ਆਵਾਂਗੇ ਜੇ ਸਾਨੂੰ ਜਿਤਾਵੋਗੇ ਸਾਡੇ ਐਮਐਲਏ ਜਿਤਾਵੋਗੇ ਜਾਂ ਤੁਸੀਂ ਆ ਨਹੀਂ ਕਰਿਆ ਫਿਰ ਓਵੇਂ ਉਹ ਵੀ ਉੱਥੇ ਆਪਦੇ ਫਰੰਟ ਚ ਉਹੀ ਸਵਾਲ ਲਾਉਣਗੇ ਜਿਹੜੇ ਸਵਾਲ ਬਣਦੇ ਨੇ ਹੂੰ ਜੇ ਸਾਡੇ ਮਸਲੇ ਹੱਲ ਕਰਤੇ ਫਿਰ ਨਵੇਂ ਹੋਰ ਵੀ ਮਸਲੇ ਹੁੰਦੇ ਆ ਨਵੀਆਂ ਹੋਰ ਵੀ ਹੱਕ ਹਲਾਲ ਹੁੰਦੇ ਆ ਸਪੈਸ਼ਲ ਸਟੇਟ ਦਾ ਦਰਜਾ ਹੈਗਾ ਜਾਂ ਆਪਾਂ ਕਹიდੀਏ ਜਿਆਦਾ ਨੌਕਰੀਆਂ ਦੀ ਗੱਲ ਆ ਹਨਾ ਹੂੰ ਮੁਫਤ ਖੁਰੀ ਨੂੰ ਪਾਸੇ ਕਰਕੇ ਉਹਨੂੰ ਕਿਵੇਂ ਵਧਿਆ ਕਰਨਾ ਫਿਰ ਉਹ ਗੱਲਾਂ ਹੋਣਗੀਆਂ ਪਰਮੀਤ ਜੇ ਆਪਾਂ ਕਹიდੀਏ ਵੀ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਵੀ ਪੰਥਕ ਸੋਚ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੇਖੋ ਪਹਿਲੇ ਨਜ਼ਰੀਏ ਤਾਂ ਸਾਰੇ ਇਹੀ ਹਜੇ ਸੋਚ ਰਹੇ ਨੇ ਪਰ ਇਹ ਹੁਣ ਰਵਨੀਤ ਮਿੱਟੂ ਦੇ ਉੱਤੇ ਬੀਜਪੀ ਦੇ ਤੇ ਐਨਡੀਏ ਦੇ ਉੱਤੇ ਆ ਸੈਂਟਰ ਗਵਰਨਮੈਂਟ ਦੇ ਉੱਤੇ ਆ ਵੀ ਉਹਨਾਂ ਨੇ ਕਿਹੜੀ ਚੀਜ਼ ਸਹੀ ਕਰਨੀ ਹੈ ਕਿਹੜੀ ਗਲਤ ਕਰਨੀ ਹੈ ਹੂੰ ਪਰ ਚਲੋ ਆਪਾਂ ਜੀ ਜੀ ਰਤਨ ਜੀ ਪਰ ਮੈਨੂੰ ਇਦਾਂ ਲੱਗ ਰਿਹਾ ਕਿ ਬੀਜਪੀ ਜਿਹੜੇ ਪੁਰਾਣੇ ਵਰਕਰ ਸੀ ਜਾਂ ਲੀਡਰ ਸੀ ਉਹ ਚਾਰੇ ਖੁੰਡੇ ਲਾਈਨ ਲੱਗ ਗਏ ਕਾਂਗਰਸੀਆਂ ਦਾ ਬੋਲ ਬਾਲਾ ਭਾਈ ਹੁੰਦਾ ਤੁਸੀਂ ਦੇਖੋ ਕਿਉਂ ਪੰਜਾਬ 'ਚ ਇੱਕ ਨਵੀਂ ਕਾਂਗਰਸ ਖੜੀ ਹੋ ਰਹੀ ਆ ਭਾਵੇਂ ਮੋਰੋ ਦੇ ਉੱਤੇ ਬੀਜਪੀ ਲੱਗੀ ਹੋਈ ਆ ਹੂੰ ਹਾਂ ਮਤਲਬ ਸਾਰੇ ਹੁਣ ਕਾਂਗਰਸੀ ਵਰਸਸ ਕਾਂਗਰਸੀ ਹੋਣਗੇ ਹਾਂ ਉਹ ਉਹ ਹਾਂ ਉਹ ਉਹ ਵੀ ਇਹਨਾਂ ਲਈ ਤਾਂ ਚੈਲੰਜ ਹੀ ਹੈ ਨਾ ਜਿਹੜੇ ਪਾਵਰ ਦੇ ਵਿੱਚ ਆ ਪਾਵਰ ਦੇ ਵਿੱਚ ਆਲੇ ਲੋਕਾਂ ਲਈ ਤਾਂ ਚੈਲੰਜ ਹੀ ਆ ਵੀ ਉਹਨਾਂ ਨੇ ਕਿਵੇਂ ਸਾਰੀ ਗੱਲ ਨੂੰ ਮਤਲਬ ਆਪਾਂ ਕਹਿ ਦਈਏ ਵੀ ਦੂਰ ਕਰਨਾਗਾ ਹਨਾ ਬਿਲਕੁਲ ਜੀ ਤੇ ਜੇ ਲੋ ਹੁਣ ਆਪਾਂ ਲੁਧਿਆਣਾ ਐ ਤੇ ਫਿਰ ਇੱਥੇ ਨਾਲ ਹੀ ਲੱਗਦਾ ਹਲਕਾ ਜਲੰਧਰ ਆ ਜੀ ਤੇ ਜਲੰਧਰ ਦੇ ਵਿੱਚ ਬਾਈ ਇਲੈਕਸ਼ਨ ਆ ਗਿਆ ਜੀ ਹਮਮ ਸੀਸ਼ੀਲ ਕੁਮਾਰ ਉਹ ਚਿਤਲنگਰਾਲ ਜੀ ਨਹੀਂ ਜਦੋਂ ਦਿੱਤਾ ਸੀ ਅਸਤੀਫਾ ਤੇ ਉਹ ਪੂਰਾ ਡਰਾਮਾ ਹੋਇਆ ਸੀ ਉਸਤੀਫਾ ਮਨਜ਼ੂਰ ਹੋ ਗਿਆ ਤੇ ਹੁਣ 10 ਜੁਲਾਈ ਨੂੰ ਭਾਈ ਇਲੈਕਸ਼ਨ ਆ ਜੀ ਹਾਂ ਇਹ 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 ਇਲੈਕਸ਼ਨ ਇੱਕ ਪ੍ਰਮੀਤ ਇੱਕ ਮੈਨੂੰ ਇਹ ਵੀ ਦੱਸੋ ਵੀ ਇਹ ਇਲੈਕਸ਼ਨ ਆ ਜਿਹੜਾ ਇਹ ਉੱਥੇ ਵੀ ਹੋ ਰਿਹਾ ਹੈ ਨਾ ਆਪਣੇ ਹਿਮਾਚਲ ਦੇ ਵਿੱਚ ਵੀ ਹੋ ਰਿਹਾ ਹੈ ਹਾਂਜੀ ਜੀ ਹਾਂ ਜਿਹੜੇ ਬਾਅ ਇਲੈਕਸ਼ਨ ਹਨ ਜਿੱਥੇ ਤੇ ਰਿਜ਼ਾਈਨਸ ਹੋਏ ਨੇ ਹੁਣ ਤੱਕ ਦੇ ਤੇ ਉੱਥੇ ਸਾਰੇ ਥਾਂ ਤੇ ਹੋ ਰਿਹਾ ਹੈ ਮੈਂ ਲਿਸਟ ਪੂਰੀ ਨਹੀਂ ਦੇਖੀ ਮੈਂ ਅਗਲਾ ਪੰਜਾਬ ਦਾ ਪੜ੍ਹਿਆ ਸੀ ਤਾਂ ਮੈਂ ਤੁਹਾਨੂੰ ਦੱਸ ਦਨਾ ਕਨਫਰਮ ਕਰਕੇ ਉਹ ਸਾਰੇ ਹੋ ਰਹੇ ਨੇ ਅਤੇ ਜਿੱਥੇ ਤੋਂ ਹੁਣ ਤੱਕ ਇਹ ਸਤੀਫੇ ਆ ਗਏ ਸੀ ਕਾਫੀ ਜਗ੍ਹਾ ਨੇ ਭਾਰਤ ਦੇ ਵਿੱਚੋਂ ਜੀ ਜੀ ਹਾਂ ਜਿੱਥੇ ਰਿਜ਼ਾਇਨ ਆ ਗਏ ਸਭ ਤੋਂ ਸਭ ਤੋਂ ਜਿਹੜੀ ਮੇਨ ਨਜ਼ਰ ਆ ਉਹ ਆਮ ਆਦਮੀ ਪਾਰਟੀ ਦੀ ਰਹੂਗੀ ਉਹਨਾਂ ਦਾ ਕੈਂਡੀਡੇਟ ਰਹੂ ਸਾਰਿਆਂ ਦੇ ਉੱਤੇ ਹੀ ਕਿਉਂਕਿ ਜਲੰਧਰ ਇੱਕ ਅਜੇ ਹੀ ਸੀਟ ਆ ਜਿੱਥੇ ਕਿਸੇ ਕੋਲੇ ਵੀ ਉਹੋ ਜਿਹਾ ਬੰਦਾ ਹੈ ਨਹੀਂ ਇਹਨਾਂ ਕੋਲੇ ਆਪਦੇ ਬੰਦੇ ਹੈ ਨਹੀਂ ਹੂੰ ਮਤਲਬ ਰਤਨ ਜੀ ਖਾਸ ਸੀ ਵੀ ਨਹੀਂ ਕਿਉਂ ਇੱਥੋਂ ਹੁਣ ਚਰਨਜੀਤ ਸਿੰਘ ਚੰਨੀ ਜਿੱਤ ਕੇ ਗਏ ਨੇ ਉਹ ਇੱਕ ਵੱਡੇ ਮਾਰਜਨ ਦੇ ਨਾਲ ਹਾਂ ਬੱਡੇ ਮਾਰਜੇ ਦੇ ਨਾਲ ਹਾਂ ਤੇ ਹੁਣ ਚੰਨੀ ਸਾਹਿਬ ਮਤਲਬ ਇੱਥੇ ਜਿਹੜੇ ਜਲੰਧਰ ਵੈਸਟ ਹੈ ਪੂਰਾ ਇੱਥੇ ਜਿਹੜੇ ਕੋਲ ਲੱਗਿਆ 171000 ਵੋਟਰ ਨੇ ਜਿਹੜੀਆਂ ਹੁਣ ਵੋਟਾਂ ਪਈਆਂ ਸੀ ਯਾਦ ਕੀ ਉਹ ਚ ਕਾਂਗਰਸ ਨੂੰ ਪਈਆਂ ਸੀ 44000 394 ਭਾਜਪਾ ਨੂੰ ਪਈਆਂ ਸੀ 42837 ਤੇ ਆਮ ਆਦਮੀ ਪਾਰਟੀ ਨੂੰ ਪਈਆਂ ਸੀ 27172 ਵੋਟਾਂ ਜੀ ਤਾਂ ਹੁਣ ਜੇ ਇਹ ਦੇਖੀਏ ਪੂਰੇ ਅੰਕੜੇ ਫਿਰ ਤਾਂ ਇਹ ਪੂਰੀ ਸੀਟ ਲੱਗਦਾ ਹੈ ਕਿ ਕਾਂਗਰਸ ਦੇ ਖਾਤੇ ਜਾਊਗੀ। ਹਾਂਜੀ ਪਰ ਜਿਵੇਂ ਹੁਣ ਰਵਨੀਤ ਸਿੰਘ ਬਿੱਟੂ ਨੂੰ ਮੰਤਰੀ ਬਣਾਤਾ ਤੇ ਗਵੰਡੀ ਹਲਕਾ ਤੇ ਪ੍ਰਭਾਵ ਤਾਂ ਫਿਰ ਕੋਈ ਨਹੀਂ ਪੈ ਸਕਦਾ ਕਿਉਂਕਿ ਵੇਖੋ ਦੋ ਘਿਹਰ ਦਾ ਫਰਕ ਹੀ ਆ। ਹਾਂਜੀ ਬਿਲਕੁਲ ਹਾਂ ਕਾਂਗਰਸ ਵਾਸਤੇ ਭਾਇਪਾ ਦਾ ਜੇ ਆਮ ਆਦਮੀ ਪਾਰਟੀ ਇੱਥੋਂ ਵੀ ਹਰ ਗਈ ਹੈ ਮਤਲਬ ਇਹ ਬਾਈ ਇਲੈਕਸ਼ਨ ਵੀ ਇੱਕ ਤੇ ਇਸ ਤੋਂ ਬਾਅਦ ਹਲੇ 4 ਬਾਈ ਇਲੈਕਸ਼ਨ ਹੋਰ ਪਏ ਪੰਜਾਬ 'ਚ। ਹਾਂ ਆ ਆਮ ਆਦਮੀ ਪਾਰਟੀ ਰਤਨ ਜੀ ਮੁਸ਼ਕਿਲ ਹੋ ਜਾਣਾ ਹਾਂ ਬਿਲਕੁਲ 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 ਇਹ ਔਕਾ ਵੀ ਹੋ ਜਾਣਾ ਦੂਜੀਆਂ ਪਾਰਟੀਆਂ ਲਈ ਵੀ ਔਕਾ ਹੀ ਆ ਮੁਸ਼ਕਿਲ ਦੀ ਕੜੀ ਹੀ ਆ ਹੂੰ ਕਿਉਂਕਿ ਮੁਸ਼ਕਿਲ ਦੀ ਕੜੀ ਹੈ ਉਸ ਐਂਗਲ ਤੋਂ ਆ ਜਿਹੜੇ ਹੈ ਜਿਹੜੇ ਐਂਗਲ ਤੋਂ ਪਾਰਟੀਆਂ ਨਹੀਂ ਸਮਝਦੀਆਂ ਪਰ ਲੋਕ ਸਮਝੀ ਬੈਠੇ ਆ ਹਨਾ ਪਰ ਮੀਤ ਜੀ ਕਿਉਂਕਿ ਵੀ ਕਿਹਨੂੰ ਖੜਾ ਕਰਨਾ ਕਿਹੜੇ ਹਿਸਾਬ ਨਾਲ ਵੋਟ ਮੰਗਣਾ ਕਿਹੜੀ ਗੱਲ ਤੇ ਵੋਟ ਮੰਗਣਾ ਆਮ ਆਦਮੀ ਪਾਰਟੀ ਦਾ ਥੋੜਾ ਜਿਹਾ ਮੈਂ ਤਾਂ ਕਹਿ ਰਿਹਾ ਜਿਆਦਾ ਮੁਸ਼ਕਲਾ ਕਿਉਂਕਿ ਵੋਟ ਜਿਹੜੀ ਗੱਲ ਲਈ ਮੰਗ ਰਹੇ ਸੀ ਉਹ ਤਾਂ ਫੇਲ ਕਰਤਾ ਹੂੰ ਸਿਸਟਮ ਲੋਕਾਂ ਨੇ ਆਹ ਵੋਟਾਂ ਜਿਹੜੀਆਂ ਹੁਣ ਰੀਸੈਂਟ ਗਿਣਾਈਆਂ ਕਿਉਂਕਿ ਟਾਈਮ ਨਹੀਂ ਨਾ ਹੋਇਆ ਹਜੇ ਪਰਮੀਤ ਬਿਲਕੁਲ ਜੀ ਹਜੇ ਤਾਂ ਪਾਰਟੀ ਮੈਂ ਮਾਨ ਸਾਹਿਬ ਐਤਾਂ ਐਨਾਲਾਈਜ਼ ਕਰ ਰਹੇ ਕਿ ਸਹੀ ਹਾਰੇ ਕਿਉਂ ਆ ਇਸੇ ਵਿੱਚਕਾਰ ਇੱਕ ਨਵੀਂ ਚੋਣ ਆ ਜਾਣੀ ਹੂੰ ਤਾਂ ਚੈਲੈਂਜਿੰਗ ਹੋਊਗਾ ਬਾਕੀ ਪਾਰਟੀ ਦੇ ਉਹ ਉਹਨਾਂ ਦੀ ਪਾਰਟੀ ਦੇ ਜਿਹੜੇ ਮੇਨ ਬੰਦੇ ਨੇ ਸੁਪਰੀਮੋ ਨੇ ਜਿਹੜੇ ਉਹ ਹਜੇ ਮਤਲਬ ਆਪਾਂ ਕਹਿੰਦੇ ਵੀ ਜੇਲ੍ਹ 'ਚ ਨੇ ਹੂੰ ਤੇ ਤੇ ਰਤਨਜੀਤ ਚਲੋ ਹੁਣ ਇਹ ਸਭ ਵਿਚਕਾਰ ਕੱਲ ਮਾਨ ਸਾਹਿਬ ਦਾ ਪੂਰਾ ਬਿਆਨ ਆ ਗਿਆ ਜੀ ਕੱਲੋ 13 ਮਿੰਟ ਰੂਬਰੂ ਹੋਏ ਸੀ ਮੀਡੀਆ ਦੇ ਨਾਲ ਤੇ ਜਦੋਂ ਗੁਰੂ ਘਰ ਆਏ ਸੀ ਮੱਥਾ ਟੇਕਣ ਦੇ ਲਈ ਜੀ ਤਾਂ ਉਦੋਂ ਫਿਰ ਪੱਤਕਾਂ ਨੇ ਬਹੁਤ ਸਵਾਲ ਕੀਤੇ ਠੋਕ ਠੋਕ ਕੇ ਫਿਰ ਮਾਨ ਸਾਹਿਬ ਘੇਰ ਲਿਆ ਭਾਈ ਹੂੰ ਜਿਹੜੇ ਮਾਨ ਸਾਹਿਬ ਰਿਅਲ ਟਾਊਨ ਤੋਂ ਬਾਅਦ ਉਹਨਾਂ ਦਾ ਹੱਕ ਬੰਦਾ ਸੀ ਇੱਕ ਪ੍ਰੈਸ ਕਾਨਫਰੈਂਸ ਕਰਨ ਦਾ ਹੂੰ ਜਿਹਨੇ ਨਵਾਂ ਬਣਾਇਆ ਇੱਕ মিডিਆ ਸੈਂਟਰ ਬਣਾਇਆ ਨਵਾਂ ਘਰ ਜਿਹਾ ਬਣਾਇਆ ਇੱਕ ਥਾਂ ਘਰ ਰੱਖੀ ਨੇ ਆ ਜਿੱਥੇ ਕੁਰਸੀਆਂ ਕਰਸੀਆਂ ਲੱਗੀਆਂ ਉਹ ਅੱਗੇ ਪਿੱਛੇ ਉਹ ਵਾਲੀਆਂ ਮਾੜੀਆਂ ਮਾੜੀਆਂ ਜੀਆਂ ਜਿਹੜੇ ਮਾਨ ਸਾਹਿਬ ਕਹਿੰਦੇ ਸੀ ਦੇਖੋ ਅਸੀਂ ਤੁਹਾਡੇ ਵਾਸਤੇ ਆ ਬਣਾਤਾ ਜੀ ਵਧੀਆ ਪ੍ਰੈਸ ਕਾਨ ਕਰਨ ਵਾਸਤੇ ਤੇ ਮਾਨ ਸਾਹਿਬ ਨੇ ਕਿਤੇ ਇਹ ਪ੍ਰੈਸ ਕਾਨਫਰੈਂਸ ਉੱਥੇ ਕਰਨੀ ਸੀ ਹੁਣ ਪੱਤਰਕਾਰ ਭਾਈ ਚਾਰੇ ਵੇਟ ਕਰ ਰਹੇ ਸੀ ਕਿ ਮਾਨ ਸਾਹਿਬ ਕਿੱਥੇ ਟੱਕਰਨ ਤੇ ਜਿਹੜੇ ਸੀ ਸਵਾਲ ਲਈ ਫਿਰਦਿਆਂ ਇਸ ਸਵਾਲ ਵਾਲੇ ਬੰਬ ਕਦੋਂ ਮਾਨ ਸਾਹਿਬ ਤੇ ਮਾਰੀਏ ਭਾਈ ਤੇ ਕੱਲ ਫਿਰ ਘੇਰ ਲਿਆ ਮਾਨ ਸਾਹਿਬ ਹਾਂ ਫਿਰ ਕਰਲੇ ਸਵਾਲ ਭਾਈ ਕਹਿੰਦੇ ਮਾਨ ਸਾਹਿਬ ਤੁਸੀਂ ਕਹਿੰਦੇ ਸੀ ਕਿ 13 ਜੀਰੋ ਹੋ ਜਾਣੀ ਆ ਜੀ ਮਾਨ ਸਾਹਿਬ ਕਹਿੰਦੇ ਦੇਖੋ ਜੇ ਆਪਾਂ ਜਾਗੇ ਨਾ ਤੋਪ ਦਾ ਲਾਇਸੈਂਸ ਲੈਣ ਦੇ ਲਈ ਤੇ ਪਿਸਤੌਲ ਤਾਂ ਹੀ ਮਿਲਦਾ ਹਾਂ ਹਾਂ ਜੇ ਕਹਿੰਦੇ ਜਾਂਦੇ ਪਿਸਤੌਲ ਦਾ ਲਾਇਸੈਂਸ ਲੈਣ ਦੇ ਸਾਨੂੰ ਮਿਲਦੇ ਗਲੇਲ ਦਾ ਹਾਂ ਉਹਨੇ ਵੱਡੀ ਗੱਲ ਹੀ ਕਰਨੀ ਚਾਹੀਦੀ ਆ ਹਮਮ ਫੇਰ ਸਵਾਲ ਕਰ ਲੈ ਜੀ 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 ਮੇਰਾ ਇਹਦੇ ਤੇ ਇੰਨਾ ਕੁ ਜ਼ਰੂਰ ਵਿਚਾਰ ਹੋਊ ਠੀਕ ਆ ਚਲੋ ਬਿਆਨ ਸੀਗਾ ਸਾਰਿਆਂ ਨੂੰ ਲੋਕਾਂ ਨੂੰ ਪਤਾ ਸੀ ਪਰ ਇਸ ਗੱਲ ਨੂੰ ਜ਼ਿਆਦਾ ਵੀ ਨਿਕੜੀਸਣਾ ਚਾਹੀਦਾ ਪਰ ਇੰਨਾ ਕੁ ਜ਼ਰੂਰ ਆ ਦੇਖੋ ਨਾ ਤਾਂ ਆਪਣੀ ਮਾਨ ਸਾਹਿਬ ਨਾਲ ਐਸਾ ਜਰਨਲਿਸਟ ਜਾਂ ਐਸਾ ਚੈਨਲ ਕੋਈ ਉਹ ਆ ਵੀ ਕੋਈ ਕਿੜ ਕੱਢਨੀ ਆ ਨਾਮ ਸੁਖਵੀਰ ਬਾਦਲ ਨਾਲ ਨਾ ਰਾਜਾ ਵੜਿੰਗ ਨਾਲ ਨਾ ਰਵਨੀਤ ਬਿੱਟੂ ਜੋ ਜੋ ਵੀ ਪਾਲਟਿਕਾਂ ਗੀਆਂ ਜੇ ਕਿਸੇ ਦਾ ਨਾਮ ਆ ਰਹੀ ਗਿਆ ਉਹ ਪਰ ਇੱਕ ਗੱਲ ਆ ਵੀ ਲੋਕ ਵੀ ਇਹ ਦੇਖਣ ਉਹ ਗੱਲ ਗਈ ਪਰ ਉਹੀ ਆ ਵੀ ਜਿਹੜੀ ਮੌਜੂਦਾ ਸਰਕਾਰ ਆ ਉਹ ਸਾਡੇ ਭਲੇ ਦੀ ਗੱਲ ਕਰੇ ਫੇਰ ਤਾਂ ਦੇਖੋ ਗੱਲ ਹੈਗੀ ਏ ਠੀਕ ਜੇ ਲੋਕਾਂ ਨਾਲ ਮੰਨ ਕੇ ਚੱਲੋ ਵੀ ਧੱਕੇਸ਼ਾਹੀ ਹੋਊਗੀ ਫਿਰ ਦੇਖੋ ਨਿੰਦਿਆ ਤਾਂ ਬਰਾਬਰ ਹੋਊਗੀ ਹਾਂ ਠੀਕ ਆ ਇੱਕ ਇੱਕ ਦੋ ਚੈਨਲ ਚਾਰ ਪੰਜ ਚੈਨਲ ਜੇ ਨਹੀਂ ਵੀ ਕਰਨਗੇ ਨਿੰਦਿਆ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਜੋ ਦੋ ਬੰਦੇ ਨਵੇਂ ਵੀ ਖੜੇ ਹੋ ਕੇ ਜਾਂ ਚਾਰ ਬੰਦੇ ਨਵੇਂ ਹੋ ਕੇ ਖੜੇ ਉਹ ਵੀ ਲੋਕਾਂ ਨੂੰ ਸਚਾਈ ਦਿਖਾ ਸਕਦੇ ਆ ਇਹ ਇਹ ਵੀ ਨਹੀਂ ਵੀ ਆਪਾਂ ਹੀ ਇਕੱਲਾ ਉਹ ਆ ਵੀ ਆਪਾਂ ਜਿਆਦਾ ਆਪਣੇ ਆਪ ਨੂੰ ਕਹਿ ਰਹੇ ਆ ਵੀ ਅਸੀਂ ਇਮਾਨਦਾਰ ਜਾ ਹੋਵੇਂ ਆ ਉਹ ਕਹਿਣਾ ਵੀ ਨਹੀਂ ਚਾਹੀਦਾ ਦੇ ਇਹ ਤਾਂ ਫਿਰ ਦਿਖਾਉਣਾ ਹੀ ਨਹੀਂ ਲੋਕ ਇੰਨੇ ਕਿ ਤਸੋਹਿਰਦਾ ਹੈਗੀ ਆ ਵੀ ਜਦੋਂ ਜਿਵੇਂ ਮੋੜ ਮੰਡੀ ਸੀ ਹੂੰ ਮੋੜ ਮੰਡੀ ਕਿਹੜਾ ਪੱਤਰਕਾਰਾਂ ਨੇ ਕੁਝ ਉਹ ਕਰਿਆ ਸੀ ਜਦੋਂ ਲੋਕ ਫਿਰ ਔਖੇ ਹੋਣ ਲੋਕ ਆਪ ਫਿਰ ਬਾਹਰ ਨਿਕਲਿਆਉਂਦੇ ਆ ਸੜਕਾਂ ਦੇ ਉੱਤੇ ਹਨਾ ਜੀ ਪਰ ਰਤਨ ਜੀ ਦੀ ਖਾਸ ਗੱਲ ਇਹ ਵੀ ਹੈ ਨਾ ਕਿ ਜਦੋਂ ਮਾਨ ਸਾਹਿਬ ਨੂੰ ਸਵਾਲ ਕੀਤਾ ਕਿ ਭਾਈ ਤੁਸੀਂ ਤਾਂ ਤਿੰਨ ਸੀਟਾਂ ਦੇ ਉੱਪਰ ਸਿਮਟ ਗਏ ਤੁਹਾਡਾ ਵੋਟ ਫੀਸ ਦੀ ਵੀ ਘਟ ਗਿਆ ਤਾਂ ਮਾਨ ਸਾਹਿਬ ਕਹਿੰਦੇ ਦੇਖੋ ਭਾਈ ਸਾਡੇ ਕੋਲ ਬਣਾ ਸੀ 1 MP ਉਹ ਵੀ ਮੈਂ ਸੀ ਹੁਣ ਸਾਡੇ ਬਣ ਗਏ 3 MP ਹੂੰ ਕਹ ਹਟਦਾ ਵੱਧਦਾ ਹੋਗਾ ਗਿਣਨੋ ਭਾਈ ਉਹ ਕਹਿੰਦੇ ਦੇਖੋ ਜਿਹੜੀ ਕਾਂਗਸ ਸਾਨੂੰ ਪੰਗਿਆ ਤਕਰੀਬਨ ਕਹਿੰਦੇ 35 ਲੱਖ ਤੇ 20 ਹਜ਼ਾਰ ਵੋਟਾਂ ਤੇ ਕਹਿੰਦੇ ਕਾਂਗਸ ਨੂੰ ਪੰਗਿਆ 35 ਲੱਖ ਤੇ 50 ਹਜ਼ਾਰ ਵੋਟਾਂ ਕਹਿੰਦੇ بس 30 ਹਜ਼ਾਰ ਦਾ ਫਰਕ ਆ ਇਹ ਉਹੀ ਮੇਰੀ ਗੱਲ ਸੁਣੋ ਉਹੀ ਗੱਲ ਆ ਗਈ ਨਾ ਜਿਹੜੀ ਆਪਾਂ ਪਹਿਲਾਂ ਕਹਿੰਦੇ ਹੁੰਦੇ ਸੀ ਵੀ ਮੁੜ ਕੇ ਇਹਨਾਂ ਨੇ ਪਰਸੈਂਟੇਜ ਤੱਕ ਆ ਜਾਣਾ ਕਿਸੇ ਵੀ ਪਾਰਟੀ ਨੇ ਵੀ ਸਾਨੂੰ ਤਾਂ ਦੇਖੋ ਜਿਸ ਦਾ ਨੇੜੇ ਹੀ ਸੀ ਕੰਮ ਉਸ ਫਿਗਰ ਤੇ ਤਾਂ ਹੀ ਸਹੀ ਆ ਹੂੰ ਪਰ ਉਹੀ ਗੱਲ ਆ ਇਹ ਗੱਲ ਨਹੀਂ ਕਹਿਣੀ ਚਾਹੀਦੀ ਪਹਿਲਾਂ ਇੱਕ ਸੀ ਹੁਣ ਅਸੀਂ ਤਿੰਨ ਹੋ ਗਏ ਉਹ ਇੱਕ ਭੱਜ ਗਿਆ ਸੀਗਾ ਉਹੀ ਵੀ ਨਹੀਂ ਸੀ ਉਵੇਂ ਤੇ ਮਗਰੋਂ ਚਾਹੇ ਮਗਰੋਂ ਆ ਕੇ ਭੱਜਿਆ ਟ੍ਰੈਕਟਰ ਦੇ ਤੇ ਭੱਜਦਾ ਗਿਆ ਸੀ ਨਾ ਉਹ ਵੀ ਸੋਡਾ ਹੀ ਨਹੀਂ ਸੀ ਅੰਦਰੋਂ ਤਾਂ ਹੈ ਹੀ ਨਹੀਂ ਸੀ ਸੋਡਾ ਜੇ ਅੰਦਰੋਂ ਕੋਈ ਵੀ ਆਪਾਂ ਕਹਿ ਲਈਏ ਵੀ ਜੜ ਜੁੜੀ ਹੋਵੇ ਫਿਰ ਉਹ ਟੁੱਟਦੀ ਥੋੜੀ ਹੁੰਦੀ ਆ ਹੂੰ ਤੇ ਗੱਲ ਇਹ ਆ ਵੀ ਇਹ ਗੱਲ 'ਚ ਨਹੀਂ ਪਾਣਾ ਚਾਹੀਦਾ ਵੀ ਪਹਿਲਾਂ ਸਾਡਾ ਇੱਕ ਸੀ ਹੁਣ ਤਿੰਨ ਹੋ ਗਏ ਇਹ ਗੱਲ ਤੇ ਪਾਣਾ ਚਾਹੀਦਾ ਬੀਸ ਹਕਮਤੋਲੀਆਂ ਪਹਿਲਾਂ ਖਾਮੀਆਂ ਰਹੀਆਂ ਸੀ ਵੀ ਹੋ ਸਕਦਾ ਸੀ ਲੋਕਾਂ ਦੀਆਂ ਆਸ਼ਾਵਾਂ ਦੇ ਉਲਟ ਪੁੱਟ ਗਏ ਅਸੀਂ ਸਹੀ ਨਹੀਂ ਪੁੱਟੇ ਹੁਣ ਅਸੀਂ ਭਾਈ ਸਾਰਾ ਕੁਝ ਸਹੀ ਕਰ ਗੱਲ ਉਹੀ ਕਰ ਲਾ ਨਹੀਂ ਇਹ ਵੀ ਥੋੜਾ ਜਿਹਾ ਮਾਨ ਸਾਹਿਬ ਬੋਲਦੇ ਨਜ਼ਰ ਆਈ ਨਹੀਂ ਉਹ ਕਹਿੰਦੇ ਕਿ ਅਸੀਂ ਐਨਾਲਾਈਜ਼ ਕਰ ਰਹੇ ਹਾਂ ਜੀ ਕਿੱਥੇ ਗਲਤੀਆਂ ਰਹੀਆਂ ਅਸੀਂ ਇਹ ਵੀ ਦੇਖ ਰਹੇ ਹਾਂ ਪਰ ਨਾਲੇ ਵੀ ਕਹੀ ਨਾ ਉਹ ਕਹਿੰਦੇ ਨਾਲੇ ਵੀ ਕਹਿੰਦੇ ਕਿ ਪਹਿਲਾਂ ਸਾਡੇ ਕੋਲ ਤਕਰੀਬਨ ਸੀ 7% ਦੀ ਵੋਟ ਸ਼ੇਅਰ ਸੀ 19 ਚ ਹੁਣ ਸਾਡੇ ਕੋਲ ਕਹਿੰਦੇ 26% ਆ ਗਿਆ ਕਹਿੰਦੇ ਕਾਂਗਰਸ ਕੋਲੇ 19 ਚ 42 ਸੀ ਨਾ ਉਹ 26 ਰਹਿ ਗਿਆ ਮਤਲਬ ਇਹ ਕੱਲ ਤੁਹਾਡੀ ਧੱਕਾ ਇਹ ਕਰ ਗਏ ਮਨ ਲੱਗਦਾ ਕੋਈ ਕਰ ਨਹੀਂ ਕੋਈ ਨਹੀਂ ਪੰਜਾਬ ਪੰਜਾਬ ਇਹ ਨਹੀਂ ਕਹਿੰਦਾ ਵੀ ਚਲੋ ਕੋਈ ਨਾ ਰਾਜਨੀਤਿਕ ਬਿਆਨ ਤੇ ਧੱਕੇਸ਼ਾਹੀ ਚੱਲ ਜੂ ਪਰ ਲੋਕਾਂ ਦੇ ਨਾਲ ਧੱਕੇਸ਼ਾਹੀ ਨਹੀਂ ਚਲਣੀ ਪਰ ਮੀ ਤਾਂ ਹਨਾ ਹੂੰ ਬਿਲਕੁਲ ਬਿਲਕੁਲ ਆਪਾਂ ਦਾ ਕਹਿਣਾ ਹੈ ਨਾ ਉਕਾ ਉਹੀ ਗੱਲ ਆ ਜਿਹੜੀ ਹਮੇਸ਼ਾ ਕਹਨੇ ਆ ਆਮ ਆਦਮੀ ਪਾਰਟੀ ਦਾ ਇਕੱਲਾ ਦਾ ਮੁੱਖ ਮੰਤਰੀ ਨਹੀਂ ਭਗਵਾਨ ਤੁਮਾਨੂੰ ਸਾਰੇ ਪੂ ਸਟੇਟ ਦਾ ਮੁੱਖ ਮੰਤਰੀ ਆ ਤੇ ਵਧੀਆ ਕਰੇ ਸਾਰੀ ਸਟੇਟ ਲਈ ਆਪਾਂ ਤਾਂ ਕਹਨੇ ਆ ਬਾਈ ਹੂੰ ਹਾਂ ਕੋਈ ਵਧੀਆ ਪੋਲਿਟਿਕਸ ਹੈਗੀ ਪੋਲਿਟਿਕਸ ਹੋਵੇ ਪੰਜਾਬ 'ਚ ਜੀ ਤਾਂ ਰਤਨ ਜੀ ਏਸੀ ਵਿਚਾਰਨਾ ਆਮ ਆਦਮੀ ਪਾਰਟੀ ਦੇ ਇੱਕ ਐਮਐਲਏ ਨੇ ਐਮਰਸਰ ਤੋਂ ਡਾਕਟਰ ਸਾਹਿਬ ਮਤਲਬ ਮੈਨੂੰ ਯਾਦ ਨਹੀਂ ਆਪਾਂ ਪਿਛਲੇ ਪੌਡਕਾਸਟ ਗੱਲ ਕੀਤੀ ਕਿ ਨਹੀਂ ਕੀਤੀ ਉਹਨਾਂ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਨਹੀਂ ਕਰੀ ਵੀ ਨਹੀਂ ਕਰੀ ਆਪਾਂ ਪਿਛਲੇ ਚ ਨਹੀਂ ਗੱਲ ਕਰੀ ਮੈਂ ਵੀ ਉਹ ਵੀਡੀਓ ਮੇਰੇ ਤੱਕ ਪਹੁੰਚੀ ਆ ਉਹ ਮੈਂ ਪਰ ਸਾਰੀ ਨਹੀਂ ਸੁਣ ਪਾਇਆ ਪਰ ਮੈਨੂੰ ਪਤਾ ਲੱਗ ਗਿਆ ਕਿਉਂਕਿ ਇੱਕ ਦੋ ਬੰਦੇ ਨੇ ਉਹਦੇ ਬਾਰੇ ਲਿਖਿਆ ਹੈਗਾ ਹਾਂਜੀ ਹੂੰ ਮਤਲਬ ਉਹ ਚ ਵਿਧਾਇਕ ਸਾਹਿਬ ਤਾਂ ਕਹਿ ਰਹੇ ਨੇ ਕਿ ਭਾਈ ਦੇਖੋ ਕਿ ਕੋਈ ਬਦਲਾਅ ਬਲੂ ਨਹੀਂ ਆਇਆ ਨਸ਼ੇ ਦਾ ਹੀ ਪੂਰਾ ਬੋਲ ਵਾਲਾ ਇੱਥੇ ਤਾਂ ਤੇ ਭੇਸ਼ਟਾਚਾਰ ਵੀ ਪੂਰਾ ਉਹ ਮਤਲਬ ਆਪਦੀ ਸਰਕਾਰ ਦੇ ਤੇ ਕੁਲਦੀਪ ਸਿੰਘ ਢਾਲੀਵਾਲ ਦੇ ਸਾਹਮਣੇ ਰਤਨਜੀਤ ਬੋਲਦੇ ਨਜ਼ਰ ਆਉਂਦੇ ਨੇ ਇਹ 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 ਕਿਹੜੇ ਐਮਐਲਏ ਨੇ ਸੈਂਟਰਲ ਤੋਂ ਨਹੀਂ ਮਿਲਦਾ ਹਾਂ ਹਾਂਜੀ ਹਾਂਜੀ ਹਾਂ ਸਰ ਜੀ ਜੀ ਤੇ ਇੱਕ ਗੱਲ ਇਹ ਵੀ ਆ ਵੀ ਜਿਹੜੇ ਇਹ ਐਮਐਲਏ ਨੇ ਇਦੋਂ ਪਹਿਲਾਂ ਹੀ ਪੰਜਾਬ ਦੇ ਇੱਕ ਹੋਰ ਐਮਐਲਏ ਉਹ ਵੀ ਅੰਮ੍ਰਿਤਸਰ ਤੋਂ ਤਮਰ ਵਿਜੇ ਪ੍ਰਤਾਪ ਸਿੰਘ ਜਿਨ੍ਹਾਂ ਨੂੰ ਐਸਾ ਐਮਐਲਏ ਵੀ ਲੋਕ ਚਲੋ ਹੁਣ ਜਾਣਦੇ ਪਰ ਪਹਿਲਾਂ ਤੋਂ ਹੀ ਉਹ ਬਹੁਤ ਆਪਾਂ ਕਹਿੰਦੇ ਵੀ ਜਾਣ ਪਛਾਣ ਆ ਉਹਨਾਂ ਦੀ ਹਨਾ ਅਫਸਰ ਦੇ ਤੌਰ ਤੇ ਵੀ ਤੇ ਵੱਡੇ ਕੇਸਾਂ ਦੇ ਤੌਰ ਤੇ ਵੀ ਹਨਾ ਹਾਂ ਉਨਰ ਵੀ ਕਹੀ ਆ ਇਹ ਤਾਂ ਹੁਣ ਦੇਖੋ ਇਹ ਤਾਂ ਇਹ ਤਾਂ ਹੁਣ ਕਿਸੇ ਨੇ ਕੋਈ ਪੱਤਰਕਾਰ ਨੇ ਕੋਈ ਵਿਰੋਧੀ ਨੇ ਨਹੀਂ ਨਾ ਕਿਹਾ ਹੂੰ ਇਹਦੇ ਤੇ ਹੁਣ ਮੈਨੂੰ ਲੱਗਦਾ ਵੀ ਆਪਾਂ ਤਾਂ ਹੁਣ ਕੀ ਇਹਦੀ ਜੀਰ ਫਾੜ ਕਰੀਏ ਗੱਲ ਦੀ ਇਹ ਤਾਂ ਲੋਕਾਂ ਦੇ ਸਾਹਮਣੇ ਆ ਗੱਲ ਇਹਦੇ ਤਾਂ ਸਟੇਟ ਦੇ ਮਤਲਬ ਹੈੱਡ ਨੂੰ ਐਕਸ਼ਨ ਲੈਣਾ ਚਾਹੀਦਾ ਵੀ ਕੌਣ ਤਾਂ ਇੱਕ ਉਹ ਗੱਲ ਜ਼ਰੂਰ ਕਰ ਲਓ ਪਰ ਮੀਤ ਜਿਹੜੀ ਸੱਚ ਆਪਣੇ ਪੱਤਰਕਾਰ ਨੂੰ ਡਿਟੇਨ ਕਰਿਆ ਸੀ ਉਹ ਕਹਾਣੀ ਜ਼ਰੂਰ ਅੱਜ ਦੱਸ ਦੇ ਜੇ ਤੈਨੂੰ ਕੁਝ ਪਤਾ ਲੱਗਿਆ ਉਹਦੇ ਬਾਰੇ ਮਤਲਬ ਹਾਂ ਮਤਲਬ ਰਣਜੀਤ ਗੇਲ ਨੇ ਗਿੱਦੜਵਾਤੋਂ ਜੀ ਪੱਤਰਕਾਰ ਉਹਨਾਂ ਕੀਤੇ ਗਿਆ ਸੀ ਡਿਟੇਨ ਆ ਉਹ ਤੋਂ ਮੈਂ ਉੱਥੇ ਮੌਕੇ ਤੇ ਮੌਜੂਦ ਸੀ ਤੇ ਉਸ ਤੋਂ ਬਾਅਦ ਨਾ ਮੁਕਸਰ ਪੁਲਿਸ ਇੱਕ ਵੀਡੀਓ ਪਾਉਂਦੀ ਆ ਰਤਨਜੀਤ ਫੈਕਟ ਚੈੱਕ ਦੇ ਨਾਮ ਤੇ ਉੱਪਰ ਜੀ ਮਤਲਬ ਉਹਦੇ ਪੁਲਿਸ ਵਾਲੇ ਕਹਿੰਦੇ ਆ ਉੱਥੇ ਬੈਠੇ ਨੇ ਡੀਐਸਪੀ ਸਾਹਿਬ ਬੈਠੇ ਨੇ ਪਨੂਤ ਸਾਹਿਬ ਦੇ ਨਾਲ ਇੱਕ ਐਸਪੀ ਸਾਹਿਬ ਸੀ ਨੀ ਉਹ ਕਹਿੰਦੇ ਦੇਖੋ ਜੀ ਰਣਜੀਤ ਗਿਲ ਤਾਂ ਪੱਤਰਕਾਰ ਹੀ ਹੈਣੀ ਹੂੰ ਮਤਲਬ ਉਹ ਇਹ ਗੱਲ ਕਹਿ ਰਿਹਾ ਕਿ ਪੱਤਰਕਾਰ ਹੈਣੀ ਜੀ ਇਹ ਸਾਰੀ ਗੱਲ ਝੂਠੀ ਆ ਤੇ ਅਜੇ ਕੁਝ ਵੀ ਨਹੀਂ ਹੋਇਆ ਹਾਂ ਚਲੋ ਮੰਨ ਲਓ ਅਸੀਂ ਪਹਿਲਾਂ ਇਹ ਮੰਨ ਲੈਂਦੇ ਆ ਕਿ ਜਦ ਪੱਤਰਕਾਰ ਹੈਣੀ ਉਹਨਾਂ ਦੇ ਮੁਤਾਬਕ ਹੂੰ ਸੀ ਡਿਟੇਨ ਤਾਂ ਕੀਤਾ ਸੀ ਉਹ ਨਹੀਂ ਅਸੀਂ ਡਿਟੇਨ ਵੀ ਨਹੀਂ ਕੀਤਾ ਅਸੀਂ ਜੀ ਮਤਲਬ ਵੀਡੀਓ ਪ੍ਰੂਫ ਸਾਡੇ ਕੋਲ ਮੌਜੂਦ ਨੇ ਉਹ ਸਾਰਾ ਕੁਝ ਸੋਸ਼ਲ ਮੀਡੀਆ ਤੇ ਵਾਇਰਲ ਵੀ ਹੋ ਰਿਹਾ ਤੇ ਪੁਲਿਸ ਵਾਲੇ ਕਹਿ ਰਹੇ ਸੀ ਵੇਖੋ ਜੀ ਰਣਜੀਤ ਗਿੱਲ ਤਾਂ ਪੱਤਰਕਾਰ ਵੀ ਹੈ ਨਹੀਂ ਤੇ ਜਾਇ ਕੁਝ ਵੀ ਹੈ ਨਹੀਂ ਕੋਈ ਲਿਸਟੂ ਸਟਰੀ ਗੱਲ ਹੈ ਜੀ ਐਡੀ ਗੱਲ ਹੈ ਨਹੀਂ ਸੀ ਮਤਲਬ ਉਹ ਐ ਪੂਰੀ ਇਬਾਰਤ ਜੀ ਬਣਾਏ ਨਜ਼ਰ ਆਉਂਦੇ ਨੇ ਪਰ ਇੱਕ ਆਮ ਆਦਮੀ ਪਾਰਟੀ ਚ ਇੱਕ ਨਾਮ ਸ਼ਾਮਲ ਹੁੰਦਾ 2022 ਤੋਂ ਬਾਅਦ ਬਲਤੇਜ ਪੰਨੂ ਹੋਰਾਂ ਦਾ ਜਿਹੜੇ ਮਾਨ ਸਾਹਿਬ ਦੇ ਬਹੁਤ ਖਾਸ ਨੇ ਡਾਇਰੈਕਟਰ ਸਾਹਿਬ ਵੀ ਨਹੀਂ ਭਈ ਉਹ ਜਿਹੜੇ ਪੱਤਰਕਾਰ ਪੱਤਰਕਾਰ ਵੀ ਰਹੇ ਨੇ ਪੱਤਰਕਾਰੀ ਕਹਿ ਸਕਦੇ ਹਾਂ ਹਾਂ ਮਤਲਬ ਉਹ ਰਣਜੀਤ ਗਿੱਲ ਨੂੰ ਰਹੇ ਨੇ ਹੁਣ ਹਾਂ ਹੁਣ ਉਹ ਹੁਣ ਉਹਨਾਂ ਕੋਲੇ ਕੋਈ ਅਹੁਦਾ ਹੈਗਾ ਉਹ ਆਰਟੀ ਦੇ ਵਿੱਚ ਬਿਲਕੁਲ ਬਿਲਕੁਲ ਸਰਕਾਰ ਦੇ ਵਿੱਚ ਮੀਡੀਆ ਡਾਇਰੈਕਟਰ ਨੇ ਉਹ ਮਾਨ ਦੇ ਲਈ ਸਾਹਿਬ ਦੇ ਲਈ ਤੇ ਉਹਨਾਂ ਦਾ ਮੈਸੇਜ ਆਂਦਾ ਰਣਜੀਤ ਗਿੱਲ ਨੂੰ ਪਹਿਲਾਂ ਰਣਜੀਤ ਗਿੱਲ ਨੂੰ ਮੈਸੇਜ ਕਰਦਾ ਵੇਖੋ ਤੁਹਾਡੀ ਸਰਕਾਰ ਸਾਡੇ ਨਾਲ ਕੀ ਕੁਝ ਹੋ ਰਿਹਾ ਤਾਂ ਉਸ ਤੋਂ ਬਾਅਦ ਬਲਤੇਜ ਪੰਨੂ ਜੀ ਮੈਸੇਜ ਕਰਦੇ ਨੇ ਰਣਜੀਤ ਮੈਨੂੰ ਆਕੇ ਮਿਲੋ ਤੁਸੀਂ ਜੀ ਸ਼ਨੀਵਾਰ ਨੂੰ ਉਹ ਰਣਜੀਤ ਉਹਨਾਂ ਨੂੰ ਮਿਲ ਕੇ ਆਉਂਦਾ ਜੀ ਪੂਰਾ ਉਹ ਜਿਹੜਾ ਲੈਟਰ ਸੀ ਉਹ ਚਿੱਠੀ ਸੀਲ ਬੰਦ ਸੀ ਉਹ ਦੇ ਕੇ ਆ ਪੰਨੂ ਸਾਹਿਬ ਨੂੰ ਕਿ ਜੀ ਆਹ ਬੰਦਿਆਂ ਦੇ ਨਾਮ ਆ ਇਹ ਬੰਦਿਆਂ ਨੇ ਸਾਡੇ ਇਲਾਕੇ ਵਿੱਚ ਨਸ਼ਾ ਬਹੁਤ ਵੇਚ ਵੇਚਿਆ ਤੇ ਲਗਾਤਾਰ ਵੇਚ ਵੀ ਰਹੇ ਆ ਤਿੰਨਾਂ ਕਰਕੇ ਸਾਡੇ ਇੱਥੇ ਧੀਆ ਪੁੱਤਾਂ ਦੀਆਂ ਮੌਤਾਂ ਹੋ ਰਹੀਆਂ ਨੇ ਤਾਂ ਪੰਨੂ ਸਾਹਿਬ ਕਹਿੰਦੇ ਕੋਈ ਗੱਲ ਨਹੀਂ ਜੀ ਗਿੱਲ ਸਾਹਿਬ ਤੁਹਾਡਾ ਸਾਨੂੰ ਚਿੱਠੀ ਮਿਲ ਚੁੱਕੀ ਹੈ ਤੇ ਇਹ ਚਿੱਠੀ ਇਸੇ ਤਰੀਕੇ ਨਾਲ ਸੀਲ ਬੰਦੀ ਮੈਂ ਮਾਨ ਸਾਹਿਬ ਤੱਕ ਲੈ ਕੇ ਜਾਊਂਗਾ ਉੱਥੇ ਸੀ ਜਰੂਰ ਹੋੜ ਚਿੱਠੀ ਲੈ ਕੇ ਜਾਵਾਂਗੇ ਹਾਂਜੀ ਮਾਨ ਸਾਹਿਬ ਮੁੱਖ ਮੰਤਰੀ ਤੱਕ ਮੁੱਖ ਮੰਤਰੀ ਤੱਕ ਹਾਂਜੀ ਹਾਂ ਤਾਂ ਮੈਂ ਹੁਣ ਸਵਾਲ ਉਹਦਾ ਪਹਿਲਾਂ ਪੁਲਿਸ ਵਾਲਿਆਂ ਨੂੰ ਭਾਈ ਡੀਐਸਪੀ ਸਾਹਿਬ ਨੂੰ ਆ ਕੀ ਦੱਸੋ ਭਈ ਹੁਣ ਜੇ ਰਣਜੀਤ ਗਿੱਲ ਤੁਸੀਂ ਕਿਹ ਪੱਤਰਕਾਰ ਹੈਣੀ ਤਾਂ ਮੜਾ ਜਾ ਦੇ ਡਾਇਰੈਕਟਰ ਸਾਹਿਬ ਨੂੰ ਪੁੱਛ ਲੈਂਦੇ ਪੁਲਤੇਜ ਪੰਨੂ ਜੀ ਨੂੰ ਕਿ ਰਣਜੀਤ ਗਿੱਲ ਕੌਣ ਆ ਜਾ ਉੱਥੋਂ ਜਿਹੜੀ ਪ੍ਰੈਸ ਕਲੱਬ ਨੂੰ ਪੁੱਛ ਲੈਂਦੇ ਜੀ ਜੀ ਮਤਲਬ ਹੁਣ ਤਾਂ ਉਹ ਆ ਨਾ ਮਤਲਬ ਪੋਲਿਸ ਦਾ ਕੀ ਬਖ ਰਿਓ ਕਹਿੰਦੇ ਇਹਨੇ ਕੋਲ yellow card ਹੈ ਨਹੀਂ ਮਤਲਬ ਇੱਕ ਇਹ ਨਵੇਂ ਗਿੱਦਰ ਸਿੰਘ ਜੀ ਨਾ ਸਰਕਾਰ ਕੋਲ ਅੱਜ ਕੱਲ yellow card ਵਾਲੀ ਕਿਉਂ ਕਹਿੰਦੇ yellow card ਤੋਂ ਬਿਨਾਂ ਵਾਲਾ ਪੱਤਰਕਾਰ ਹੀ ਹੈ ਨਹੀਂ ਤੇ yellow card ਕਿਦੇ ਬੰਦਿਆ ਇਹ ਪੂਰੇ ਪੰਜਾਬ ਦੇ ਇਕੱਲੇ ਇਕੱਲੇ ਪੱਤਰਕਾਰ ਨੂੰ ਪਤਾ ਹਾਂ ਮਤਲਬ ਜੇ ਤੁਸੀਂ ਉੱਧੇ ਮਾਨ ਸਾਹਿਬ ਉਹ ਫੜ ਲੈਂਦੇ ਚਿੱਠੀ ਤਾਂ ਅੱਜ ਰੌਲਾ ਨਹੀਂ ਪੈਂਦਾ ਸੀ ਤੇ ਜੀ ਬਲਤੇਜ ਪੰਨੂ ਤੱਕ ਨੂੰ ਵੀ ਹਰਕਤ ਨਾ ਕਰਨੀ ਪੈਂਦੀ ਤੇ ਹੁਣ ਅਮੀਤ ਰਤਨ ਜੀ ਇਹ ਹੀ ਹੈ ਕਿ ਜੇ ਉਤੇ ਕੋਈ ਐਕਸ਼ਨ ਹੁੰਦਾ ਜੀ ਮਤਲਬ ਮੇਨ ਤਾਂ ਹੋਣਾ ਕਿ ਜਦੋਂ ਚਿੱਠੀ ਹੁਣ ਪੰਨੂ ਸਾਹਿਬ ਨੇ ਲੈ ਲਈ ਉਹ ਤੇ ਪਹੁੰਚ ਕੇ ਕਹਿੰਦੇ ਮੁੱਖ ਮੰਤਰੀ ਸਾਡੇ ਚਿੱਠੀ ਪੱਕਾ ਅਸੀਂ ਲੈ ਕੇ ਜਾ ਰਹੇ ਹਾਂ ਤੇ ਜੇ ਉਹਦਾ ਹੱਲ ਵੀ ਹੁੰਦਾ ਤਾਂ ਉਹਨਾਂ ਲੋਕਾਂ ਦੇ ਖਿਲਾਫ ਕਾਰਵਾਈ ਹੁੰਦੀ ਆ ਫੇਰ ਵਾਕਈ ਮੰਨਾਂਗੇ ਕਿ ਮਾਨ ਸਾਹਿਬ ਜਾਂ ਮਾਨ ਸਰਕਾਰ ਵਾਕਈ ਲੋਕਾਂ ਦੀਆਂ ਸ਼ਿਕਾਇਤਾਂ ਤੇ ਕੰਮ ਕਰਦੀ ਆ ਜੀ ਹੂੰ ਤਾਂ ਆਪਾਂ ਗੱਲ ਕਰ ਰਹੇ ਸੀ ਜੀ ਆਪਾਂ ਤਾਂ ਇਹੀ ਕਹਿੰਦੇ ਮੈਂ ਤਾਂ ਨੀਰਾ ਤਾਂ ਇਹਦੇ ਤੇ ਇਹੀ ਟਿੱਪਣੀ ਹੋਊਗੀ ਕਿ ਜਿਹੜਾ ਬਲਤੇਜ ਪੰਨੂ ਜੀ ਨੇ ਜੇ ਉਹਨਾਂ ਨੇ ਪੱਤਰਕਾਰ ਨੂੰ ਮਤਲਬ ਬੁਲਾਇਆ ਆਪਦੇ ਕੋਲ ਜਦੋਂ ਪੱਤਰਕਾਰ ਨੇ ਪਹਿਲਾਂ ਆਪ ਸੰਪਰਕ ਕੀਤਾ ਹੂੰ ਚੰਗੀ ਗੱਲ ਆ ਪਰ ਜਿਹੜਾ ਸੀਲ ਬੰਦ ਰਫਾ ਗਾ ਉਮੀਦ ਉਮੀਦ ਇਹੀ ਕਰਦੇ ਆਂ ਵੀ ਉਹ ਮੁੱਖ ਮੰਤਰੀ ਸਾਹਿਬ ਤੱਕ ਪਹੁੰਚੇ ਤੇ ਉਹ ਕਾਰਵਾਈ ਵੀ ਹੋਵੇ ਉਹਦੇ ਤੇ ਹੂੰ ਤੇ ਦੂਜੀ ਗੱਲ ਇਹ ਆ ਜਰੂਰ ਵੀ ਮੁੱਖ ਮੰਤਰੀ ਸਾਹਿਬ ਜਰੂਰ ਆਪਣੇ ਅਧਿਕਾਰੀਆਂ ਨੂੰ ਜਰੂਰ ਇਹ ਕਹਿਣ ਵੀ ਇਹ ਕਿਨੇ ਆ ਮਤਲਬ ਵੀ ਇਹ ਕਿਹੜੀ ਵੈਰੀਫਿਕੇਸ਼ਨ ਤੋਂ ਬਿਨਾਂ ਹੀ ਤੁਸੀਂ ਇਹ ਕਹਿੰਦਾ ਵੀ ਉਹ ਮੁੰਡਾ ਪੱਤਰਕਾਰ ਨਹੀਂ ਜਾਂ ਨਹੀਂ ਹੂੰ ਤੇ ਦੂਜੀ ਗੱਲ ਆਪਣੀ ਇਹ ਵੀ ਆ ਨਾਲ ਦੀ ਨਾਲ ਇੱਕ ਪੁਆਇੰਟ ਕਿਉਂਕਿ ਜਦੋਂ ਹੀ ਬਰਤੇਜ ਪੰਨੂ ਦਾ ਜ਼ਿਕਰ ਆਉਂਦਾ ਆਪਣੇ ਸੀਨੀਅਰ ਨੇ ਉਹ ਹੂੰ ਪਰ ਉਹਦੇ ਵਿੱਚ ਇੱਕ ਜ਼ਰੂਰ ਗੱਲ ਆ ਜਿਹੜੀ ਲੋਕ ਹਮੇਸ਼ਾ ਕਹਿੰਦੇ ਆ ਵੀ ਸਿੱਧੂ ਮੂਸੇ ਵਾਲੇ ਦੇ ਕੇਸ ਨੂੰ ਲੈ ਕੇ ਵੀ ਤੇ ਮੈਂ ਇਹ ਤਾਂ ਇਵੇਂ ਕਹਣਾ ਵੀ ਉਹਨਾਂ ਨੂੰ ਉਹਦੇ ਤੇ ਵੀ ਆਪਦੀ ਕਲੀਅਰੈਂਸ ਆ ਜਾਂ ਉਹਦੇ ਤੇ ਗੱਲਬਾਤ ਰੱਖਣੀ ਹੋਣੀ ਆ ਬਿਲਕੁਲ ਬਿਲਕੁਲ ਕੀ ਆ ਮਤਲਬ ਠੀਕ ਹੈ ਹੋ ਸਕਦਾ ਉਹ ਨਾਦੋਸ਼ੀ ਹੋਣ ਹੋ ਸਕਦਾ ਦੋਸ਼ੀ ਹੋਣ ਸਕਿਉਰਿਟੀ ਲੀਕ ਵਾਲੇ ਦੇ ਵਿੱਚ ਉਹਨੇ ਗੱਲਾਂ ਬਰਾਬਰ ਬਰਾਬਰ ਆਪ ਦਾ ਉਹਨਾਂ ਨੂੰ ਪੱਖ ਰੱਖਣਾ ਚਾਹੀਦਾ ਦੇਖੋ ਉਹ ਵੀ ਪੱਤਰਕਾਰ ਰਹੇ ਨੇ ਹਾਂ ਤੇ ਹੁਣ ਵੀ ਉਹ ਮਤਲਬ ਬਹੁਤ ਸਾਰੇ ਜਰਨਲਿਸਟਾਂ ਦੇ ਨੇੜੇ ਨੇ ਤੇ ਇਹਦੇ ਚ ਕਿਤੇ ਨਾ ਕਿਤੇ ਉਹਨਾਂ ਦੀ ਛਵੀ ਨੂੰ ਵੀ ਉਹੋ ਢਾਹ ਲੱਗਦੀ ਆ ਹਾਂ ਜੇ ਕੋਈ ਕੋਈ ਕੇਸ ਦਾ ਜੇ ਆਪਾਂ ਕਹਿ ਲਈਏ ਵੀ ਉਵੇਂ ਕੋਈ ਪ੍ਰੋਟੋਕੋਲ ਆ ਉਹਦੇ ਲਈ ਵੀ ਉਹਨਾਂ ਨੂੰ ਜ਼ਰੂਰ ਇੱਕ ਵਾਰ ਆਪਦੇ ਬੋਲਣਾ ਚਾਹੀਦਾ ਵੀ ਕੇਸ ਕਰਕੇ ਅਸੀਂ ਇਹਦੇ ਤੇ ਕਮੈਂਟ ਨਹੀਂ ਕਰ ਸਕਦੇ ਕਿਉਂਕਿ ਲੋਕਾਂ ਦੇ ਵਿੱਚ ਇਸ ਨੂੰ ਲੈ ਕੇ ਬਲਤੇਜ ਪੰਨੂ ਦੀ ਛਵੀ ਬਹੁਤ ਖਰਾਬ ਹੋਈ ਆ ਕਰਕੇ ਮੂਸਾ ਪਰਿਵਾਰ ਦੀ ਆਪਾਂ ਜੇ ਗੱਲ ਕਰ ਲਈਏ ਅੱਜ ਜਿਹ ਦਿਨਾਂ ਗੱਲ ਕਰਦੇ ਆਪਾਂ ਇਹ ਸਦੂ ਮੂਸੇ ਵਾਲੇ ਦਾ ਜਨਮ ਦਿਨ ਵੀ ਆ ਹਾਂਜੀ ਹਾਂਜੀ ਪਰ ਲੋਕ ਉਹ ਇਨਸਾਫ ਨਾ ਮਿਲਣ ਕਰਕੇ ਇਨਸਾਫ ਦੇ ਵਿੱਚ ਦੇਰੀ ਹੋਣ ਕਰਕੇ ਤਾਂ ਲੋਕ ਮਤਲਬ ਬਹੁਤ ਹੋਰ ਹਿਸਾਬ ਨਾਲ ਮਤਲਬ ਦੇਖਦੇ ਨੇ ਹਣਾ ਮਤਲਬ ਆਪਾਂ ਕਹਿ ਦਈਏ ਵੀ ਦੁੱਖ ਜਣੇ ਲੋਕ ਹੂੰ ਤਾਂ ਸੁਭਾਲਤਾ ਰਹੇ ਜੇਕਰ ਪੰਨੂ ਸਾਹਿਬ ਸਾਹਮਣੇ ਆ ਕੇ ਆਪਣਾ ਇੱਕ ਵਾਰ ਪੱਖ ਦੇ ਦੇਣਗੇ ਤਾਂ ਉਹ ਗੱਲ ਕਲੀਅਰ ਹੋ ਜਾਊਗੀ ਮਤਲਬ ਜਿਹੜੇ ਇਲਜ਼ਾਮ ਲੱਗਦੇ ਨੇ ਜਾਂ ਉਹਨਾਂ ਦੇ ਉੱਪਰ ਉਹਨਾਂ ਦੀ ਸ਼ੋਭੀ ਖਰਾਬ ਹੋ ਰਹੀ ਆ ਉਹ ਸਭ ਕੁਝ ਕਲੀਅਰ ਹੋ ਜਾਊਗਾ ਮੀਡੀਆ ਡਾਇਰੈਕਟਰ ਹੋ ਗਿਆ ਮੀਡੀਆ ਸਲਾਹਕਾਰ ਹੋ ਗਿਆ ਇਹ ਬੰਦੇ ਸਰਕਾਰ ਦੀ ਪਰਛਾਈਂ ਹੁੰਦੇ ਆ ਸਰਕਾਰ ਲੋਕਾਂ ਦੀ ਵੀ ਪਰਛਾਈਂ ਸਰਕਾਰ ਦੀ ਵੀ ਸਰਕਾਰ ਲੋਕਾਂ ਦੀ ਗੱਲ ਸਰਕਾਰ ਤੱਕ ਸਹੀ ਦੱਸਣੀ ਸਰਕਾਰ ਸਟੇਟ ਮੁੱਖ ਮੰਤਰੀ ਦਾ ਹੋਰ ਕੋਈ ਕੁਝ ਨਹੀਂ ਕਰਦਾ ਦੇਖੋ ਉਹ ਉਹਦੀ ਮਰਜ਼ੀ ਆ ਉਹਦੀ ਵਿਲ ਪਾਵਰ ਦਾ ਮਸਲਾ ਹੈ ਪਰ ਕੱਲ ਨੂੰ ਜਦੋਂ ਸਰਕਾਰ ਜਾਂਦੀ ਆ ਤੇ ਜਦੋਂ ਉਹ ਬੰਦੇ ਦਾ ਕਾਰਜਕਾਲ ਖਤਮ ਹੁੰਦਾ ਹੈ ਦਾ ਮੀਡੀਆ ਡਾਇਰੈਕਟਰ ਹੈ ਦਾ ਮੀਡੀਆ ਸਲਾਹਕਾਰ ਤਾਂ ਲੋਕਾਂ ਨੂੰ ਦੱਸ ਸਕਦਾ ਵੀ ਉਦੋਂ ਮੈਂ ਇੱਕ ਫਟਰੀ ਇਹ ਤੇ ਇੱਕ ਸੀਮਾ ਦੇ ਵਿੱਚ ਬੰਨਿਆ ਹੋਇਆ ਸੀ ਪਰ ਆ ਵਕਤੇ ਮੈਂ ਆਹ ਮੇਲਾ ਜਾਂ ਆ ਚੀਜ਼ਾਂ ਮੁੱਖ ਮੰਤਰੀ ਨੂੰ ਰਿਟਰਨ ਦੇ ਵਿੱਚ ਦਿਂਦਾ ਰਿਹਾ ਜਿੰਨਾ ਦਾ ਮੇਰੇ ਕੋਲੇ ਸਾਰਾ ਸਬੂਤ ਰਸੀਵਿੰਗਸ ਵਗੈਰਾ ਹੈ ਗਿਆ ਗੱਲ ਦੇਖੋ ਉਹੀ ਗੱਲ ਆ ਜਦੋਂ ਤੱਕ ਸਟਰੋਂਗ ਗਰਲ ਸਟਰੋਂਗ ਬੰਦੇ ਮਤਲਬ ਨਹੀਂ ਕਰਨਗੇ ਕਿਉਂਕਿ ਸਟਰੋਂਗ ਬੰਦਾ ਉਹੀ ਜਿਹਦੇ ਕੋਲੇ ਪਾਵਰ ਠੀਕ ਹੈ ਜੀ ਪਾਵਰ ਕੂਟੀ ਜਾਂ ਬੱਟੀ ਠੀਕ ਫਿਰ ਸਟਰੋਂਗ ਬੰਦਾ ਉਹ ਉਦੋਂ ਸਾਬਤ ਹੁੰਦਾ ਜਦੋਂ ਲੋਕਾਂ ਨੂੰ ਸਾਰੀ ਸੱਚਾਈ ਦੱਸਦਾ ਜੇ ਮੈਟਰ ਸੋਲਵ ਹੋ ਜਾਣ ਫਿਰ ਤਾਂ ਦੇਖੋ ਫਿਰ ਤਾਂ ਵਾਹ ਵਾਹ ਉਹ ਬੰਦੇ ਦੀ ਵੀ ਹੁੰਦੀ ਆ ਸਰਕਾਰ ਦੀ ਵੀ ਹੁੰਦੀ ਆ ਤੇ ਮੁੱਖ ਮੰਤਰੀ ਦੀ ਵੀ ਹੁੰਦੀ ਆ ਜੇ ਨਾ ਹੋਣ ਤੇ ਉਦੋਂ ਬਾਅਦ ਜਦੋਂ ਆਪਦਾ ਕਾਰਜਕਾਲ ਖਤਮ ਹੋਣ ਤੋਂ ਬਾਅਦ ਦੱਸਦਾ ਵੀ ਦੇਖੋ ਜੀ ਇਹਦੇ 'ਚ ਮੇਰੀ ਕੋਈ ਗਲਤੀ ਨਹੀਂ ਮੈਂ ਆ ਤੀਜਾ ਵਕਤ-ਵਕਤ ਤੇ ਵੱਡੇ ਅਫਸਰਾਂ ਦੇ ਜਾਂ ਸਬੰਧਤ ਅਧਿਕਾਰੀਆਂ ਦੇ ਧਿਆਨ 'ਚ ਲਿਆਉਂਦਾ ਰਿਹਾ ਹਾਂ ਹਾਂ ਆ ਗੱਲ ਤਾਂ ਇਹੀ ਆ ਜਿੰਨਾ ਟਾਈਮ ਪਰ ਮੀ ਤਾਂ ਆ ਇਹ ਗੱਲਾਂ ਨਹੀਂ ਕਰਾਂਗੇ ਨਾ ਮਤਲਬ ਜੋ ਕਿ ਇਹਨਾਂ ਦਾ ਬਹੁਤ ਸਾਰੇ ਲੋਕ ਕਹਿੰਦੇ ਵੀ ਜਿਹੜੀਆਂ ਇਹ ਗੱਲਾਂ ਆਪਣੇ ਪੋਡਕਾਸਟ ਤੇ ਆਪਾਂ ਕਰਨ ਕਰਦੇ ਆਂ ਤੇ ਨਹੀਂ ਪੋਸੀਬਲ ਪੋਸੀਬਲ ਦੇਖੋ ਸਭ ਕੁਛ ਆ ਹੂੰ ਜੇ ਵੈਲਪੈਬਰੀ ਨਹੀਂ ਜਾਂ ਦਿਮਾਗ ਤੇ ਦਿਲ ਦੇ ਵਿੱਚ ਬੇਈਮਾਨੀ ਆ ਫੇਰ ਬਈ ਕੁਝ ਵੀ ਸੰਭਵ ਨਹੀਂ ਹੂੰ ਜੀ ਆਪਾਂ ਚਾਹੁੰਦੇ ਆ ਵੀ ਮੂਸੇ ਵਾਲੇ ਦੇ ਕੇਸ ਦੇ ਉੱਤੇ ਵੀ ਤੇ ਨਾਲ ਦੀ ਨਾਲ ਜੇ ਆਪਾਂ ਉਹ ਰਣਜੀਤ ਗੱਲ ਦੀ ਗੱਲ ਕਰਦੇ ਹਾਂ ਜੋ ਉਹਨੇ ਦਿੱਤਾ ਉਹਦੀ ਵੀ ਚੰਗੀ ਮਤਲਬ ਕਿਸੇ ਪੱਤਰਕਾਰ ਨੇ ਕੋਈ ਲਿਸਟ ਤਿਆਰ ਕਰੀ ਆ ਕੋਈ ਮਿਹਨਤ ਲੱਗੀ ਹੋ ਤੇ ਉਹਦੇ ਕੋਲੇ ਸਬੂਤ ਹੋਣਗੇ ਤੇ ਉਹਦੇ ਤੇ ਬਾਕੀ ਤੁਸੀਂ ਦੇਖੋ ਨਾ ਕਿ ਜਦੋਂ ਉਹ ਪੱਤਰਕਾਰ ਰਣਜੀਤ ਗਿੱਲ ਪਹਿਲੇ ਗੱਲ ਆ ਆਦੇ ਇਲਾਕੇ ਦੇ ਲੋਕਾਂ ਨਾਲ ਪੰਗੇ ਲੈ ਰਿਆ ਮਤਲਬ ਉਸ ਪੰਜਾਬੀ ਦੀ ਗੱਲ ਆਪਾਂ ਕਰਦੇ ਆ ਪਿੰਡੂ ਸਟਾਈਲ ਨਾਲ ਕਿਵੇਂ ਖਾਮ-ਖਾਮ ਉਹ ਕਿਸੇ ਨਾਲ ਪੰਗਾ ਲੈ ਰਿਆ ਅਲੱਗੂ ਤੇ ਪੱਤਰਕਾਰਾਂ ਖਬਰਾਂ ਛਾਪ ਤੇ ਗੱਲ ਨਵੇੜ ਯਾਰ ਤੂੰ ਜੇਕਰ ਨਾਮ ਲਿਖ ਕੇ ਦੇ ਰਿਆ ਮਤਲਬ ਉਦੋਂ ਹੁਣ ਰਤਨ ਜੀ ਰੌਲਾ ਪੈ ਗਿਆ ਸਾਰੇ ਮੁਕਸਰ ਵਿੱਚ ਉਹਨਾਂ ਦੇ ਕਿ ਰਣਜੀਤ ਗਿੱਲ ਨੂੰ ਇੱਕ ਲਿਸਟ ਆ ਹੁਣ ਜਦੋਂ ਕੱਲ ਨੂੰ ਕਾਰਵਾਈ ਹੋਊਗੀ ਤਾਂ ਉਹ ਤਾਂ ਰਣਜੀਤ ਦੇ ਪਰਿਵਾਰ ਨੂੰ ਤੱਕ ਵੀ ਖਤਰਾ ਆਣਾ ਉਸ ਚੀਜ਼ ਦਾ ਤਾਂ ਜੇਕਰ ਪੁਲਿਸ ਇੰਨੇ ਕਿ ਜੋਗੀ ਹੁੰਦੀ ਕੁਝ ਕਰਦੀ ਤਾਂ ਰਣਜੀਤ ਗਿੱਲ ਨੂੰ ਇਹ ਸਟੈਪ ਚੱਕਣ ਦੀ ਕਿਉਂ ਲੋੜ ਪੈਂਦੀ ਹਮ ਨਾਲੇ ਨਾਲੇ ਪਰ ਮੀਤਾ ਜਿਹੜਿਆ ਕਸ਼ੋਰ ਰਣਜੀਤ ਕਰ ਰਿਹਾ ਉਹ ਆਪਦੀ ਨਿੱਜਤਾ ਲਈ ਤਾਂ ਨਹੀਂ ਕਰ ਰਿਹਾ ਬਿਲਕੁਲ ਵੀ ਨਹੀਂ ਹਾਂ ਇਹ ਵੀ ਹਨਾ ਗੱਲ ਵੀ ਆ ਆਪਦੀ ਨਿੱਜਤਾ ਤੱਕ ਤਾਂ ਹਜੇ ਤੱਕ ਕੁਝ ਵੀ ਨਹੀਂ ਵੀ ਉਹ ਜਿਹੜਾ ਸਿਸਟਮ ਆ ਲੋਕ ਭਲਾਈ ਲਈ ਆ ਤੇ ਜਿਹੜੀ ਪੰਜਾਬ ਦੀ ਸਭ ਤੋਂ ਵੱਡੀ ਸਮੱਸਿਆ ਹੈ ਜਿਸ ਨੂੰ ਲੈ ਕੇ ਸਰਕਾਰ ਬਣੀ ਵੀ ਆ ਨਸ਼ੇ ਨੂੰ ਲੈ ਕੇ ਨਸ਼ੇ ਦੀ ਗੱਲ ਨਸ਼ੇ ਦਾ ਪ੍ਰੋਮਿਸ ਆ ਹਨਾ ਇੱਕ ਵੀ ਅਸੀਂ ਨਸ਼ਾ ਮੁਕਤ ਜਾਂ ਨਸ਼ੇ ਦੇ ਉੱਤੇ ਰੋਕ ਪਾਵਾਂਗੇ ਹਨਾ ਬਿਲਕੁਲ ਜੀ ਮਤਲਬ ਉਸ ਚੀਜ਼ ਨੂੰ ਲੈ ਕੇ ਆ ਉਹ ਵੇਖਦੇ ਆ ਪਸ ਕੁਛ ਕਰਦੀ ਆ ਮਤਲਬ ਆਪਾਂ ਵਾਪਸ ਜਾਂਦੇ ਆ ਉੱਥੇ ਅਮਰਸਾ ਦੇ ਵਿੱਚ ਤਾਂ ਉਹ ਡਾਕਟਰ ਗੁਇਲ ਸਾਹਿਬ ਹੁਣ ਉਹਨਾਂ ਨਵਾਂ ਬਿਆਨ ਨੂੰ ਸਾਹਮਣੇ ਆ ਗਿਆ ਉਹ ਕਹਿੰਦੇ ਨੇਖੋ ਜੀ ਨਹੀਂ ਨਹੀਂ ਮੈਂ ਆਪਣੀ ਪਾਰਟੀ ਥੋੜੀ ਆਖਿਆ ਸੀ ਕਹਿੰਦੇ ਮੈਂ ਗੱਲ ਕਰ ਰਿਹਾ ਸੀ ਸਿਸਟਮ ਦੀ ਚਲਦੇ ਚਲਦੇ ਪੋਡਕਾਸਟ ਚ ਜਾ ਨਹੀਂ ਨਹੀਂ ਉਹਨਾਂ ਕੱਲ ਆ ਗਿਆ ਸੀ ਕੱਲ ਸ਼ਾਮ ਜੀ ਜੀ ਹਾਂ ਮਤਲਬ ਉਹ ਕਹਿੰਦੇ ਨਹੀਂ ਜੀ ਮੈਂ ਤਾਂ ਕੱਲ ਕਰ ਪਿਛਲੀਆਂ ਸਰਕਾਰਾਂ ਆਂਦੀ ਉਹਨੇ ਸਿਸਟਮ ਖਰਾਬ ਕੀਤਾ ਹੋਇਆ ਮੈਂ ਗੱਲ ਕੀਤੀ ਹੈ ਕਿ ਇਹ ਡਿਪਾਰਟਮੈਂਟ ਹੈ ਕੋਈ ਬਦਲਾਅ ਨਹੀਂ ਆਇਆ ਸਿਸਟਮ 'ਚ ਜੀ ਮੈਂ ਆਦੀ ਪਾਰਟੀ ਥੋੜੀ ਕੁਸ਼ ਆਖਿਆ ਕਹਿੰਦੇ ਮਤਲਬ ਇਹ ਵੀ ਹੁੰਦਾ ਕਿ ਜਦੋਂ ਰੌਲਾ ਜਿਆਦਾ ਪੈ ਜੇ ਜੀ ਜੀ ਉਦੋਂ ਫਿਰ ਸਟੇਟਮੈਂਟ ਆ ਬਲ ਜਾਂਦੀਆਂ ਨੇ ਹਾਂ ਰਤਨ ਜੀ ਖਾਸ ਹੋ ਰਿਹਾ ਕਿ ਮੁੱਖ ਮੰਤਰੀ ਮਾਨਸਾਬਿਕ ਮੀਟਿੰਗ ਕਰਦੇ ਨੇ ਬਠਿੰਡਾ ਤੇ ਫਰੀਦਕੋਟ ਹਾਂ ਤੇ ਸਭਾ ਉਮੀਦਵਾਰਾਂ ਦੇ ਨਾਲ ਹਾਂ ਜੀ 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 ਸੂਚਨਾ ਦੋ ਇਨਸਾਨ ਬੈਠੇ ਹੁੰਦੇ ਨੇ ਜੀ ਇੱਕ ਤਾਂ ਮਾਨਸਾ ਤੋਂ ਐਮ ਐਲ ਏ ਤੇ ਸਾਬਕਾ ਸਿਹਤ ਮੰਤਰੀ ਵਿਜੇ ਸਿੰਘਲਾ ਜੀ ਤੇ ਦੂਸਰੇ ਬਠਿੰਡਾ ਅਧਿਆਤਿ ਤੋਂ ਅਨਮੋਲ ਰਤਨ ਕੋਟਫੱਤਾ ਜੀ ਬਿਲਕੁਲ ਜਿਹਨੇ ਇਲੈਕਸ਼ਨ ਆਪਾਂ ਕਹਦੇ ਇਹ ਵੀ ਕੰਪੇਨ ਕਮੇਟੀ ਦੇ ਮੈਂਬਰ ਵੀ ਸੀਗੇ ਤੇ ਉਹਨਾਂ ਨੂੰ ਲੈ ਕੇ ਮਤਲਬ ਬਹੁਤ ਸਾਰੇ ਸਵਾਲ ਉੱਠੇ ਹੂੰ ਮਤਲਬ ਇੱਕ ਘਟਨਾ ਤੁਹਾਨੂੰ ਮੈਂ ਦੱਸਦਾ ਜਿਹੜਾ ਇੱਕ ਇਕੱਠ ਹੋਇਆ ਸੀ ਜਿੱਥੇ ਉਹ ਲਾਇਸੈਂਸ ਬਣਦੇ ਨੇ ਨਰੂਆਣੇ ਹਾਂਜੀ ਉੱਥੇ ਜਦੋਂ ਸਟੇਜ ਤੇ ਵੀ ਨਹੀਂ ਉਹਨਾਂ ਨੂੰ ਬਿਠਾਇਆ ਗਿਆ ਸੀ ਜਿਹੜੇ ਅਨਮੋਲ ਰਤਨ ਜੀ ਨੇ ਹੂੰ ਉਹਨਾਂ ਨੂੰ ਸਟੇਜ ਤੇ ਬੈਠੇ ਸੀ ਠਾਤਾ ਸੀ ਉੱਥੋਂ ਹਾਂ ਮਤਲਬ ਉਹ ਹੁਣ ਮਾਨ ਸਾਹਿਬ ਨਾਲ ਮੀਟਿੰਗ 'ਚ ਸ਼ਾਮਲ ਸੀ ਜਿਹੜੇ ਦੋ ਇਨਸਾਨਾਂ ਦੇ ਉੱਪਰ ਭ੍ਰਸਤਾਚਾਰ ਦੇ ਤਹਿਤ ਮਾਮਲੇ ਦਰਜ ਨੇ ਹਾਂ ਇੱਕ ਦੇ ਉੱਪਰ ਤਾਂ ਖੁਦ ਮਾਨ ਸਾਹਿਬ ਨੇ ਕਿਹਾ ਕਿ ਮੈਂ ਆਡੀਓ ਸੁਣੀ ਹੈ ਭਾਈ ਉਸ ਤੋਂ ਬਾਅਦ ਤਾਂ ਮੈਨੂੰ ਕੋਈ ਸ਼ੱਕ ਰਹਿੰਦੇ ਨਹੀਂ ਜੇਕਰ ਸਟੇਟ ਦਾ ਸੀਐਮਏ ਕਹਿ ਰਿਹਾ ਮੈਨੂੰ ਮੈਨੂੰ ਐਂ ਲੱਗਦਾ ਵੀ ਸ਼ਾਇਦ ਆਪਾਂ ਨੂੰ ਇਹ ਗੱਲ ਨਹੀਂ ਡਿਸਕਸ ਕਰਨੀ ਚਾਹੀਦੀ ਇਹਦੇ ਦੋ ਕਾਰਨ ਨੇ ਇੱਕ ਕਾਰਨ ਤਾਂ ਇਹ ਹੈ ਵੀ ਜੇ ਤਾਂ ਦੇਖੋ ਸਿਆਣੇ ਹੁੰਦਾ ਸਿਸਟਮ ਉਹ ਬੰਦਿਆਂ ਨੂੰ ਕੰਪੇਨ ਕਮੇਟੀ ਦਾ ਮੈਂਬਰ ਹੀ ਕਿਉਂ ਬਣਾਇਆ ਜਾਂਦਾ ਕਿਉਂਕਿ ਉੱਥੇ ਬਠਿੰਡਾ ਦਿਹਾਤੀ ਦੇ ਵਿੱਚ ਇੱਕ ਇਹਨਾਂ ਦੇ ਚੇਅਰਮੈਨ ਨੇ ਜਿਨ੍ਹਾਂ ਦਾ ਪੂਰਾ ਨਾਮ ਮੈਨੂੰ ਯਾਦ ਨਹੀਂ ਜਿਨ੍ਹਾਂ ਦੇ ਨਾਮ ਦੇ ਪਿੱਛੇ ਸਰਨੇਮ ਭੱਲਾ ਪੈਂਦਾਗਾ ਜਤਿੰਦਰ ਭੱਲਾ ਹਾਂ ਉਹ 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 ਉੱਥੇ ਮਤਲਬ ਸਾਰਾ ਦੇਖ ਰਹੇ ਸੀ ਹਲਕਾ ਜਦੋਂ ਤੁਸੀਂ ਉਹ ਬੰਦੇ ਨੂੰ ਪਹਿਲਾਂ ਹੀ ਲਾਦਾ ਸੀ ਵੋਟਾਂ 'ਚ ਤੇ ਉਹਨੂੰ ਪਾਸੇ ਕਰਕੇ ਫੇਰ ਐਮਐਲਏ ਦੀ ਐਂਟਰੀ ਕਿਉਂ ਹੁੰਦੀ ਆ ਮੁੱਖ ਮੰਤਰੀ ਦੇ ਸਮਾਗਮਾਂ 'ਚ ਕੰਪੇਨ ਕਮੇਟੀ 'ਚ ਕਿਉਂ ਹੁੰਦਾ ਤੇ ਜਿਹੜੇ ਇਹ ਨੂੰ ਕੋਦਮੋ ਮੁੱਖ ਮੰਤਰੀ ਨੇ ਕਹਿ ਕੇ ਲਾਇਆ ਵੀ ਇਹਦਾ ਸਾਰਾ ਕੁਝ ਆ ਉਹਨੂੰ ਜੇਲ੍ਹ ਵੀ ਕਰਾਈ ਇਹ ਵੱਡਾ ਮਤਲਬ ਕੇਜਰੀਵਾਲ ਸਾਹਿਬ ਨੇ ਹੁਣ ਤੱਕ ਆਪਦੀਆਂ ਇੰਟਰਵਿਊਆਂ ਚ ਕਿਹਾ ਹੁਣ ਤੱਕ ਕਾਨੂੰਨ ਪਿੱਛੇ ਵੀ ਹੁੰਦਾ ਆਹੀ ਵੋਟਾਂ ਦੇ ਵਿੱਚ ਵੀ ਅਸੀਂ ਤਾਂ ਇੱਕ ਮੰਤਰੀ ਦੇਖੋ ਜੀ ਫੜ ਕੇ ਸਾਡੇ ਤਾਂ ਭਗਵੰਤ ਮਾਨ ਜੀ ਨੰਦਰ ਦੇ ਤਾਂ ਅਸੀਂ ਅਸੀਂ ਕਰਪਸ਼ਨ ਦੇ ਅਗੇਂਸਟ ਅਸੀਂ ਨੋ ਕਰਪਸ਼ਨ ਹਾਂ ਬਿਲਕੁਲ ਟੋਲਰੇਟ ਨਹੀਂ ਕਰਦੇ ਹੁਣ ਉਦੋਂ ਬਾਅਦ ਵੀ ਹੁਣ ਜੇ ਮੀਟਿੰਗਾਂ ਚ ਬਿਠਾ ਰਹੇ ਆ ਤਾਂ ਹੁਣ ਕੀ ਕਹਿ ਸਕਦੇ ਆ ਜੀ ਇਹ ਤਾਂ ਹੁਣ ਲੋਕ ਸਿਆਣੇ ਆ ਲੋਕਾਂ ਦੇ ਸਾਹਮਣੇ ਹੀ ਗੱਲ ਹੈ ਤਾਂ ਸਾਰੀ ਬਿਲਕੁਲ ਬਿਲਕੁਲ ਜੀ ਤਾਂ ਹੈ ਤਾਂ ਇਹ ਤਾਂ ਸਰਕਾਰ ਸਾਫ਼ ਕਰੇ ਕਿ ਮਾਨਸਾ ਨੂੰ ਇਹ ਮੀਟਿੰਗ ਕਿਉਂ ਕਰਨੀਆਂ ਪੈ ਰੀਆਂ ਜਾਂ ਫਿਰ ਵੀ ਇਲਜ਼ਾਮ ਗਲਤ ਸੀ ਜੀ ਮੀਟਿੰਗ ਮੀਟਿੰਗ ਕਰੋ ਹਰ ਇੱਕ ਹਰ ਇੱਕ ਪਾਰਟੀ ਮੀਟਿੰਗ ਕਰਦੀ ਹੈ ਹਰ ਇੱਕ ਪਾਰਟੀ ਮੰਥਨ ਕਰਦੀ ਹੈ ਵੀ ਅਸੀਂ ਕਿਉਂ ਹਾਰੇ ਕਿਉਂ ਨਹੀਂ ਪਰ ਜਿਹੜੇ ਲੋਕ ਮਤਲਬ ਇੱਕ ਵਜਾ ਬਣੇ ਤੇ ਉਹਨਾਂ ਲੋਕਾਂ ਨੂੰ ਪਹਿਲਾਂ ਤੁਸੀਂ ਇੰਟਰਡਿਊਸ ਵੋਟਾਂ ਦੇ ਵਿੱਚ ਕਰਦੇ ਹੋ ਫਿਰ ਤੁਸੀਂ ਆਪਾਂ ਕਹਿੰਦੇ ਕਿ ਵੀ ਉਹਨਾਂ ਨੂੰ ਉਹ ਕਰਦੇ ਹਾਂ ਹੁਣ ਫਿਰ ਬੁਲਾ ਰਹੇ ਹਾਂ ਉਹ ਤਾਂ ਇੱਕ ਕਾਰਨ ਹੈਗੀ ਹੈਗੇ ਨੇ ਜੀ ਬਿਲਕੁਲ ਬਿਲਕੁਲ ਜੀ ਤੇ ਰਤਨ ਜੀ ਦਾ ਪਾਣਾ ਹੋਣਿਆ ਅਮਰਤ ਪਾਲ ਸਿੰਘ ਦੇ ਉੱਪਰ ਜੀ ਬਿਲਕੁਲ ਜਿਹੜੀ ਮਤਲਬ ਬਹੁਤ ਲੋਕ ਸਵਾਲ ਪੁੱਛ ਰਹੇ ਨੇ ਵੀ ਉਹ ਬਾਹਰ ਆਉਣਗੇ ਕੀ ਨਹੀਂ ਹੈਨਾ ਹੂੰ ਮਤਲਬ ਕਿ ਅਮਰਤ ਪਾਲ ਸਿੰਘ ਦੇਡੇ ਮਾਤਾ ਜੀ ਤੇ ਪਿਤਾ ਜੀ ਮੁਲਾਕਾਤ ਕਰਕੇ ਆਉਂਦੇ ਨੇ ਜੇਲ੍ਹ ਵਿੱਚ ਜਾ ਕੇ ਉੱਥੇ ਮਠਿਆਈ ਵੀ ਬਣਦੇ ਨੇ ਤੇ ਅਮਰਤ ਪਾਲ ਨੇ ਨਵੇਂ ਕੱਪੜੇ ਵੀ ਲੈ ਗਏ ਨੇ ਕਿ ਜਦੋਂ ਕਹਿੰਦੇ ਸੌ ਚੱਕਣ ਜਾਣਾ ਤੇ ਉਹ ਨਵੇਂ ਕੱਪੜੇ ਪਾ ਕੇ ਜਾਣਗੇ ਤੇ ਉਹ ਫਿਰ ਉਹ ਚਿੱਠੀ ਵੀ ਲੈ ਕੇ ਆਏ ਨੇ ਨਾ ਪੰਜਾਬ ਦੇ ਅੰਮ੍ਰਿਤਸਰ ਡੀਸੀ ਤੇ ਲਈ ਇਹ ਜਿਹੋ ਉਹਨਾਂ ਨੇ ਆਰਜੀ ਰਿਹਾਈ ਦੇ ਲਈ ਅਪੀਲ ਕੀਤੀ ਆ ਕਿ ਮੈਂ ਤਾਂ ਉਹ ਹੁਣ ਪਰਿਵਾਰ ਲੈ ਕੇ ਗੱਲ ਪਹੁੰਚ ਪਰਸੋ ਸ਼ਾਮ ਤੱਕ ਆ ਗਿਆ ਸੀ ਤੇ ਕੱਲ ਸੋਮਵਾਰ ਸੀ ਜੀ ਤਾਂ ਕੱਲ ਛੁੱਟੀ ਸੀ ਪੰਜਾਬ ਦੇ ਵਿੱਚ ਹਾਂ ਸ਼ਹੀਦ ਵੀ ਕਰੋ ਹਾਂ ਬਿਲਕੁਲ ਬਿਲਕੁਲ ਜੀ ਤੇ ਇਸ ਕਰਕੇ ਫਿਰ ਉਹ ਕੱਲ ਸਬਮਿਟ ਨਹੀਂ ਹੋਈ ਤੇ ਅੱਜ ਸਬਮਿਟ ਕਰਨਗੇ ਤੇ ਉਹਨਾਂ ਦੇ ਵਕੀਲ ਈਮਾਨ ਸਿੰਘ ਖਾਰਾ ਦਾ ਇਹ ਬਿਆਨ ਛਪਿਆ ਹੈ ਅੰਗਰੇਜ਼ੀ ਅਖਬਾਰ ਹਿੰਦੁਸਤਾਨ ਟਾਈਮਜ਼ ਸੀ ਰਜਿਸਟ੍ਰੀਚ ਸੀ ਬਿਆਨਨ ਦਾ ਤੇ ਉਹਨੇ ਕਿਹਾ ਕਿ ਹੁਣ ਉਹ ਅੱਜਪਿਟਿਸ਼ਨ ਆਦਿ ਉਹ ਅਪੀਲ ਪਾ ਦੇਣਗੇ ਹੁਣ ਉਹ ਦੇਖੋ ਕਿ ਉਹਨਾਂ ਨੂੰ ਰਿਹਾਈ ਮਿਲਦੀ ਆ ਜਾਂ ਨਹੀਂ ਉਹਵੇਂ ਆਰਜੀ ਤੌਰ ਤੇ ਇਹ ਇਜੀ ਵੱਡਾ ਫੈਕਟਰ ਹੈ ਨਾ ਕਿ ਪੰਜਾਬ ਸਰਕਾਰ ਕੀ ਰਤਨਜੀਤ ਪਹਿਲ ਕਰੂਗੀ ਕਿ ਹੁਣ ਡੀਸੀ ਸਾਹਿਬ ਕੋਲ ਚਿੱਠੀਆਂ 'ਚ ਪਹੁੰਚ ਜੋਗੀ ਜਦੋਂ ਦਾ ਪਰਿਵਾਰ ਪਰਸੋਂ ਆ ਗਿਆ ਜਾਂ ਕੱਲ ਸਵੇਰ ਤੱਕ ਪਹੁੰਚ ਗਿਆ ਤੇ ਕੱਲ ਛੁੱਟੀ ਹੁਣ ਕਾਰਨ ਉਹ ਨਹੀਂ ਦੇ ਸਕੇ ਤੇ ਹੁਣ ਜੇ ਡੀਸੀ ਸਾਹਿਬ ਇਹਨੂੰ ਅਸੈਪਟ ਕਰ ਦੇਣੇ ਤੇ ਉਹ ਮਨਜ਼ੂਰੀ ਕਰਦੇ ਨੇ ਇਸ ਪੂਰੇ ਲੈਟਰ ਨੂੰ ਉਹ ਤੇ ਫਿਰ ਤਾਂ ਮਤਲਬ ਅਮਰਤਪਾਲ ਨੂੰ ਅੱਜ ਤੋ ਦੇ ਰਹੀ ਮਿਲ ਜਾਊਗੀ ਕਿਉਂਕਿ ਜਾਂ ਕਿ ਆਪਣੀ ਸੋਚ ਕੇ ਆਉਣਾ ਤੇ ਦੂਸਰੇ ਪਾਸੇ ਹੁਣ ਇਹ ਵੀ ਹੈ ਕਿ ਕਿ ਕੇਂਦ ਸਰਕਾਰ ਆਰਜੀ ਲਈ ਦਊਗੀ ਕਿ ਪੰਜਾਬ ਸਰਕਾਰੇ ਵੀ ਦੇਖਣ ਵਾਲਾ ਜੀ ਜੀ ਇਹ ਇਸ ਨੂੰ ਲੈ ਕੇ ਕਈ ਚੀਜ਼ਾਂ ਸੋਸ਼ਲ ਮੀਡੀਆ ਦੇ ਉੱਤੇ ਚੱਲ ਰਹੀਆਂ ਹੈਗੀਆਂ ਹੂੰ ਰਿਹਾਈ ਨੂੰ ਲੈ ਕੇ ਕਿਸੇ ਨੇ ਪੋਸਟ ਵੀ ਪਾਤੀ ਸੀ ਪਰ ਉਹ ਹਜੇ ਤੱਕ ਇਹੀ ਆ ਵੀ ਉਹਨਾਂ ਨੇ ਹਜੇ ਆਪਦੀ ਅਰਜੀ ਲਾਉਣੀ ਆ ਅੱਜ ਲਾ ਦੇਣਗੇ ਅੱਜ 11 ਤਰੀਕ ਆ ਹੂੰ ਤੇ ਉਸ ਤੋਂ ਬਾਅਦ ਪਤਾ ਲੱਗੂ ਵੀ ਕਿਸ ਦਿਨ ਆਉਣਾਗਾ ਕਿਉਂਕਿ ਕਈ ਲੋਕ ਕਹਿ ਰਹੇ ਆ ਵੀ 24 ਦੇ ਨੇੜੇ 26 ਦੇ ਨੇੜੇ ਹੋ ਸਕਦਾਗਾ ਪਰ ਹਜੇ ਜਦੋਂ ਅਰਜੀ ਲੱਗੂਗੀ ਫਿਰ ਉਹਨਾਂ ਦੇ ਜਿੰਨਾ ਟਾਈਮ ਵਕੀਲ ਦਾ ਅਫੀਸ਼ੀਅਲ ਬਿਆਨ ਨਹੀਂ ਆਉਂਦਾ ਜਾਂ ਸਟੇਟਮੈਂਟ ਨਹੀਂ ਆਉਂਦਾ ਉਹਨਾਂ ਟਾਈਮ ਮੈਨੂੰ ਲੱਗਦਾ ਵੀ ਆਪਾਂ ਨੂੰ ਕੋਈ ਹੋਰ ਇਹਦੇ ਤੇ ਬਿਆਨਬਾਜ਼ੀ ਉਵੇਂ ਨਹੀਂ ਕਰਨੀ ਚਾਹੀਦੀ ਵੀ ਉਹਨਾਂ ਦੇ ਅਕੋਰਡਿੰਗ ਹੀ ਚੱਲਣਾ ਚਾਹੀਦਾ ਹੈਗਾ ਬਿਲਕੁਲ ਬਿਲਕੁਲ ਜੀ ਕਿਉਂ ਆਪਾਂ ਕੋਲੇ ਇਹਦੇ ਹੋਰ ਇਹਨਾਂ ਦਾ ਹੱਕ ਹੂੰ ਸੌ ਚੱਕਰ ਵਾਲੀ ਗੱਲ ਦੀ ਜੀ ਹੂੰ ਕਾਵੇ ਕਰਦੇ ਆ ਐਮਪੀ ਟੁਨੇ ਗਏ ਨੇ ਅ 15 16 17 ਲੱਖ ਬੰਦੇ ਦੇ ਨੁਮਾਇंदे ਬਣ ਚੁੱਕੇ ਨੇ ਹੁਣ ਉਹ ਇੱਕ ਪੂਰੇ ਆਪਾਂ ਕਹ ਲਈਏ ਬੋ 9 ਬਲਾਂਸ ਸਭਾ ਹਲਕੇ ਤੇ ਇੱਕ ਲੋਕ ਸਭਾ ਹਲਕੇ ਦੇ ਉਹ ਮਤਲਬ ਆਪਾਂ ਕਹ ਲਈਏ ਵੀ ਨੁਮਾਇंदे ਨੇ ਬਿਲਕੁਲ ਜੀ ਤੇ ਰਤਨਜੀਤ ਪਰ ਇਹ ਚ ਖਾਸ ਇਹ ਕਿਹੜੇ ਰਾਜਦੇਵ ਸਿੰਘ ਖਾਲਸਾ ਨੇ ਮਤਲਬ ਉਹਨਾਂ ਦੀ ਸਥਿਤੀ ਅਜੇ ਤੱਕ ਕਲੀਅਰ ਨਹੀਂ ਹੋਈ ਉਹ ਅਮਰਿਤਪਾਲ ਸਿੰਘ ਦੇ ਨਾਲ ਮੁਲਾਕਾਤ ਵੀ ਕਰਕੇ ਆਉਂਦੇ ਨੇ ਜਿਉਂ ਜਿੱਤਨ ਤੋਂ ਬਾਅਦ ਅੱਛਾ ਇਹ ਉਹਦੇ ਬਾਰੇ ਮੈਨੂੰ ਜਾਣਕਾਰੀ ਨਹੀਂ ਅੱਛਾ ਜੀ ਜਿਉਂ ਜਿੱਤਨ ਤੋਂ ਬਾਅਦ ਉਹ ਭਾਈ ਅਮਰਿਤਪਾਲ ਸਿੰਘ ਦੇ ਨਾਲ ਮੁਲਾਕਾਤ ਕਰਕੇ ਆਉਂਦੇ ਨੇ ਜੀ ਹੂੰ ਤੇ ਲਗਾਤਾਰ ਉਹ ਬਿਆਨ ਵੀ ਦੇ ਰਹੇ ਨੇ ਇਸ ਪੂਰੇ ਮਾਮਲੇ ਨੂੰ ਲੈ ਕੇ ਹੁਣ ਦੂਸਰੇ ਪਾਸੇ ਕਿ ਈਮਾਨ ਸਿੰਘ ਖਾਰਾ ਨੇ ਤੋ ਇਹ ਪੰਬਲ ਪੂਸਾ ਫਸਿਆ ਪਿਆ ਕਿ ਹੁਣ ਸਮਝ ਨਹੀਂ ਆ ਰਿਹਾ ਕਿ ਪਰਿਵਾਰ ਤਾਂ ਜਾਂ ਇਮਾਨ ਸਿੰਘ ਖਾਰਾ ਤਕਲੀਮੇ ਕਰ ਰਹੇ ਨੇ ਕਿ ਵਕੀਲੇ ਨੇ ਹਾਂ ਤੇ ਹੁਣ ਦੂਸਰੇ ਪਾਸੇ ਰਾਜਦੇਵ ਸਿੰਘ ਖਾਲਸਾ ਮੁਲਾਕਾਤ ਵੀ ਕਰਕੇ ਆ ਰਹੇ ਨੇ ਜੀ ਤੋ ਜੇ ਉਹ ਵਕੀਲ ਹੈ ਨਹੀਂ ਫਿਰ ਕਿਸ ਆਧਾਰ ਤੇ ਮੁਲਾਕਾਤ ਕਰ ਰਹੇ ਨਾ ਉਹ ਪਰਿਵਾਰਕ ਮੈਂਬਰ ਨੇ ਹਮ ਤੋ ਸਸਪੈਂਸ ਅਜੇ ਤੱਕ ਕਲੀਅਰ ਨਹੀਂ ਹੋਇਆ ਰਤਨ ਜੀ ਮੈਨੂੰ ਤਾਂ ਨਹੀਂ ਹੋਇਆ ਅਜੇ ਤੱਕ ਮੈਨੂੰ ਇਹਦੇ ਬਾਰੇ ਤਾਂ ਨਹੀਂ ਪਤਾ ਸੀ ਮੁਲਾਕਾਤ ਬਾਰੇ ਚਲੋ ਤੁਸੀਂ ਦੱਸਤਾ ਮੈਂ ਮਤਲਬ ਆਪਾਂ ਮੈਂ ਬਾਹਰ ਜਾਣ ਕਰ ਨਹੀਂ ਖਵਰਨ ਮਿਲ ਸਕਦਾ ਪਰ ਇੱਕ ਇੱਕ ਗੱਲ ਜ਼ਰੂਰ ਆ ਵੀ ਇਹਦਾ ਪਰਿਵਾਰ ਨੂੰ ਦੇ ਵਕੀਲ ਨੂੰ ਇਹ ਮਤਲਬ ਵਕੀਲ ਰਾਜਦੇਵ ਸਿੰਘ ਖਾਲਸਾ ਤੇ ਵਕੀਲ ਆਪਣੇ ਈਮਾਨ ਸਿੰਘ ਖਾਰਾ ਸਰਪਾਲ ਸਿੰਘ ਖਾਰਾ ਦੇ بیٹے ਜਾਂ ਪਰਿਵਾਰ ਉਹੀ ਹੀ ਦੱਸ ਸਕਦਾ ਹੈ ਜਦੋਂ ਸਵਾਲ ਪੱਖੇ ਜਾਊਗਾ ਉਹਨਾਂ ਨੂੰ ਤੇ ਮੈਨੂੰ ਲੱਗਦਾ ਉਹੀ ਬੈਟਰ ਇਹਦਾ ਆਨਸਰ ਕਰਨਗੇ ਵੀ ਇਹ ਅਸਲ ਚ ਹੈ ਕਿ ਕਸਟਮ ਹਨਾ ਮਤਲਬ ਉਹ ਕਦੇ ਨਾ ਪਹਿਲਾ ਬਿਆਨ ਸ਼ਾਇਦ ਕਰਤਨ ਜੀ ਆਇਆ ਸੀ ਉਹਨੂੰ ਕਿ ਸਾਡੇ ਵਕੀਲ ਨਹੀਂ ਹੈਗੇ ਇੱਥੇ ਮੈਨੂੰ ਨਿਊਜ਼ੀਲੈਂਡ ਵੀ ਇੱਕ ਨੌਜਵਾਨ ਨੇ ਗੱਲ ਪੁੱਛੀ ਵੀ ਆ ਪਾਈ ਅਮਰਿਤਪਾਲ ਸਿੰਘ ਦਾ ਵਕੀਲ ਦੋਨਾਂ ਜੋ ਕੌਣ ਆ ਇਹ ਹੈਗੀ ਗੱਲ ਦੇਖੋ ਗੱਲ ਗਲਤ ਹੈ ਇਹ ਲੋਕਾਂ ਦੇ ਵਿੱਚ ਚਰਚਾ ਹੈਗੀ ਆ ਵੀ ਪਤਾ ਲੱਗੇ ਹਾਂ ਕਿਉਂਕਿ ਜਿਹੜੇ ਰਾਜਦੇਵ ਖਾਸ ਤੌਰ 'ਤੇ ਲਗਾਤਾਰ ਕਲੇਮ ਕਰ ਰਹੇ ਕਿ ਤੁਸੀਂ ਦੇਖੋ ਜੀ 15 ਜੂਨ ਤੋਂ ਬਾਅਦ ਤਕ ਲਗਭਗ 18 ਤੋਂ ਲੈ ਕੇ 30 ਤੱਕ ਅਮਰਿਤਪਾਲ ਸਿੰਘ ਬਾਹਰ ਆ ਜਾਣਗੇ ਉਹ ਤੇ ਵੀ ਗੱਲ ਕਹਿ ਰਹੇ ਕਿ ਬਸ ਮਤਲਬ ਕਿ ਸੈਂਟਰ ਸਰਕਾਰ ਕੋਸ਼ਿਸ਼ਾਂ ਕਰ ਰਹੀ ਆ ਤੇ ਪੰਜਾਬ ਸਰਕਾਰ ਦੇਖੋ ਪਹਿਲ ਕਰਦੀ ਨਹੀਂ ਕਰਦੀ ਦੋ ਦਿਨ ਪਹਿਲਾਂ ਖਬਰ ਇਹ ਵੀ ਆਈ ਸੀ ਕਿ ਥੋੜੀ ਜੀ ਹਲਚਲ ਸ਼ੁਰੂ ਹੋ ਚੁੱਕੀ ਆ ਗ੍ਰਾਮ ਵਿਭਾਗ ਦੇ ਵਿੱਚ ਅਮਰਤਪਾਲ ਦੀ ਰਿਹਾਈ ਨੂੰ ਲੈ ਕੇ ਹਾਂ 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 ਮਤਲਬ ਇਹ ਲਗਾਤਾਰ ਟੁੱਟ ਟੁੱਟ ਕੇ ਖਬਰਾਂ ਸਾਹਮਣੇ ਆ ਰਹੀਆਂ ਬਾਅਦ ਪਰ ਕੁਝ ਕਲੀਅਰ ਨਹੀਂ ਹੋ ਰਿਹਾ ਮਤਲਬ ਇਹ ਲੋਕ ਵੀ ਭੰਬਲ ਪੂਸੇ ਚਾ ਕੀ ਆਖਾਕਾਰ ਵਕੀਲ ਕੌਣ ਹੈ ਤੇ ਉਹ ਫਿਰ ਕਿਸ ਅਧਾਰ ਤੇ ਮਿਲ ਰਹੇ ਨੇ ਅਮਰਤਪਾਲ ਨੂੰ ਇਹ ਵੀ ਸਾਫ਼ ਨਹੀਂ ਨਾ ਹਾਂ 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 ਉਹ ਤਾਂ ਦੇਖ ਕਲੀਅਰ ਹੋਣਾ ਚਾਹੀਦਾ ਲੋਕ ਪੁੱਛ ਰਹੇ ਨੇ ਇਸ ਗੱਲ ਬਾਰੇ ਬਿਲਕੁਲ ਜੀ ਬਿਲਕੁਲ ਤੇ ਇੱਕ ਸੁਖਵੀਰ ਸਿੰਘ ਬਾਦਲ ਨੇ ਜੀ ਸ਼ੁਰੂ ਕਰਤੀਆਂ ਮੀਟਿੰਗਾਂ ਮਤਲਬ ਪਾਰਟੀ ਉਮੀਦਵਾਰਾਂ ਨੂੰ ਮਿਲ ਰਹੇ ਨੇ ਵਰਕਰਾਂ ਨੂੰ ਮਿਲ ਰਹੇ ਨੇ ਕਿ ਹਾਰ ਦੇ ਕਾਰਨ ਕੀ ਨੇ ਉਹ ਥੋੜਾ ਜਿਹਾ ਐਨਲਾਈਜ਼ ਕਰ ਰਹੇ ਨੇ ਹੁਣ ਜੀ ਹੂੰ ਚਲੋ ਚੰਗੀ ਗੱਲ ਆ ਪਰ ਜਿਹੜੀ ਇੱਕ ਚਰਚਾ ਹੋ ਰਹੀ ਆ ਪਰਮੀਤ ਗਿੱਦੜਵਾ ਬਾਰੇ ਆਪਾਂ ਪਿਛਲੇ ਪੋਡਕਾਸਟ 'ਚ ਵੀ ਗੱਲ ਕੀਤੀ ਸੀ ਹੂੰ ਤੁਹਾਨੂੰ ਕੀ ਲੱਗਦਾਗਾ ਕੀ ਉਸ ਨੂੰ ਲੈ ਕੇ ਕੁਛ ਐਦਾਂ ਦੀਆਂ ਕੋਈ ਮੀਟਿੰਗਾਂ ਗੁੱਪਤ ਤੌਰ ਦੇ ਉੱਤੇ ਚੱਲ ਪਿਆ ਮੈਂ ਕਿਸੇ ਨੂੰ ਇੱਕ ਹੈਗੇ ਨੇ ਇਹਨਾਂ ਦੀ ਪਾਰਟੀ ਦੇ ਮਤਲਬ ਵਰਕਰ ਨੇ ਮੈਂ ਸੰਪਰਕ ਕਰਨ ਦੀ ਜ਼ਰੂਰ ਕੋਸ਼ਿਸ਼ ਕੀਤੀ ਸੀ ਕਿਸੇ ਲੀਡਰਾਂ ਨੂੰ ਵੀ ਮੇਰਾ ਓਵੇਂ ਸੰਪਰਕ ਕਰਾਂ ਕਿ ਆਪਣੇ ਆਹ ਟਾਈਮ ਦਾ 6-7 ਘੰਟਿਆਂ ਦਾ ਫਰਕ ਹੂੰ ਤੇ ਸੁਣ ਨੂੰ ਕੁਛ ਹੈਗੀ ਜਿਹੜੀ ਇਨਫੋਰਮੇਸ਼ਨ ਵੀ ਕਿ ਇਨਫੋਰਮੇਸ਼ਨ ਤਾਂ ਇਹ ਜਿਹੜੇ ਪਹਿਲਾਂ ਆਮ ਆਦਮੀ ਪਾਰਟੀ ਦੇ ਤਾਂ ਇੱਕ ਬਹੁਤ ਪੁਰਾਣੇ ਵਰਕਰ ਨੇ ਉਹਨੇ ਤਾਂ ਆਪਦੀ ਕੰਮ ਸ਼ੁਰੂ ਕਰਤਾ ਜੀ ਉਹ ਤਾਂ ਮਤਲਬ ਲੋਕਾਂ ਨੂੰ ਮਿਲ ਰਿਆ ਹੁਣ ਜਿਹੜੀ ਸੁਖਬੀਰ ਸਿੰਘ ਬਾਦਲ ਵਾਲੀ ਗੱਲ ਕਿੱਥੋਂ ਨਿਕਲ ਕੇ ਆਉਂਦੀ ਆ ਤਾਂ ਜਦੋਂ ਇਹ ਲੰਬੀ ਚੱਕ ਪ੍ਰੋਗਰਾਮ ਕਰਦੇ ਨੇ ਹਰ ਸਿਮਰਤ ਕੌਰ ਬਾਦਲ ਤੇ ਸੁਖਬੀਰ ਸਿੰਘ ਬਾਦਲ ਜੀ ਤਾਂ ਉੱਥੇ ਕਹਿੰਦੇ ਵਰਕਰਾਂ ਨੇ ਮੰਗ ਕੀਤੀ ਹੈ ਜੀ ਇਸ ਵਾਰ ਸੁਖਬੀਰ ਸਿੰਘ ਬਾਦਲ ਗਿੰਦਰਵਾ ਤੋਂ ਹੂੰ ਆਪਣੀ ਪੁਰਾਣੀ ਸੀਟ ਤੋਂ ਆਪਣੀ ਪਰਿਵਾਰਕ ਸੀਟ ਤੋਂ ਆਪਣੀ ਜੱਦੀ ਸੀਟ ਤੋਂ ਜਿੱਥੋਂ ਪ੍ਰਕਾਸ਼ ਸਿੰਘ ਬਾਦਲ ਪਹੁੰਚ ਦੇਣੇ ਜਾ ਕੇ ਉਧਾਨ ਸਭਾ ਦੇ ਵਿੱਚ ਤੇ ਫਿਰ ਕਹਿੰਦੇ ਭਤੀਜਾ ਜੀ ਛੋਟਾ ਵੱਡਾ ਭਰਾ ਭਾਈ ਮਨਪੀਰ ਸਿੰਘ ਬਾਦਲ ਜੀ ਉੱਥੋਂ ਸ਼ੁਰੂਆਤ ਕਰਦੇ ਆ ਜੀ ਹੁਣ ਇਹ ਗੱਲ ਤਾਂ ਇੱਥੋਂ ਕਹਿੰਦੇ ਸ਼ੁਰੂ ਕਰ ਲਈ ਹੁਣ ਗਿੱਧਰ ਵਿੱਚ ਇਹ ਖੂਬ ਚਰਚਾ ਹੋ ਰਹੀ ਹੈ ਕਿ ਸੁਖਬੀਰ ਸਿੰਘ ਬਾਦਲ ਆ ਰਹੇ ਆ ਹਾਂ ਕੀ ਬਸ ਭਾਈ ਹੁਣ 2.5 ਸਾਲ ਪਏ ਆ ਉਹ ਕੀ ਕਹਿੰਦੇ ਉਹ ਟਾਈਮ ਚਲੋ ਗਿੱਧਰਵਾਚ ਹਜੇ ਇਲੈਕਸ਼ਨ ਦਾ ਹੁਣ ਮਾਹੌਲ ਬਣ ਜਾ ਰਿਹਾ ਤੇ ਵਧੀਆ 2.5 ਸਾਲ ਜੇ ਵਿਧਾਨ ਸਭਾ ਪਹੁੰਚਦੇ ਵਧੀਆ ਗੱਲਾਂ ਹੂੰ ਹਾਂ ਮਤਲਬ ਉਹ ਬੇਲੇ ਰਹਿਣਾ ਤਾਂ ਠੀਕ ਹੈ ਫਿਰ ਨਾ ਐਮਪੀ ਨਾ ਐਮਐਲਏ ਕੋਈ ਤਾਂ ਬਣ ਗਿਆ ਐਮਐਲਏ ਤਾਂ ਬਣ ਜੇ ਭਾਈ ਹੋਣਗੇ ਐਮਪੀ ਨਹੀਂ ਤੇ ਰਹੇ ਨਾ ਚੋਣ ਲੜੀ ਆ ਹਾਂ ਚਲੋ ਪਾਲਸੀ ਮਤਲਬ ਇਹ ਚਰਚਾ ਤਾਂ ਹੋ ਰਹੀ ਆ ਪਰ ਰਤਨ ਜੀ ਖਾਸੇ ਚਾਹੇ ਕਿ ਫਿਰ ਡਿੰਪੀ ਪਰਿਵਾਰ ਕੀ ਕਰੂਗਾ ਮਤਲਬ ਉਹ ਸਮਰਥਨ ਉਹ ਉਹਨਾਂ ਨੂੰ ਸਪੇਸ ਦੇਣਗੇ ਕਿ ਚਲੋ ਜੀ ਅਸੀਂ ਪਿੱਛੇ ਹੋਏ ਨੇ ਤੇ ਤੁਸੀਂ ਚੋਣ ਲੜੋ ਇਥੋਂ ਆ ਇਹ ਇਹਦੇ 'ਚ ਪਰਮੀਤ ਆਏ ਗੱਲ ਆ ਆਪਾਂ ਉਦੋਂ ਵੀ ਗੱਲ ਕਰੀ ਸੀ ਸ਼ਾਇਦ ਆਪਾਂ ਆ ਮੈਂ ਉਦੋਂ ਸ਼ਾਇਦ ਆਏ ਆਪਾਂ ਕਲੀਅਰ ਨਹੀਂ ਕਰਾਇਆ ਸੀਗਾ ਲੋਕਾਂ ਨੂੰ ਵੀ ਕੀ ਕਰਨਾ ਚਾਹੀਦਾ ਪਰ ਜੇ ਆਪਣਾ ਕੋਈ ਪੁਆਇੰਟ ਆਫ 뷰 ਪੁੱਛੇ ਜਾ ਲੋਕ ਹੋਣ ਪੁੱਛੀ ਲੈਂਦੇ ਵੀ ਤੁਸਾਨੂੰ ਕੀ ਲੱਗਦਾ ਜਾਂ ਕਿਵੇਂ ਆ ਹਨ ਵੈਸੇ ਆਪਾਂ ਇਸ ਮਾਮਲੇ ਦੇ ਵਿੱਚ ਰਾਏ ਨਹੀਂ ਦੇ ਸਕਦੇ ਪਰ ਇੱਕ ਸ਼ਰع ਆਪਾਂ ਜਰੂਰ ਕਰ ਸਕਦੇ ਆ ਜਿਨ੍ਹਾਂ ਨੇ ਮਤਲਬ ਪਹਿਲਾਂ ਚੋਣ ਲੜੀ ਹੋਵੇ ਜਾਂ ਆਪਾਂ ਕਹਿ ਦਈਏ ਵੀ ਲੋਕਾਂ ਦੇ ਨਾਲ ਹਲਕੇ ਦੇ ਲੋਕਾਂ ਦੇ ਨਾਲ ਸੰਪਰਕ 'ਚ ਹੋਣ ਉਹੀ ਮਤਲਬ ਹੋਣੀ ਚਾਹੀਦੀ ਹੈ ਪਰ ਇੱਥੇ ਇੱਥੇ ਪਤਾ ਲੱਗਦਾ ਨਾ ਲੀਡਰ ਦਾ ਨਹੀਂ ਪਰ ਰਤਨਜੀਤ ਉਹ ਬਲ ਪਾਰਟੀ ਸੋਚ ਰਹੀ ਹੈ ਨਾ ਕਿ ਹੁਣ ਜਿਹੜਾ ਭਾਈ ਯਾਲੀ ਸਾਹਿਬ ਤਾਂ ਪਾਸਾ ਵਟ ਗਏ ਹਾਂ ਹਾਂ ਹੁਣ ਜੇਕਰ ਪਾਰਟੀ ਪ੍ਰਧਾਨ ਵਿਧਾਨ ਸਭਾ ਜਾਂਦੇ ਨੇ ਤਾਂ ਇਹ ਵੱਡੀ ਗੱਲ ਹੈ ਨਾ ਕਿ ਅਜੇ ਤਾ ਕਈ ਵਾਰ ਮੌਕੇ ਦੇਣੇ ਪੈਂਦੇ ਹੁੰਦੇ ਆ ਪਾਰਟੀ ਪ੍ਰਧਾਨ ਜਾਂ ਵੱਡੇ ਲੀਡਰ ਨੂੰ ਜਦੋਂ ਪਾਰਟੀ ਦਾ ਕੋਈ ਐਮਐਲਏ ਆਪਦੀ ਸੀਟ ਛੱਡਦਾ ਨਹੀਂ ਤਾਂ ਕੋਈ ਬਾਈ ਇਲੈਕਸ਼ਨ ਪਹਿਲ ਦਿੰਦਾ ਪ੍ਰਧਾਨ ਸਾਹਿਬ ਨੂੰ ਚਲੋ ਆਓ ਜੀ 25 ਸਾਲ ਹਜੇ ਤੁਸੀਂ ਇੱਥੇ ਆਓ ਤੇ ਕੰਮ ਕਰੋ ਤੇ ਪੰਜਾਬ ਦੇ ਮਸਲੇ ਜਾ ਕੇ ਵਿਧਾਨ ਸਭਾ 'ਚ ਉਠਾਓ। ਹੂੰ ਕਿਉਂਕਿ ਇਹ ਵੀ ਜ਼ਰੂਰੀ ਹੈ ਨਾ ਮਤਲਬ ਕਿ ਹੁਣ ਅਕਾਲੀ ਦਲ ਦੇ ਲਈ ਵਿਧਾਨ ਸਭਾ 'ਚ ਵੀ ਆਪਣੇ ਆਪ ਨੂੰ ਦਿਖਾਉਣਾ ਕਿਉਂਕਿ ਮਨਪ੍ਰੀਤ ਸਿੰਘ ਯਾਲੀ ਸਾਹਿਬ ਤਾਂ ਲੰਬੇ ਹੋ ਚੁੱਕੇ ਆ ਉਹ ਸਾਫ਼ ਆ ਹੁਣ ਸਪਸ਼ਟ ਆ ਤੇ ਗਨੀਵ ਕੌਰ ਮੁਜੀਠੀ ਆਈ ਤਾਂ ਮਤਲਬ ਉਹ ਘੱਟ ਬੋਲਦੇ ਨੇ ਮਤਲਬ ਫਸਟ ਟਾਈਮ ਨੇ ਉਹ ਤਾਂ ਉਹਨੇ ਹੈ ਨਹੀਂ ਮਤਲਬ ਮਸਲੇ ਉਠਾਉਣ 'ਚ ਐਗਰੈਸਿਵ ਵੀ ਹੈਣੀ ਤੇ ਮਸਲੇ ਵੀ ਉਠਾ ਉਠਾਰੇ ਜਾਂਦਾ ਚਲੋ ਹਾਂ ਜੇ ਜੇ ਖੁਸ਼ੀ ਨਾਲ ਉਹ ਕਰਦੇ ਨੇ ਪਾਰਟੀ ਚ ਸਮੀਕਤ ਤੌਰ ਤੇ ਫੈਸਲਾ ਹੁੰਦਾ ਫੇਰ ਤਾਂ ਦੇਖੋ ਠੀਕ ਆ ਪਰ ਜੇ ਨਹੀਂ ਤਾਂ ਫੇਰ ਤਾਂ ਦੇਖੋ ਫੇਰ ਤਾਂ ਗੱਲ ਗਲਤ ਆ ਨਾ ਮਤਲਬ ਮੈਨੂੰ ਤਾਂ ਵੀ ਸ਼ੱਕ ਸਮਝ ਨਹੀਂ ਲੱਗ ਰਿਹਾ ਕਿਤੇ ਉਹਨਾਂ ਦੇ ਪਰਿਵਾਰ ਚ ਵੀ ਦੋ ਫਾੜ ਨਾ ਹੋ ਜੇ ਜੇ ਸੁਖਬੀਰ ਸਿੰਘ ਬਾਦਲ ਜਾ ਕੇ ਗਿੱਦੜਵਾਦ ਚੋਂ ਲੜਦੇ ਆ ਤੇ ਡੈਂਪੀ ਪਰਿਵਾਰ ਵੀ ਇਹ ਢਿੱਲੋ ਪਰਿਵਾਰ ਵੀ ਦੋ ਹਿੱਸਿਆਂ 'ਚ ਵੰਡਿਆ ਜਾ ਸਕਦਾ ਬੜਕਲ ਉਹਨਾਂ ਦਾ ਜਿਹੜਾ ਨਵਾਂ ਪੂਰਾ ਨਵੀਂ ਪੀੜ੍ਹੀ ਆ ਆ ਬੇਸੰਗਟ ਲਾਉਂ ਹਣੀ ਢਲਾਉਂਦੇ ਬੇਟੇ ਤੇ ਉਹ ਮੁੰਡਾ ਪੂਰਾ ਮਤਲਬ ਅਹੁਦੇਦਾਰ ਵੀ ਆ ਹੁਣ ਤਾਂ ਪਾਰਟੀ ਚ ਜੂਠ ਤੇ ਉਹ ਡਿਬੇਟਾਂ ਚ ਵੀ ਹਿੱਸਾ ਲੈਂਦਾ ਰਿਹਾ ਸਪੋਕਸਪਰਸਨ ਬਣ ਵੀ ਕਰਾਰ ਦੇ ਉੱਤੇ ਹੀ ਆ ਇੱਕ ਹਿਸਾਬ ਦਾ ਸਪੋਕਸਪਰਸਨ ਹੀ ਆ ਇੱਕ ਹਿਸਾਬ ਦਾ ਵੱਡੀਆਂ ਡਿਬੇਟਾਂ ਦੇ ਵਿੱਚ ਸੈਟਲਾਈਟ ਚੈਨਲਾਂ ਦੇ ਉੱਤੇ ਜਾ ਰਿਹਾ ਬੰਦਾ ਤੇ ਦੇਖੋ ਕਿਉਂਕਿ ਤੁਹਾਡੇ ਯਾਦ ਹੋਣਾ ਸੁਖਵੀਰ ਬਾਦਲ ਨੇ ਪਿਛਲੀਆਂ ਚੋਣਾਂ ਚ ਉਹ ਮੁੰਡੇ ਦਾ ਹੱਥ ਫੜ ਕੇ ਤਾ ਤਾਂ ਜੱਕੇ ਕਹਿੰਦਾ ਸੀ ਵੀ ਆਉਣ ਵਾਲਾ ਬੰਦਾ ਏ ਯਾਰ ਸਾਡਾ ਕਿੱਧਰ ਦਾ ਖਤਮ ਬਿਲਕੁਲ 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 ਜੀ ਮਤਲਬ ਜੀ ਹੁਣ ਆਪਾਂ ਪੱਤਰਕਾਰ ਯਾਦ ਰੱਖੀ ਬੈਠੇ ਆ ਲੋਕ ਵੀ ਆ ਰਹੀਆਂ ਲੋਕਾਂ ਦੇ ਲੋਕ ਕਿਹੜਾ ਭੁੱਲੇ ਆ ਹੂੰ ਉਹ ਚ ਵੀ ਰਤਨ ਜੀ ਖਾਸ ਆ ਨਾ ਮਤਲਬ ਕਿ ਉਦੋਂ ਕਹਿੰਦੇ ਹੱਥ ਤਾਂ ਖੜਾ ਕੀਤਾ ਸੀ ਕਿ ਇਹ ਦੱਸਿਆ ਸੀ ਤਾਈ ਨੂੰ ਡਿੰਪੀ ਸਾਹਿਬ ਨੂੰ ਕਿ ਡਿੰਪੀ ਸਾਹਿਬ ਤੁਹਾਡੇ ਘਰ ਚ ਇੱਕ ਤੁਹਾਡਾ ਸਰੀਕ ਖੜਾ ਕਰਤਾ ਸੀ ਹੂੰ ਕੀ ਹੁਣ ਮਾੜਾ ਯਾਰ ਸਾਡੇ ਨਾਲ ਪਿਆਰ ਨਾ ਚੱਲੋ ਹੂੰ ਹਾਂ ਮਤਲਬ ਇਹ ਵੀ ਹੈਗਾ ਚਰਚਾ ਤਾਂ ਇਹ ਵੀ ਹੋਈ ਸੀ ਨਾ ਉਦੋਂ ਹੁਣ ਚਰਚਾ ਤੇ ਵੀ ਹੋ ਰਹੀ ਹੈ ਕਿ ਡਿੰਪੀ ਸਾਹਿਬ ਦੇਖੋ ਜਦੋਂ ਮਨਪ੍ਰੀਤ ਸਿੰਘ ਬਾਦਲ ਨਾ ਐਕਟਿਵ ਹੁੰਦੇ ਨੇ ਰਤਨ ਜੀ ਉਹ ਵੀ ਖਾਸ ਇੱਕ ਫੈਕਟਰ ਰਹੂਗਾ ਇੱਥੇ ਜੀ ਚੋਣਾ ਹਾਰਨ ਤੋਂ ਕੁਝ ਸਮਾਂ ਬਾਅਦ ਮਨਪ੍ਰੀਤ ਸਿੰਘ ਬਾਦਲ ਗਿੱਧਰਵਾਚ ਐਕਟਿਵ ਹੁੰਦੇ ਨੇ ਜੀ ਉਹ ਲੋਕਾਂ ਦਾ ਸਲਾਹ ਵੀ ਕਰਦੇ ਦੱਸੋ ਵੀ ਕਿਵੇਂ ਕਰਗੇ ਅਸੀਂ ਤੇ ਉਦੋਂ ਦਾ ਪੂਰਾ ਐਕਟਿਵ ਹੋਏ ਸੀ 20 25 ਦਿਨ ਤਾਂ ਮੰਨ ਲਓ ਮਹੀਨਾ ਮੰਨ ਲਓ ਪੂਰਾ ਐਕਟਿਵ ਹੋਏ ਨੇ ਲੋਕਾਂ ਨੂੰ ਮਿਲਦੇ ਨੇ ਚਾਹ ਪਾਣੀ ਪੀਂਦੇ ਨੇ ਉਦੋਂ ਕਿਹਾ ਜਾਂਦਾ ਸੀ ਕਿ ਸੁਖਬੀਰ ਸਿੰਘ ਬਾਦਲ ਨੇ ਸੁਣਿਆ ਵੇਖੋ ਜੀ ਆਪਾਂ ਤਾਂ ਗੱਲਾਂ ਕੋਈ ਸੱਚ ਆ ਝੂਠ ਹੈ ਤਾਂ ਹੁਣ ਦੋਵੇਂ ਵਿਅਕਤੀ ਹੀ ਸਾਫ਼ ਕਰ ਸਕਦੇ ਆ ਕਿ ਭਾਈ ਤੁਸੀਂ ਤਲਵੰਡੀ ਸਾਬੋਂ ਮੂਵ ਹੋ ਜਾਓ। ਹੂੰ ਡਿੰਪੀ ਪਰਵਾ ਨੂੰ ਇਹ ਢਿੱਲੋ ਪਰਿਵਾਰ ਨੂੰ ਇਹ ਕਿਹਾ ਗਿਆ ਸੀ। ਤਾਂ ਉਹ ਉਹਨਾਂ ਨੇ ਇਨਕਾਰ ਕਰਤਾ ਕਿ ਜੀ ਅਸੀਂ ਤਾਂ ਗਿੱਦੜਵਾ ਹੀ ਰਵਾਂਗੇ। ਜਦੋਂ ਅਸੀਂ ਕਿਤੇ ਹੋਰ ਨਹੀਂ ਜਾ ਰਹੇ। ਤੇ ਉਸ ਤੋਂ ਬਾਅਦ ਕਹਿੰਦੇ ਡਿੰਪੀ 'ਚ ਗੁੱਸੇ ਵੀ ਹੋ ਗਏ ਸੀ। ਫਿਰ ਜਦੋਂ ਇਹਨਾਂ ਯਾਤਰਾ ਸ਼ੁਰੂ ਕੀਤੀ ਸੀ ਇਹ ਪੰਜਾਬ ਬਚਾਓ ਵਾਲੀ ਤਾਂ ਫਿਰ ਡਿੰਪੀ ਸਾਹਿਬ ਦੇ ਕੋਲ ਜਾਂਦੇ ਵੀ ਨਹੀਂ ਤੇ ਮਨਾਕੇ ਵੀ ਆਉਂਦੇ ਨਹੀਂ ਮਤਲਬ ਉਹ ਹੁਣ ਮਨਾਇਆ ਬੰਦਾ ਮੰਨ ਗਿਆ ਸੀ ਜਾਂ ਹੁਣ ਕੋਈ ਪਟਾਕਾ ਪੈ ਸਕਦਾ ਰਤਨ ਜੀ ਜੇਕਰ ਸ਼ਸ਼ੀਲ ਕੁਮਾਰ ਰਿੰਕ ਉਤੇ ਸੀ ਤਿਲੰਗਰਾਲ ਜਿਨ੍ਹਾਂ ਦੀ ਆਪਸ ਵਿੱਚ ਬਿਲਕੁਲ ਨਹੀਂ ਬੰਦੀ ਸੀ ਉਹ ਇਕੱਠੇ ਹੋ ਸਕਦੇ ਆ ਤੇ ਫਿਰ ਰਾਜਾ ਵੜਿੰਗ ਤੇ ਡਿੰਪੀ ਢਲੂਗੀ ਹੋਇਆ ਭਾਈ ਪਿਛੇ ਵੀ ਉਹਨਾਂ ਦਾ ਕੇਸ ਵੀ ਸੋਲਵ ਹੋਇਆ ਹੈਗਾ ਰੱਖੋ ਜਿੱਤੇ ਵੀ ਬਿਲਕੁਲ ਬਿਲਕੁਲ ਜੀ ਉਹ ਮਾਨਹਾਨੀ ਦਾ ਕੇਸ ਸੀ ਤੇ ਉਹ ਵੀ ਵਾਪਸ ਲਿਆ ਗਿਆ ਮਤਲਬ ਉਹ ਕਹਿੰਦੇ ਡਿੰਪੀ ਸਾਹਿਬ ਬਿਆਨ ਸੇਖੋ ਜੱਜ ਸਾਹਿਬ ਕਹਿੰਦੇ ਚਲੋ ਜੀ ਨਿਵੇੜੋ ਹੁਣ ਤੇ ਫਿਰ ਉਹ ਵੀ ਨਿਵੇੜ ਲਿਆ ਭਾਈ ਉਦੋਂ ਹੀ ਚਰਚਾ ਸ਼ੁਰੂ ਹੋ ਗਈ ਸੀ ਨਾ ਪਾਛੇ ਤਾਂ ਦੇਖੋ ਸਮਝਦਾਰ ਨੂੰ ਇਸ਼ਾਰਾ ਹੀ ਕਾਫੀ ਹੁੰਦਾ ਹੈਗਾ ਲੋਕ ਸਮਝਦਾਰ ਨਹੀਂ ਚਲੋ ਪਰ ਦੇਖੋ ਹੁਣ ਪਾਰਟੀ ਵੀ ਬਿਹਤਰੀ ਕੌਣ ਕੌਣ ਕਰਦਾ ਕੌਣ ਚਾਹੁੰਦਾ ਨੀ ਇਹ ਤਾਂ ਆਮ ਆਦਮੀ ਪਾਰਟੀ ਪਿੱਛੇ ਨਹੀਂ ਜੀ ਕੀ ਪਤਾ ਹੁਣ ਜਿਹੜੀ ਬੱਸ ਟਰਾਂਸਪੋਰਟ ਦੇ ਖਿਲਾਫ ਮਾਨਸਬ ਧਰਨੇ ਲਾਉਂਦੇ ਰਹੇ ਆ ਕੀ ਇਹ ਟਰਾਂਸਪੋਰਟ ਤਾਂ ਬੰਦੇ ਮਾਰੂ ਆ ਜੀ ਜੀ ਕਿਤੇ ਉਹ ਟਰਾਂਸਪੋਰਟ ਦੇ ਮਾਲਕ ਕਿਤੇ ਉਹ ਚਿੱਟਾ ਜਨਪਾਲ ਨੇ ਭਾਈ ਇਹ ਕੁਝ ਨਹੀਂ ਪਤਾ ਮਤਲਬ ਸਿਆਸਤਾਂ ਵਿੱਚ ਕੁਝ ਵੀ ਹੋ ਸਕਦਾ ਕੁਝ ਵੀ ਹੋ ਸਕਦਾ ਸਹੀ ਗੱਲ ਕਦੋਂ ਵੀ ਕੋਈ ਵੀ ਪਟਾਕੇ ਪੈ ਸਕਦੇ ਆ ਬਸ ਇੰਤਜ਼ਾਰ ਕਰਨਾ ਚਾਹੀਦਾ ਜੀ ਵੈਲਕਮ ਜੀ ਤੇ ਇੱਕ ਆਪਾਂ ਗੱਲ ਕਰ ਲਈਓ ਕੰਗਨਾਰ ਨੌਤ ਤੇ ਕੁਲਵਿੰਦਰ ਕੌਰ ਦੇ ਮਾਮਲੇ ਦੀ ਉਹ ਚ ਐਸਆਈਟੀ ਦਾ ਗਠਨ ਹੋ ਗਿਆ ਜੀ ਹੂੰ ਤਾਂ ਹੁਣ ਜਾਂਚ ਪੜਤਾਲ ਸ਼ੁਰੂ ਹੋ ਚੁੱਕੀ ਆ ਤਦੋਂ ਸਮਝ ਲਓ ਜਦੋਂ ਐਸਆਈਟੀ ਬਣ ਗਈ ਤੇ ਜਾਂਚ ਪੜਤਾਲ ਸ਼ੁਰੂ ਹੋ ਗਈ ਹੁਣ ਉਹ ਨਿਵੇੜ ਦੇ ਕਦੋਂ ਨੇ ਪਈ ਐਸਆਈਟੀ ਨੂੰ ਪਤਾ ਤੁਹਾਨੂੰ ਜਿਹੜਾ ਹੁਣ ਬਿਆਨ ਸਾਹਮਣੇ ਆਇਆ ਉਹ ਕਹਿੰਦੇ ਕਿ ਜਿਹੜੇ ਉੱਥੇ ਲੋਕ ਮੌਜੂਦ ਸੀ ਉਹਨਾਂ ਤੋਂ ਵੀ ਬਿਆਨ ਲੈਣ ਦੀ ਕੋਸ਼ਿਸ਼ ਕਰਾਂਗੇ ਸੀਸੀਟੀਵੀ ਵੀ ਚੈੱਕ ਕਰਾਂਗੇ ਜਾਂ ਜਿਹੜਾ ਸ਼ਿਕਾਇਤ ਕਰਤਾ ਜਾਂ ਪੀੜਤਾ ਉਹਦੇ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਜੋ ਹੁਣ ਨਿਕਲਦਾ ਕੀ ਹੈ ਮਤਲਬ ਉਹ ਗੱਲ ਹਜੇ ਤੱਕ ਲੱਗ ਜੂ ਪਤਾ ਤੇ ਮਤਲਬ ਪਰ ਜਿਹੜੀ ਜਾਣਕਾਰੀ ਟੁੱਟ-ਮੁੱਟੂ ਹੀ ਸਾਹਮਣੇ ਆ ਰਹੀ ਉਹ ਕਹਿ ਰਿਹਾ ਕਿ ਕੁਲਵਿੰਦਰ ਕੌਰ ਦੇ ਉਹ ਨੇਮ ਪਲੇਟ ਨੂੰ ਲੈ ਕੇ ਥੋੜੀ ਜੀ ਕੰਗਣਾ ਢੜਕ ਗਈ ਸੀ ਕਿ ਜਦੋਂ ਕੁਲਵਿੰਦਰ ਕੌਰ ਨੇ ਕਿਹਾ ਕਿ ਤੁਸੀਂ ਆਪਣਾ ਉਹ ਫੋਨ ਆ ਤੇ ਪੜਸੇ ਟ੍ਰੇ ਵਿੱਚ ਰੱਖ ਦੋ ਸਕਿਉਰਟੀ ਦੇ ਲਈ ਤੁਹਾਡੀ ਤਲਾਸ਼ੀ ਦੇ ਲਈ ਅਸੀਂ ਚੈੱਕ ਕਰਨਾ ਮਤਲਬ ਉਹ ਕਹਿੰਦਾ ਮੈਂ ਐਮਪੀ ਆ ਉਹ ਸਾਨੂੰ ਜਾਣਦੇ ਆ ਸੀ ਤੂੰ ਕਹਣਾ ਵੇਖਿਆ ਨਾਮ ਕੀ ਦਾ ਕੌਰ ਆ ਪੰਜਾਬ ਤੋਂ ਆ ਫੇਰ ਥੋੜੀ ਕਹਿੰਦੇ ਗਰਮੀ ਹੁੰਦੀ ਆ ਤੇ ਅਜੇ ਤੱਕ ਜੀ ਤੁਸੀਂ ਇਹ ਵੀ ਦੇਖੋ ਨਾ ਕੁਲਵਿੰਦਰ ਕੌਰ ਦਾ ਕੋਈ ਬਿਆਨ ਨਹੀਂ ਸਾਹਮਣੇ ਆਇਆ ਹਮ ਕੁਲਵਿੰਦਰ ਕੌਰ ਖੁਦ ਵੀ ਸਾਹਮਣੇ ਨਹੀਂ ਆਏ ਹਾਂ ਮਤਲਬ ਉਹ ਸਸਪੈਂਸਾ ਹਜੇ ਹਮ ਮਤਲਬ ਕੀ ਵਾਕਈ ਕੁਲਵਿੰਦਰ ਕੌਰ ਨੇ ਪਹਿਲ ਕੀਤੀ ਸੀ ਜਾਂ ਦੂਸਰੇ ਪਾਸੇ ਕੰਗਨਾਰ ਨੌਦ ਦਾ ਕੋਈ ਗਲਤੀ ਸੀ ਉਹਨੇ ਕੁਝ ਅਗਰੈਸਿਵ ਕੀਤਾ ਕੋਈ ਚੰਗਾ ਮੰਦਾ ਬੋਲੀ ਪਰ ਦੂਸਰੇ ਪਾਸੇ ਕੁਲਵਿੰਦਰ ਕੌਰ ਦੀ ਗਲਤੀ ਇਹ ਮੰਨਦੇ ਕਿ ਉਹਨਾਂ ਡਿਊਟੀ ਹੋ ਗਈ ਉਹਨੇ ਜੇ ਥੱਪੜ ਮਾਰਿਆ ਤਾਂ ਹਾਂ ਮਤਲਬ ਇਹ ਵੀ ਕਲੀਅਰ ਨਹੀਂ ਨਾ ਹੇ ਤੱਕ ਤਾਂ ਚਰਚਾ ਲੋ ਜੇ ਐਸਆਈਟੀ ਕਹਿੰਦੀ ਜੇ ਕੋਈ ਸੀਸੀਟੀਵੀ ਪੋਸਟ ਕੋਲ ਪਹੁੰਚਦਾ ਤੇ ਉਹ ਵਾਕਈ ਰਿਪੋਰਟ ਚ ਕਰਦੀ ਆ ਕਿ ਹਾਂ ਥੱਪੜ ਵੱਜਿਆ ਜੀ ਹਾਂ ਪਰ ਉਹ ਕੁਝ ਕੁ ਲੋਕ ਨਾ ਫੋਟੋ ਮੈਂ ਐਡ ਕਰਕੇ ਵੀ ਚਲਾ ਰਹੇ ਨੇ ਫੇਸਬੁੱਕ ਤੇ ਉਹ ਗੱਲ ਤੇ ਨਿਸ਼ਾਨ ਜਾ ਬਣਾ ਕੇ ਅੱਜ ਕੱਲ੍ਹ ਹਾਂ ਹਾਂ ਪਰ ਥੋੜੀ ਜਿਹੀ ਕਲੀਅਰ ਨਹੀਂ ਹਾਂ ਗੱਲ ਤਾਂ ਹੁਣ ਲਾਜ ਨਜ਼ਰ ਆ ਰਹੀ ਹੈ ਵੇਖੋ ਮੇਕਅਪ ਆ ਕੇ ਥੱਪੜ ਦਾ ਨਿਸ਼ਾਨ ਹੋਣੀ ਆਪਾਂ ਨੂੰ ਪਤਾ ਹਾਂ ਹਾਂ ਕਦੇ ਕੁਲ ਮੇਕਅਪ ਵੀ ਲਾਲਜੇ ਹੁੰਦੇ ਆ ਨਾ ਆਪਾਂ ਕੁਝ ਨਹੀਂ ਕਹਿ ਸਕਦੇ ਉਸ ਬਾਬਤ ਜੀ ਹਾਂ ਤੇ ਦੂਸਰੇ ਪਾਸੇ ਜੀ ਆਮ ਆਦਮੀ ਪਾਰਟੀ ਰਤਨ ਜੀ ਇੱਕ ਦਾਵਾ ਕਰਦੀ ਸੀ ਕਿ ਮਾਨ ਸਾਹਿਬ ਨੇ ਵੀ ਕਿਹਾ ਜਦੋਂ ਫੋਨ ਕਾਲ ਆਇਆ ਸੀ ਇੰਟਰਵਿਊ ਦੇ ਵਿੱਚ ਕਿ ਵੇਖੋ ਜਿਹੜਾ ਬੀਲੀ ਬੋਰਡ ਹੈ ਬਹੁਤ ਹੀ ਫਾਇਦੇਚ ਹਾਂਜੀ ਹਾਂ ਬਿਲਕੁਲ ਕਿਹਾ ਸੀ ਬਿਲਕੁਲ ਜੀ ਅਜੇ ਹਿੰਦੁਸਤਾਨ ਟਾਈਮਜ਼ ਦੀ ਖਬਰ ਆ ਵਿਸ਼ਾਲ ਜੀ ਦੀ ਬਠਿੰਡੇ ਤੋਂ ਉਹ ਕਹਿ ਰਿਹਾ 2023-24 ਦੇ ਵਿੱਚ 184 ਕਰੋੜ ਲੂਜ਼ ਕੀਤਾ ਜਿਹੜੇ ਕੁੰਡੀਆਂ ਲਾਉਂਦੇ ਲੋਕ ਮਤਲਬ ਬਿਲੀ ਦੇ ਖਾਫਤਾ ਹੋ ਗਈ ਉਹ ਕਿਸੇ ਪਾਸੇ ਗਿਣੀ ਨਹੀਂ ਗਈ ਉਹ 184 ਕਰੋੜ ਦੀ ਸੀ ਜਿਹੜੀ ਉਹ ਤੋਂ ਪਿਛਲੇ ਸਾਲ 119 ਸੀ 21/ਚ ਕੈਪਟਨ ਦੇ ਵੇਲੇ 125 ਸੀ ਤੇ 2021 ਚ 130 ਕਰੋੜ ਸੀ ਜੀ ਪਹਿਲਾਂ ਤਾਂ ਟੀਸੀ ਸਰਕਾਰ ਦੇ ਆਉਣ ਤੋਂ ਬਾਅਦ 2122 ਤੇ 2223 ਚ ਪਰ 23 24 ਜਾ ਕੇ ਵੱਧ ਗਈੰਦੀ ਆ 184 ਕਰੋੜ ਹੋ ਗਈ ਜੀ ਮਤਲਬ ਕਿ ਮਾਨ ਸਾਹਿਬ ਨੇ ਜਾ ਰਹੇ ਨੇ ਵਿਚਾਰੇ ਠੀਕ ਆ ਜੀ ਤੇ ਉਹਨਾਂ ਨੇ ਜੁੰਟਾ ਕੀਤੀਆਂ 600 ਮੁਫਤ ਤੇ ਲੋਕ ਫੇਰ ਵੀ ਕੁੰਡੀ ਲਾ ਰਹੇ ਆ ਜੀ ਤਾਂ ਇਹ ਹੁਣ ਘਟਾ ਵੀ ਪੈ ਰਿਹਾ ਬਿਲੀਬੋਰਡ ਨੂੰ ਤੇ ਇਹ ਚ ਹੁਣ ਮਾਨ ਸਾਹਿਬ ਕੁਝ ਕਰਦੇ ਨੇ ਕਿ ਨਹੀਂ ਇਹ ਵੀ ਦੇਖਣ ਵਾਲਾ ਹੋਊਗਾ ਜੀ ਹਾਂ ਜੀ ਹਾਂ ਜੀ ਤਾਂ ਇੱਕ ਰਤਨ ਜੀ ਖਾਸ ਹੋ ਰਿਹਾ ਇੱਕ ਬਿਆਨ ਆਇਆ ਜੀ ਆਰਐਸਐਸ ਦੇ ਪ੍ਰਮੁੱਖ ਮੋਹਨ ਭਗਵਤ ਜੀ ਦਾ ਉਹਨਾਂ ਦਾ ਮਨੀਪੁਰ ਨੂੰ ਲੈ ਕੇ ਬਿਆਨ ਆਇਆ ਕਹਿੰਦੇ ਇੱਕ ਸਾਲ ਹੋ ਗਿਆ ਮਨੀਪੁਰ ਦੇ ਵਿੱਚ ਆ ਸ਼ਾਂਤੀ ਆ ਤੇ ਉਤੇ ਗੱਲ ਕਰਨੀ ਚਾਹੀਦੀ ਉਹ ਮਸਲਾ ਹੱਲ ਹੋਣਾ ਚਾਹੀਦਾ ਤਾਂ ਇੱਕ ਵੱਡੀ ਗੱਲ ਹੈ ਕਿ ਆਰਐਸਐਸ ਦੇ ਪ੍ਰਮੁੱਖ ਦਾ ਬਿਆਨ ਆਉਣਾ ਤੇ ਇੱਕ ਨਸੀਹਤ ਤੌਰ ਤੇ ਜਾਂ ਮੋਦੀ ਸਰਕਾਰ ਖਾ ਗਿਆ ਕਿ ਤੁਸੀਂ ਇਹਦੇ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕਰ ਰਹੇ ਇੱਥੇ ਚੁੱਪੀ ਵੱਟੀ ਹੋਈ ਹੈ ਪਰ ਇੱਥੇ ਹੱਲ ਕਰੋ ਜੀ ਹੂੰ ਹੂੰ ਉਹ ਕੰਦੀ ਪਹਿਲ ਦੇ ਆਧਾਰ ਤੇ ਤੇ ਚਰਚਾ ਹੋਣੀ ਚਾਹੀਦੀ ਆ ਹਾਂ ਤੇ ਜੇ ਕਰੇ ਜੇ ਬਿਆਨ ਆ ਰਹੇ ਨੇ ਕਿੜੀ ਗੱਲ ਹੋ ਰਹੀ ਸੀ ਕਿ ਬੀਜਪੀ ਦਾ ਤੇ ਜਿਹੜੀ ਆਰਐਸਐਸ ਦਾ ਹੁਣ ਥੋੜਾ ਜਿਹਾ ਤਾਲਮਿਲ ਘਟਾ ਕਿ ਉਹ ਸੱਚ ਆ ਫਿਰ ਜਾਂ ਵਾਕਈ ਥੋੜਾ ਜਿਹਾ ਨਰਾਜ਼ ਨੇ ਉਹ ਬੀਜਪੀ ਤੋਂ ਜਾਂ ਪੀਐਮ ਸਾਹਿਬ ਤੋਂ ਕੋਸ਼ਿਸ਼ ਕੋਸ਼ਿਸ਼ ਇੰਨੀ ਕਿ ਗਤੀਵਿਧੀ ਜ਼ਰੂਰ ਆ ਵੀ ਜਿਹੜਾ ਆਪਾਂ ਨੂੰ ਲੱਗ ਰਿਹਾ ਹੈਗਾ ਵੀ ਸਟੇਟ ਵਾਈਜ਼ ਕੁਝ ਨਾ ਕੁਝ ਫਰਕ ਆ ਜਿਵੇਂ ਪੰਜਾਬ ਹਰਿਆਣਾ ਦੇ ਵਿੱਚ ਆਰਐਸਐਸ ਦੀ ਉਹੀ ਭੂਮਿਕਾ ਰਹੀ ਜੋ ਇਲੈਕਸ਼ਨਾਂ ਦੇ ਵਿੱਚ ਹੁੰਦੀ ਆ ਜਿਵੇਂ ਉਹਨਾਂ ਦੇ ਕਾਡਰ ਨੇ ਥੱਲੇ ਜਾ ਕੇ ਵੋਟ ਮੰਗੀ ਜਾਂ ਵੋਟਾਂ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ ਆ ਮਤਲਬ ਬੀਜੇਪੀ ਨੂੰ ਵੋਟ ਪਾਉਣ ਲਈ ਪਰ ਕੁਝ ਕੁ ਸਟੇਟਾਂ ਦੇ ਵਿੱਚ ਜਿਵੇਂ ਯੂਪੀ ਦੀ ਖਾਸ ਤੌਰ ਤੇ ਗੱਲ ਕਰੀਏ ਉੱਥੋਂ ਕੁਝ ਹੋਰ ਰਿਪੋਰਟਾਂ ਆ ਰਹੇ ਨਹੀਂ ਹੂੰ ਤੇ ਤਸਵੀਰਾਂ ਬਦਲੀਆਂ ਨੇ ਜੀ ਤੇ ਫਿਰ ਆਪਾਂ ਇਰਾਜ਼ਤ ਲੱਗੇ ਜੀ ਜੀ ਬਿਲਕੁਲ ਬਿਲਕੁਲ ਇਹ ਨਹੀਂ ਐ ਐਸ ਨੂੰ ਛੱਡਦੇ ਅਸੀਂ ਮਾੜਾ ਮੋਟਾ ਤੁਸੀਂ ਸੁਖਵੰਤ ਦਾ ਹਾਲ ਚਾਲ ਤਾਂ ਪੁੱਛ ਲੋ ਉਸ ਨੂੰ ਮਿਸ ਕਰ ਰਿਹਾ ਹਾਂ ਜੀ ਹਾਂ ਮੈਂ ਤਾਂ ਹਾਂ ਜੀ ਸੁਖਵੰਤ ਜੀ ਕੀ ਹਾਲ ਨੇ ਵਧੀਆ ਬਈ ਵਧੀਆ ਵਧੀਆ ਤੁਸੀਂ ਦੱਸੋ ਕਿਵੇਂ ਠੀਕ ਹੋ ਵਧੀਆ ਜੀ ਵਧੀਆ ਠੀਕ ਐ ਠੀਕ ਐ ਜੀ ਤੁਹਾਨੂੰ ਬਹੁਤ ਮਿਸ ਕਰ ਰਹੇ ਆਂ ਹਾਂ ਤੇ ਇਹ ਸਾਨੂੰ ਮਿਸ ਕਰ ਰਿਹਾ ਵਿਚਾਰਾ ਆ ਹਾਂ ਮੈਂ ਠੀਕ ਜੇ ਸਾਨੂੰ ਪੁੱਛਿਆ ਵੀ ਸੀ ਕਹਿੰਗੇ ਐ ਸੁਖਵੰਤ ਨਹੀਂ ਨਾਲ ਆ ਤੁਹਾਡੇ ਹੂੰ ਚਲੋ ਕੋਈ ਨਹੀਂ ਕੇ ਨੈਕਸਟ ਟਾਈਮ ਨਾਲ ਲੈ ਕੇ ਆਵਾਂਗੇ ਹਾਂ ਜੀ ਹਾਂ ਜੀ ਹਾਂ ਬਿਲਕੁਲ ਸਕਗਵੰਤ ਦੀ ਸਾਰੀ ਟੀਮ ਹੋ ਗਈ। ਔਰ ਠੀਕ ਹੈ ਥੈਂਕ ਯੂ ਥੈਂਕ ਯੂ ਜੀ। ਸਕਵੰਤ ਕਹਿੰਦਾ ਸਾਡੇ ਨਾਮ ਲੈ ਕੇ ਆਣਾ ਬੂ ਬਾਈ ਫਿਰ ਤਾਂ ਗਾਣ ਨੂੰ ਕਹਿੰਦੇ ਆ। ਹਾਂ ਜ਼ਰੂਰ। ਹਾਂਜੀ ਹਾਂਜੀ। ਹੂੰ। ਮਤਲਬ ਹੋਰ ਕੋਈ ਗੱਲ ਬਾਤ ਸੁਣਾਓ ਇਥੋਂ ਦੀ ਕੋਈ ਜੀ ਮਾੜੀ ਮੁੱਠੀ ਛੋਟੀ ਮੁੱਠੀ। ਅਹ ਤੇ ਇਹ ਤਾਂ ਕਦਾ ਕੋਈ ਗੱਲ ਬਾਤ ਨਹੀਂ ਗੱਲਾਂ ਬਾਤਾਂ ਤੁਹਾਨੂੰ ਆ ਕੇ ਹੀ ਸੁਣਾਵਾਂਗੇ। ਅਸੀਂ ਗੱਲਾਂ ਬਾਤਾਂ ਮੈਂ ਇਕੱਠੀਆਂ ਕਰ ਰਹੇ ਹਾਂ ਸਾਰੀਆਂ। ਨਹੀਂ ਆਇਆ ਨਾ ਫਿਰ ਛੋਡੀ ਨਾ ਜਿਹੜਾ ਝੋਲਾ ਬਾਹ ਹਣਾ ਭਰ ਜੇ ਕਿਤੇ। ਹੁਣ 에어ਪੋਰਟ ਤੇ ਵੀ ਕਿਹਾ ਸੀ 22-23 ਕਿਲੋ ਦਾ ਝੋਲਾ ਹੋਵੇ। ਇਤੋਂ ਵੱਡਾ ਕਿ ਉਹਨੇ ਗੱਲਾਂ ਬਾਲੀਆਂ ਵਿੱਚ ਪੈਕ ਹੋ ਜਾਣ ਤੇ ਸਮਾਨ ਰਹਿ ਜਾ ਕੋਈ ਹੂੰ ਹਾਂ ਵੀ ਠੀਕ ਆ ਸਭ ਕੁਛ ਠੀਕ ਆ ਦੇਖੋ ਪਰ ਹਾਈ ਜਰੂਰ ਆ ਵੀ ਵੀ ਆਪਣਾ ਜਿਹੜਾ ਐਨ ਆਰ ਆਈ ਨੌਜਵਾਨ ਆ ਜਿਹੜੀਆਂ ਆਪਾਂ ਨੂੰ ਬਾਹਰਲੇ ਮੁਲਕਾਂ ਚੋਂ ਰਿਪੋਰਟਾਂ ਮਿਲਦੀਆਂ ਚਲੋ ਆਪਾਂ ਕਿਸੇ ਮੁਲਕ ਨੂੰ ਲਿੰਦਾਂਗੇ ਪਰ ਇੱਥੋਂ ਵਾਲੇ ਥੋੜੇ ਜੇ ਮੈਨੂੰ ਜ਼ਿਆਦਾ ਮਤਲਬ ਸੋਹਰਦ ਲੱਗੇ ਸਿਆਣੇ ਲੱਗੇ ਮਤਲਬ ਹੂੰ ਆਪਦੇ ਮਤਲਬ ੰਮਾ ਦੇ ਪ੍ਰਤੀ ਵੀ ਹੂੰ ਵੈਸੇ ਵੀ ਹਣਾ ਜਿਆਦਾ ਉਹ ਮਤਲਬ ਇੱਕ ਨਾ ਕੱਲ ਪਰਸੋਂ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਕੈਨੇਡਾ ਦੀ ਮਤਲਬ ਉੱਥੇ ਆਪਣੇ ਪੰਜਾਬੀ ਨੌਜਵਾਨਾ ਉਹ ਸ਼ਰਾਬ ਚੋਰੀ ਕਰ ਰਹੇ ਆ ਜੀ ਮਤਲਬ ਉਹ ਉੱਥੇ ਪੁਲਿਸ ਵੀ ਆ ਜਾਂਦੀ ਆ ਜੇ ਕੁਝ ਹੋ ਰਿਹਾ ਸੀ ਉਹ ਮਤਲਬ ਅਜਈਆਂ ਤਸਵੀਰਾਂ ਬਹੁਤ ਸਾਹਮਣੇ ਆ ਰਹੀਆਂ ਨੇ ਕੀ ਆਹ ਇਹ ਤਸਵੀਰਾਂ ਇਸੀ ਦਾ ਮੈਂ ਫਰਕ ਪੈਂਦਾ ਜਦੋਂ ਕੋਈ ਇੱਕ ਜਾਂ ਦੋ ਪੰਜਾਬੀ ਜੇ ਕੁਝ ਕਰਦੇ ਆ ਤੇ ਉੱਥੇ ਪੂਰੀ ਕਮਿਊਨਿਟੀ ਨੂੰ ਲੈ ਕੇ ਸਵਾਲ ਖੜੇ ਹੁੰਦੇ ਹੋਣ ਜਾਂ ਥੋੜੀ ਸ਼ਕਤੀ ਹੁੰਦੀ ਹੋਵੇ ਹਾਂ ਇੱਥੇ ਵੀ ਇਹਦਾ ਕੁਝ ਹੋਦਾ ਜੀ ਇੱਥੇ ਤਾਂ ਨਹੀਂ ਆ ਰਹੇ ਇਹਦਾ ਕੁਝ ਜੀ ਨਾ ਤਾਂ ਸਾਨੂੰ ਸੋਨ ਨੂੰ ਮਿਲ ਰਿਹਾ ਵੀ ਆਪਣੇ ਕੋਈ ਪੰਜਾਬੀ ਬੰਦੇ ਇਦਾਂ ਦਾ ਕੁਝ ਕਰ ਰਹੇ ਹੁਣ ਗੱਲ ਤੋਂ ਉਸ ਹਣਾ ਇੱਥੇ ਤੇ ਉੱਥੋਂ ਦਾ ਕਾਫੀ ਫਰਕ ਲੋਕ ਰੱਖਦੇ ਆ ਲੋਕ ਦੱਸਦੇ ਆ ਗੱਲਾਂ ਵਾ ਤਾਂ ਨਹੀਂ ਵੀ ਫਰਕ ਬਹੁਤ ਆ ਕਿਉਂਕਿ ਇੱਥੇ ਆਪਣੀ ਕਮਿਊਨਿਟੀ ਹਜੇ ਘੱਟ ਵੀ ਆ ਹਣਾ ਇੱਥੇ ਇੱਥੇ ਟੋਟਲ ਆਬਾਦੀ ਹੀ 50-60 ਲੱਖ ਆ ਸਾਰੇ ਮੁਲਕ ਦੀ ਹੂੰ ਹੂੰ ਇਹਦਾ ਮਤਲਬ ਪੰਜਾਬ ਜਿੰਨੀ ਆਬਾਦੀ ਵੀ ਨਹੀਂ ਹੂੰ ਹੂੰ ਕਿਨਾਂ ਵੀ ਵਧੀ ਤੋਂ ਵਧੀ ਆ ਹੂੰ ਦੰਨੇ ਕਰੋੜ ਤੋਂ ਤਾਂ ਲੜ ਗਿਆ ਦੋ ਦੋਦੀ ਉਦੋਂ ਵਿਧੀ ਆ ਉਦੋਂ ਅੱਧੀ ਦੇ ਨੇੜੇ ਵੀ ਨਹੀਂ ਬਿਲਕੁਲ ਜੀ ਜੀ ਤੇ ਮਤਲਬ ਉੱਥੇ ਥੋੜੇ ਕੈਨੇਡਾ ਜਿਆਦਾ ਹਾਲਾਤ ਖਰਾਬ ਨੇ ਕਿਉਂਕਿ ਉੱਥੇ ਕਹਿੰਦੇ ਪੰਜਾਬੀ ਭਰਾ ਆਪਣੇ ਬਹੁਤ ਹੋ ਗਏ ਤੇ ਉਹ ਥੋੜਾ ਜਾਂ ਕਾਨੂੰਨ ਵਿਵਸਥਾਨ ਆਪਣੇ ਹੱਥ ਵਿੱਚ ਲੈ ਰਹੇ ਨੇ ਹਮ ਪਰ ਇਹ ਗੱਲ ਆ ਵੀ ਜਰੂਰ ਸੋਚਣਾ ਸੋਚਣਾ ਸਮਝਣਾ ਯਾਰ ਆਪਦੇ ਤੇ ਹੀ ਆ ਵੀ ਸੋਚਣ ਵੀ ਸਾਡੇ ਸਾਰੇ ਪੰਜਾਬ ਦੀ ਬੇਇੱਜ਼ਤੀ ਹੁੰਦੀ ਹੈ ਜੇ ਅਸੀਂ ਕੁਝ ਗਲਤ ਕਰਦੇ ਆਂ ਕੌਮ ਵੀ ਜਦੋਂ ਬਾਹਰ ਹੋਰ ਕਿਤੇ ਬੰਦਾ ਰਹਿੰਦਾ ਉੱਥੇ ਇਕੱਲਾ ਉਹ ਬੰਦਾ ਜਾਂ ਉਹਦਾ ਪਰਿਵਾਰ ਨਹੀਂ ਹੁੰਦਾ ਸਾਰੀ ਸਟੇਟ ਨੂੰ ਹੀ ਆਪਾਂ ਕਹਿ ਦਈਏ ਵੀ ਅ ਕਰਦਾਗਾ ਵੀ ਸੰਬੋਧਿਤ ਕਰਦਾ ਜਾਂ ਆਪਾਂ ਕਹਦੀਏ ਵੀ ਸਾਰੀ ਸਟੇਟ ਦਾ ਉਹ ਸਿੰਬਲ ਹੁੰਦਾ ਉਹ ਬੰਦਾ ਹੁਣ ਸਭ ਤੋਂ ਆ ਉਹਦੇ ਨਾਲ ਖੜੀ ਹੁੰਦੀ ਹੈ ਬਿਲਕੁਲ ਬਿਲਕੁਲ ਜੀ ਤੇ ਤਾਂ ਜੇ ਕੱਲ ਆਪਾਂ ਹੋਰ ਕਰ ਲਿਏ ਨਾ ਮਤਲਬ ਕੱਲ ਟੀਐਮਸੀ ਦਾ ਇੱਕ ਆਗੂ ਪਹੁੰਚਦਾ ਏ ਖਨੌਰੀ ਬਾਰਡਰ ਦੇ ਉੱਪਰ ਜੀ ਕਿਸਾਨਾਂ ਨਾਲ ਗੱਲਬਾਤ ਕਰਦੇ ਨੇ ਉਹ ਕਹਿੰਦੇ ਫਿਰ ਜਿਹੜੀ ਮਮਤਾ ਬੇਨਰਜੀ ਨੇ ਉਹਨੇ ਫੋਨ ਤੇ ਗੱਲਬਾਤ ਵੀ ਕੀਤੀ ਇੱਥੇ ਕਿਸਾਨਾਂ ਦੇ ਨਾਲ ਇਹ ਕਿਹਾ ਗਿਆ ਕਿ ਤੁਹਾਡਾ ਸਾਰਾ ਮਸਲਾ ਇਹ ਜਦੋਂ ਹੁਣ ਸੈਸ਼ਨ ਹੋਊਗਾ ਨਵੀਂ ਸਰਕਾਰ ਦਾ ਇਸੇ ਮਹੀਨੇ ਦੇ ਵਿੱਚ ਤੇ ਉਦੋਂ ਅਠਾਵਾਂਗੇ ਹਾਂ ਚਲੋ ਬਹੁਤ ਚੰਗੀ ਗੱਲ ਆ ਇੱਕ ਜੀ ਖਾਸ ਗੱਲ ਹੋਰ ਵੀ ਹੈ ਕਿ ਪ੍ਰਧਾਨ ਮੰਤਰੀ ਦੇ ਵੱਲੋਂ ਉਹਦਾ ਸੰਭਾਲਣ ਤੋਂ ਜਿਹੜਾ ਪਹਿਲੇ ਸਾਈਨ ਕੀਤੇ ਗਏ ਨੇ ਨਾ ਉਹ ਸਾਈਨ ਕੀਤੇ ਗਏ ਨੇ ਕਿਸਾਨਾਂ ਨੂੰ ਲੈ ਕੇ ਮਤਲਬ ਉਹ ਹੁਣ ਬੀਬੀ ਬਹੁਤ ਪ੍ਰਮੋਟ ਕਰ ਰਹੀ ਆ ਕਿਹੜੇ ਉਹ ਕਿਸਾਨ ਸਮਾਨ ਨੀਤੀ ਯੋਜਨਾ ਆਉਂਦੀ ਆ ਉਹ 5-500 ਰੁਪਇਆ ਮਤਲਬ ਹੁਣ ਬੀਜੇਪੀ ਇਹ ਪੂਰੀ ਪ੍ਰਮੋਸ਼ਨ ਕਰ ਰਹੀ ਹੈ ਮੈਂ ਵੇਖਿਆ ਜੇ ਪੰਜਾਬ ਦੇ ਬਹੁਤੇ ਅਖਬਾਰ ਮਤਲਬ ਜਾਕਰਸਾਬ ਦਾ ਇਹ ਪੂਰਾ ਬਿਆਨ ਲੱਗਿਆ ਆਇਆ ਸੀ ਪੂਰੇ ਖਾਸਮ ਖਾਸ ਤਰੀਕੇ ਨਾਲ ਸਜਾ ਕੇ ਕਿ ਦੇਖੋ ਜੀ ਪ੍ਰਧਾਨ ਮੰਤਰੀ ਜੀ ਨੇ ਪਹਿਲੇ ਸੈਨਿਕ ਸਨਾਨਾਂ ਲਈ ਕੀਤੇ ਆ ਜੀ ਹਾਂ ਤਾਂ ਫਿਰ ਸਾਈਨ ਮਾੜੇ ਜੇ ਹੋਰ ਵੀ ਕਰਦੇ ਨੇ ਪੀਐਮ ਸਾਹਿਬ ਇੱਕ ਤਾਂ ਐਮਐਸਪੀ ਵਾਲਾ ਭਾਈ ਜੀ ਜਾਂ ਹੋਰ ਦੋ ਜਿਹੜੇ ਕਮੇਟੀਆਂ ਕਿਸਾਨ ਮੰਗ ਕਰ ਰਹੇ ਆ ਜੀ ਤੇ ਸ਼ਵਰਾਜ ਸਿੰਘ ਚਾਹਾਨ ਨੂੰ ਬਣਾਇਆ ਗਿਆ ਜੀ ਮੱਧ ਪ੍ਰਦੇਸ਼ ਵਾਲੇ ਮੁੱਖ ਮੰਤਰੀ ਸਾਫਕਾ ਨੂੰ ਖੇਤੀਬਾੜੀ ਮੰਤਰੀ ਉਪਜੇਤੀ ਬੜੀ ਮਾ ਅੱਗੇ ਵੀ ਤੋਮਰ ਸਾਹਿਬ ਵੀ ਮੱਧ ਪ੍ਰਦੇਸ਼ ਤੋਂ ਹੀ ਸੀ ਹਮ ਮਤਲਬ ਉਹ ਹੁਣ ਉਹਨਾਂ ਦਾ ਥੜਾ ਪੂਫੇ ਕਿਸਾਨ ਨਾਲ ਵਾਹ ਪਰ ਇੱਕ ਗੱਲ ਖਾਸ ਰਤਨ ਜੀ ਉਹ ਸਵਾਦ ਦੇ ਬਹੁਤ ਨਰਮ ਮੰਨੇ ਜਾਂਦੇ ਆ ਮੱਧ ਪ੍ਰਦੇਸ਼ ਚੋਂ ਜਾਣਿਆ ਦੇ मामੂ ਦੇ ਨਾਮ ਦੇ ਉੱਪਰ ਕੀ मामੂ ਕਿਹਾ ਜਾਂਦਾ ਉਹਨਾਂ ਨੂੰ ਤਾਂ ਸਵਾਦ ਠੀਕਨਾਂ ਦਾ ਕਿਹਾ ਜਾਂਦਾ ਕਿ ਦੇਖੋ ਹੁਣ ਜੀ ਇਹ ਜੇ ਹਾਲਾਤ ਇਹ ਬੰਦ ਆ ਕੋਈ ਮੀਟਿੰਗਾਂ ਹੁੰਦੀਆਂ ਉਹਨਾਂ ਦੀਆਂ ਕਿਸਾਨਾਂ ਦੇ ਨਾਲ ਤਾਂ ਕੀ ਹੱਲ ਨਿਕਲਦਾ ਜੀ ਬਿਲਕੁਲ ਬਿਲਕੁਲ ਜੀ ਤਾਂ ਰਤਨ ਜੀ ਤੁਹਾਡਾ ਬਹੁਤ ਧੰਨਵਾਦ ਇੰਨਾ ਸਮਾਂ ਦਿੱਤਾ ਧੰਨਵਾਦ ਜੀ ਧੰਨਵਾਦ ਜੀ ਧੰਨਵਾਦ ਤਾਂ ਜੀ ਅੱਜ ਇਹ ਮੰਗਲਵਾਰ ਵਾਲਾ ਪੋਡਕਾਸਟ ਸੀ ਜੀ ਤੂੰ ਸਾਰਿਆਂ ਨੇ ਸੁਣ ਲਿਆ ਤੇ ਹੁਣ ਆਪਾਂ ਮਿਲਾਂਗੇ ਵੀਰਵਾਰ ਨੂੰ ਤੇ ਟੈਲੀਫੋਨ ਵਾਲਾ ਪੋਡਕਾਸਟ ਸਾਡੀ ਕੋਸ਼ਿਸ਼ ਹੋਗੀ ਅਸੀਂ 12 ਤੋਂ 2 ਕਰਕੇ ਜੇਕਰ ਕੁਝ ਵੀ ਅਪਡੇਟ ਹੁੰਦੀ ਹੈ ਤੇ ਅਸੀਂ ਇੰਸਟਾਗ੍ਰam ਦੇ ਉੱਪਰ ਉਹ ਸ਼ੇਅਰ ਕਰਾਂਗੇ ਆਪਣਾ ਸੋ ਉੱਤੇ ਚੈੱਕ ਕਰ ਲਿਓ ਤੇ ਆਪਣਾ ਵੀਰਵਾਰ ਨੂੰ ਜਿਹੜਾ ਰੈਗੂਲਰ ਪੋਡਕਾਸਟ ਉਹ ਵੀ ਆਊਗਾ ਤੇ ਇਹਦੇ ਨਾਲ ਜਿਹੜਾ ਆਪਣਾ ਟੈਲੀਫੋਨ ਵਾਲਾ ਪੋਡਕਾਸਟ ਉਹ ਵੀ ਰਿਕਾਰਡ ਕਰਾਂਗੇ ਤੇ ਹੁਣ ਆਪਾਂ ਮਿਲਦੇ ਹਾਂ ਜੀ ਵੀਰਵਾਰ ਨੂੰ ਸ਼ਾਮ 7 ਵਜੇ ਧੰਨਵਾਦ ਅਸੀ ਕਾਲ ਜੀ ਕੋਈ ਵੱਖਰਾ ਸੌਣ ਤੇ ਦੇਖਣ ਦੇ ਲਈ ਡਾਊਨਲੋਡ ਕਰੋ ਤੁਹਾਡੀ ਆਪਣੀ